ਸੰਗ ਸੀਵਾਹਿ ਸਮ੍ਰੇਤ ਪੁੰਡਰੀਕਾਕਸ਼ ਸਵਾਯ ਗੰਧਰੈ ਸ਼੍ਰੀ ਪੁੰਡਰੀਕਾਕਸ਼ ਪੁਨਾਤੁ ਓਂ ਪੁਨਾਤੁ ਮਾਂ ਪੁੰਡਰੀਕਾਕਸ਼ ਕੇਸ਼ਵਾਯ ਨਮਃ ਮਾਧਵਾਯ ਨਮਃ ਗੋਵਿੰਦਾਯ ਨਮਃ ਅਚ੍ਯੁਤਾਯ ਨਮਃ ਤ੍ਰਿਵਿਕ੍ਰਮਾਯ ਨਮਃ ਆਸ਼ੁਤੋਸ਼ਾਯ ਨਮੋ ਨਮਃ ਸਮਕਸ਼ੈਕਦੰਤਸ੍ਯ ਕਪਿਲੋ ਗਜਕਰਣਕਾ ਲੰਬੋਦਰਸ੍ਯ ਵਿਘਟੋ ਵਿਘਨਨਾਸ਼ੋ ਵਿਨਾਇਕੈ ਸਾਡਾ ਕੀਤਾ ਹੋਇਆ ਕਰਮ ਸਾਡੇ ਹੀ ਕੋਲ ਆਉਂਦਾ ਹੈ, ਚਾਹੇ ਉਹ ਚੰਗਾ ਹੈ ਤੇ ਚਾਹੇ ਮਾੜਾ ਹੈ। ਮਹਾਭਾਰਤ ਦੇ ਵਿੱਚ ਇੱਕ ਛੋਟੀ ਜਿਹੀ ਕਥਾ ਆਉਂਦੀ ਹੈ ਕਿ ਇੱਕ ਕੋਈ ਮਾਤਾ ਆਪਣੇ ਬੱਚੇ ਦੇ ਨਾਲ ਜੰਗਲ ਦੇ ਅੰਦਰ ਚੱਲੀ ਜਾ ਰਹੀ ਸੀ। ਜੰਗਲ ਦੇ ਵਿੱਚ ਯਾਤਰਾ ਕਰਦੇ ਕਰਦੇ ਅਚਾਨਕ ਇੱਕ ਸੱਪ ਨਿਕਲਿਆ। ਸੱਪ ਨੇ ਬੱਚੇ ਨੂੰ ਦੱਸਿਆ ਬੱਚੇ ਦੀ ਮੌਤ ਹੋ ਗਈ। ਜਦੋਂ ਬੱਚੇ ਦੀ ਮੌਤ ਹੋਈ ਉਸਦੀ ਮਾਤਾ ਰੋ ਰਹੀ ਹੈ, ਨਾਲੇ ਵਿਚਾਰ ਕਰ ਰਹੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ। ਇਸ ਬੱਚੇ ਨੂੰ ਮੈਂ ਜਲ ਪ੍ਰਵਾਹ ਕਰ ਦੇਵਾਂ, ਇਸ ਨੂੰ ਸੰਸਕਾਰ ਕਰ ਦੇਵਾਂ ਇਸਦਾ, ਜਾਂ ਇਸ ਨੂੰ ਮੈਂ ਮਿੱਟੀ ਦੇ ਅੰਦਰ ਦਬਾ ਦੇਵਾਂ। ਜਦੋਂ ਇਸ ਤਰ੍ਹਾਂ ਦੇ ਨਾਲ ਉਹ ਵਿਚਾਰ ਕਰ ਰਹੀ ਸੀ ਤਾਂ ਉਸ ਜਗ੍ਹਾ 'ਤੇ ਚੱਲਦੇ ਚੱਲਦੇ ਇੱਕ ਸ਼ਿਕਾਰੀ ਆਇਆ ਔਰ ਸ਼ਿਕਾਰੀ ਪੁੱਛਣ ਲੱਗਿਆ ਕਿ ਮਾਤਾ ਕਿਨ ਕਾਰਨਮ ਰੋਦਸੀ, ਤੂੰ ਕਿਉਂ ਰੋ ਰਹੀ ਹੈ, ਤੇਰੇ ਰੋਣ ਦਾ ਕਾਰਨ ਕੀ ਹੈ? ਉਹ ਮਾਤਾ ਕਹਿਣ ਲੱਗੀ, ਬੇਟਾ ਮੈਂ ਆਪਣੇ ਛੋਟੇ ਜਿਹੇ ਬੱਚੇ ਨੂੰ ਨਾਲ ਲੈ ਕੇ ਚੱਲੀ ਜਾ ਰਹੀ ਸੀ ਔਰ ਇਸ ਮੇਰੇ ਬੱਚੇ ਨੂੰ ਸੱਪ ਨੇ ਡਸ ਲਿਆ, ਬੱਚੇ ਦੀ ਮੌਤ ਹੋ ਗਈ ਔਰ ਮੈਂ ਵਿਚਾਰ ਕਰ ਰਹੀ ਹਾਂ ਕਿ ਇਸ ਬੱਚੇ ਦਾ ਨੇੜਿਆ ਹੋਇਆ। ਪਰਮਾਤਮਾ ਦੇਖ ਰਹੇ ਕਿ ਹੁਣ ਵੀ ਉੱਠੇਗਾ, ਹੁਣ ਵੀ ਬੋਲੇਗਾ, ਕੋਈ ਹਰਕਤ ਕਰੇਗਾ, ਹੱਥ ਪੈਰ ਹਿਲਾਏਗਾ, ਕੋਈ ਹੋਰ ਆਪਣੀ ਅੰਗ ਦੇ ਨਾਲ ਕੋਈ ਇਸ਼ਾਰਾ ਕਰੇਗਾ। ਪਰ ਇਸ ਇਨਸਾਨ ਨੇ ਨਾ ਤਾਂ ਪਤੂਲਾਂ ਝੱਲੀਆਂ, ਨਾ ਇਸਨੇ ਜ਼ੁਬਾਨ ਹਿਲਾਈ, ਨਾ ਇਸਨੇ ਹੱਥ ਪੈਰ ਹਿਲਾਇਆ, ਨਾ ਇਸਨੇ ਕੋਈ ਇਸ਼ਾਰਾ ਕੀਤਾ ਕਿਸੇ ਤਰ੍ਹਾਂ ਦਾ। ਪਰਮਾਤਮਾ ਦੇਖ ਰਿਹਾ ਕਿ ਬੋਲਣ ਵਾਸਤੇ ਜ਼ੁਬਾਨ, ਸੁਣਨ ਵਾਸਤੇ ਕੰਨ ਔਰ ਚੱਲਣ ਵਾਸਤੇ ਪੈਰ, ਕੰਮ ਕਰਨ ਵਾਸਤੇ ਹੱਥ ਬਣਾਏ, ਪਰ ਇਸਨੇ ਕੁਛ ਵੀ ਨਹੀਂ ਕੀਤਾ। ਇਹ ਡੈਡ ਬੋਡੀ ਦੀ ਤਰ੍ਹਾਂ, ਇੱਕ ਮ੍ਰਿਤਕ ਦੀ ਤਰ੍ਹਾਂ ਮੇਰੇ ਸਾਹਮਣੇ ਪਿਆ ਹੋਇਆ। ਤਾਂ ਪਰਮਾਤਮਾ ਨੇ ਬੜਾ ਵਿਚਾਰ, ਬੜਾ ਚਿੰਤਨ ਕਰਨ ਤੋਂ ਬਾਅਦ ਦੇਖਿਆ ਕਿ ਬਾਕੀ ਤਾਂ ਸਭ ਚੀਜ਼ਾਂ ਤਿਆਰ ਹੈ, ਹੁਣ ਕਮੀ ਹੈ ਤਾਂ ਕਿਸ ਚੀਜ਼ ਦੀ ਹੈ? ਪਰਮਾਤਮਾ ਨੇ, ਈਸ਼ਵਰ ਨੇ, ਉਸ ਅਕਾਲ ਪੁਰਖ ਨੇ ਆਪਣਾ ਨੂਰ, ਆਪਣੀ ਸ਼ਕਤੀ, ਆਪਣਾ ਅੰਸ਼, ਆਪਣੀ ਕਿਰਨ, ਜਿਵੇਂ ਸੂਰਜ ਦੀ ਅਣਗਿਣਤ ਕਿਰਨਾਂ ਹੈ ਉਸੇ ਤਰ੍ਹਾਂ ਦੇ ਨਾਲ ਪਰਮਾਤਮਾ ਨੇ ਆਪਣੀ ਇੱਕ ਛੋਟੀ ਜਿਹੀ ਕਿਰਨ ਸਾਡੇ ਅੰਦਰ ਪ੍ਰਵੇਸ਼ ਕਰਵਾਈ। ਜਿਸ ਵੇਲੇ ਪਰਮਾਤਮਾ ਦੀ ਇੱਕ ਛੋਟੀ ਜਿਹੀ ਕਿਰਨ ਇਹ ਸਾਡੇ ਸਰੀਰ ਦੇ ਅੰਦਰ ਪ੍ਰਵੇਸ਼ ਹੋਈ, ਜਿਵੇਂ ਥੋੜ੍ਹੀ ਜਿਹੀ ਲਾਈਟ ਆਉਂਦੀ ਹੈ, ਭਾਖੜਾ ਟਾਈਮ 'ਤੇ ਬਹੁਤ ਜ਼ਿਆਦਾ ਬਿਜਲੀ ਬਣਦੀ ਹੈ, ਪਰ ਇੱਕ ਬਲਬ ਦੇ ਵਿੱਚ ਛੋਟੀ ਜਿਹੀ ਉਸਦੀ ਇੱਕ ਮਾਤਰਾ ਆਉਂਦੀ ਹੈ, ਉਸਦਾ ਇੱਕ ਛੋਟਾ ਜਿਹਾ ਅੰਸ਼ ਆਉਂਦਾ ਹੈ, ਇੱਕ ਪਰਮਾਣੂ ਦੇ ਬਰਾਬਰ ਆਉਂਦਾ ਹੈ ਔਰ ਸਾਡੀ ਲਾਈਫ ਜਗਮਗਾ ਜਾਂਦੀ ਹੈ। ਉਸੇ ਤਰ੍ਹਾਂ ਦੇ ਨਾਲ ਪਰਮਾਤਮਾ ਦਾ ਅੰਸ਼ ਜਦੋਂ ਸਾਡੇ ਇਸ ਸਰੀਰ ਦੇ ਅੰਦਰ ਪ੍ਰਵੇਸ਼ ਹੋ ਗਿਆ, ਜਦੋਂ ਪਰਮਾਤਮਾ ਦੇ ਨੂਰ ਨੇ ਸਾਡੇ ਸਰੀਰ ਦੇ ਅੰਦਰ ਵਾਸ ਕਰ ਲਿਆ, ਪ੍ਰਵੇਸ਼ ਕੀਤਾ, ਉਸੇ ਵੇਲੇ ਸਾਡਾ ਸਰੀਰ ਚੱਲਣ, ਫਿਰਨ, ਉੱਠਣ, ਬੈਠਣ, ਖਾਣ ਪੀਣ ਦੇ ਕਾਬਲ ਹੋਇਆ, ਉੱਠ ਕੇ ਬੈਠ ਗਿਆ ਪਰਮਾਤਮਾ ਦੇ ਸਾਹਮਣੇ। ਔਰ ਜਦੋਂ ਉੱਠ ਕੇ ਬੈਠ ਗਿਆ ਗ੍ਰੰਥਾਂ ਨੇ ਕੀ ਲਿਖਿਆ? ਗ੍ਰੰਥਾਂ ਨੇ ਲਿਖਿਆ ਆਦਿ ਅੰਤ ਹੀ ਨਾਏ। ਔਰ ਇੱਕ ਇਸ ਤਰ੍ਹਾਂ ਦੇ ਹੁੰਦੇ ਹੈ ਜਿਹੜੇ ਆਪਣੇ ਮਾਤਾ ਪਿਤਾ ਦੇ ਨਾਂ ਦੇ ਉੱਤੇ ਕਲੰਕ ਬਣ ਜਾਂਦੇ ਹੈ,
ਦੁਨੀਆਂ ਨੂੰ ਇੰਨੇ ਕੁ ਦੁੱਖ ਦਿੰਦੇ ਆ, ਦੁਨੀਆਂ 'ਚੋਂ ਇੰਨੀਆਂ ਕੁ ਬੁਰਾਈਆਂ ਖੱਟਦੇ ਹੈ ਕਿ ਲੋਕ ਉਹਨਾਂ ਦੇ ਮਾਤਾ ਪਿਤਾ ਨੂੰ ਬੁਰਾ ਕਹਿੰਦੇ ਕਿ ਇਸ ਤੋਂ ਚੰਗਾ ਸੀ ਮਾਂ ਇਸ ਨੂੰ ਨਾ ਹੀ ਜੰਮਦੀ। ਇਸ ਤਰ੍ਹਾਂ ਦੇ ਲੋਕ ਵੀ ਹੈ ਦੁਨੀਆਂ ਦੇ ਅੰਦਰ। ਔਰ ਇੱਕ ਉਹ ਸੁਪੁੱਤਰ ਦੀ ਗਿਣਤੀ ਦੇ ਵਿੱਚ ਆਉਂਦੇ ਹੈ ਜਿਹੜੇ ਆਪਣੇ ਮਾਤਾ ਪਿਤਾ ਦੇ ਨਾਂ ਨੂੰ ਹੋਰ ਜ਼ਿਆਦਾ ਵਧਾਉਂਦੇ ਹੈ, ਜਿਹੜੇ ਆਪਣੇ ਮਾਤਾ ਪਿਤਾ ਦੇ ਨਾਮ ਨੂੰ ਰੋਸ਼ਨ ਕਰਦੇ ਹੈ। ਤਾਂ ਭਗਵਾਨ ਦਾਸ ਜੀ ਦੀ ਜਿਹੜੀ ਗਿਣਤੀ ਹੈ ਨਾ, ਉਹ ਸੁਪੁੱਤਰਾਂ ਦੇ ਵਿੱਚੋਂ ਵੀ ਜਿਹੜੇ ਸੁਪੁੱਤਰ ਹੈ ਉਹਨਾਂ ਦੇ ਵਿੱਚ ਆਉਂਦੀ ਹੈ। ਅੱਜ ਦਾ ਇਕੱਠ, ਬੈਠਣ ਵਾਸਤੇ ਜਗ੍ਹਾ ਨਹੀਂ, ਲੋਕ ਬਾਹਰ ਖੜ੍ਹੇ ਹੈ, ਬਾਹਰਲੇ ਪਾਸੇ ਲਾਈਨ ਲੱਗੀ ਹੋਈ ਹੈ ਆਉਣ ਵਾਲਿਆਂ ਦੀ। ਇਹ ਉਹਨਾਂ ਦੇ ਚੰਗੇ ਕਰਮ, ਇਹ ਉਹਨਾਂ ਦਾ ਦੇਵਤਾਵਾਂ ਵਾਲਾ ਸੁਭਾਅ, ਇਹ ਉਹਨਾਂ ਦਾ ਮਿਲਣ ਵਰਤਨ, ਇਹ ਉਹਨਾਂ ਨੂੰ ਮਾਤਾ ਪਿਤਾ ਤੋਂ ਮਿਲੀ ਹੋਈ ਵਿਰਾਸਤ ਦੇ ਵਿੱਚ ਇੱਕ ਅਛਾਈ, ਇਹ ਸਭ ਚੀਜ਼ਾਂ ਭਗਵਾਨ ਦਾਸ ਜੀ ਦੇ ਅੰਦਰ ਸੀ। ਇਹ ਉਹਦੇ ਸਦਕਾ ਤਾਂ ਇੰਨਾ ਇਕੱਠਾ ਬੈਠਣ ਵਾਸਤੇ ਜਗ੍ਹਾ ਨਹੀਂ ਮਿਲ ਰਹੀ ਲੋਕਾਂ ਨੂੰ, ਔਰ ਸੱਜਣ ਆਦਮੀ ਬਾਹਰ ਖੜ੍ਹੇ ਸ਼ਰਧਾਂਜਲੀ ਦੇਣ ਵਾਸਤੇ ਬਹੁਤ ਸਾਰੇ ਲੋਕ ਇਸ ਜਗ੍ਹਾ 'ਤੇ ਆਏ ਹੋਏ। ਉਹਨਾਂ ਦਾ ਜੀਵਨ ਸੁਧਰਿਆ ਹੋਇਆ। ਜਾਣ ਵਾਲੇ ਦੀ ਫੋਟੋ ਦੇ ਥੱਲੇ ਦੋ ਤਰੀਕਾਂ ਲਿਖੀਆਂ ਹੁੰਦੀਆਂ, ਇੱਕ ਆਉਣ ਦੀ ਅਤੇ ਇੱਕ ਜਾਣ ਦੀ। ਉਹਨਾਂ ਦੇ ਵਿੱਚ ਛੋਟੀ ਜਿਹੀ ਜਗ੍ਹਾ ਹੁੰਦੀ ਖਾਲੀ, ਇੱਕ ਔਰ ਉਹ ਛੋਟੀ ਜਿਹੀ ਜਿਹੜੀ ਜਗ੍ਹਾ ਹੁੰਦੀ ਹੈ ਉਹਦੇ ਵਿੱਚ ਸਾਡਾ ਸਾਰਾ ਨਿਚੋੜ ਆ ਜਾਂਦਾ ਹੈ। ਜਿਹੜੀ ਛੋਟੀ ਜਿਹੀ ਜਗ੍ਹਾ ਹੈ, ਉਹ ਛੋਟੀ ਜਿਹੀ ਜਗ੍ਹਾ ਨੂੰ ਕੁਛ ਲੋਕ ਆਪਣੇ ਚੰਗੇ ਕਰਮਾਂ ਦੀ ਵਜ੍ਹਾ ਦੇ, ਭਾਈ ਸਾਹਿਬ ਬੋਲਿਆ ਨਹੀਂ ਸੀ ਜਾ ਰਿਹਾ, ਮੈਨੂੰ ਦੱਸ ਕੇ ਗਏ ਕਿ ਚੌਥੀ ਕਲਾਸ ਤੋਂ ਉਹਨਾਂ ਨੇ ਆਪਣੇ ਕਾਰੋਬਾਰ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ। ਕਿੰਨੀ ਜ਼ਿੰਮੇਵਾਰੀ ਔਰ ਕਿੰਨੀ ਲਗਨ ਦੇ ਨਾਲ ਉਹਨਾਂ ਨੇ ਇਸ ਜਗ੍ਹਾ ਤੱਕ ਇਸ ਯਾਤਰਾ ਨੂੰ ਪੂਰਾ ਕੀਤਾ ਹੋਏਗਾ। ਉਹਨਾਂ ਦੇ ਜਿਹੜੇ ਮਿੱਤਰ ਹੈ ਨਜ਼ਦੀਕੀ ਜਾਂ ਪਰਿਵਾਰ, ਉਹ ਜਾਣਦੇ ਕਿ ਜਿਸ ਬੱਚੇ ਦੇ ਚੌਥੀ ਕਲਾਸ ਤੋਂ ਵੱਧ 10 ਸਾਲ ਦੀ ਆਯੂ ਹੋਏਗੀ, 10 ਸਾਲ ਤੋਂ ਜਿਸ ਨੂੰ ਮਿਹਨਤ ਕਰਨ ਦਾ ਇੱਕ, ਜਿਸ ਨੂੰ ਮਿਹਨਤ ਦੀ ਲਗਨ ਔਰ ਜਿਸ ਨੂੰ ਇੱਕ ਅੱਛਾਈ ਦਾ ਰਾਸਤਾ ਮਿਲ ਗਿਆ, ਇਸ ਬੁਲੰਦੀਆਂ ਤੱਕ ਪਹੁੰਚਣ ਵਾਸਤੇ ਉਹਨਾਂ ਨੇ ਜੀ ਭਰ ਕੇ ਮਿਹਨਤ ਕੀਤੀ, ਔਰ ਅੱਜ ਜੋ ਸਤਿਕਾਰ ਜੋ ਪਿਆਰ ਉਹਨਾਂ ਨੂੰ ਮਿਲ ਰਿਹਾ ਹੋਰ ਨਹੀਂ ਕਿਸੇ ਨੂੰ ਮਿਲ ਸਕਦਾ। ਵਿਰਲੇ ਆਦਮੀ ਹੁੰਦੇ ਕੁਛ ਇਸ ਤਰ੍ਹਾਂ ਦੇ, ਔਰ ਉਹਨਾਂ ਦਾ ਸੰਬੰਧ ਬਹੁਤ, ਮੈਂ ਸਮਾਂ ਨਹੀਂ ਲਵਾਂਗਾ, 2-3 ਮਿੰਟ ਬਾਕੀ ਹੈ। ਮੇਰੇ ਤੋਂ ਬਾਅਦ ਮਾਨੂ ਕੇ ਗਿੱਲ ਤੋਂ ਆਏ ਹੋਏ ਸਰਦਾਰ ਬਲਦੇਵ ਸਿੰਘ ਜੀ, ਉਹ ਆਪਣੀ ਸ਼ਰਧਾਂਜਲੀ 5 ਮਿੰਟ ਵਾਸਤੇ ਦੇਣਗੇ, 2-4 ਮਿੰਟ ਤੋਂ ਬਾਅਦ ਉਹਨਾਂ ਦਾ ਸਮਾਂ ਆਏਗਾ। ਤਾਂ ਭਗਵਾਨ ਦਾਸ ਜੀ ਮਾਤਾ ਪਿਤਾ ਤੋਂ ਅੱਛੇ ਵਿਚਾਰ ਸੰਸਕਾਰ ਲਏ। ਸ਼੍ਰੀ ਚਰਨ ਦਾਸ ਜੀ, ਮਦਨ ਲਾਲ ਜੀ, ਭੈਣ ਊਸ਼ਾ ਜੀ, ਪ੍ਰੇਮ ਕਾਂਤਾ ਜੀ, ਇਹਨਾਂ ਨੂੰ ਇੱਕ ਭਾਈ ਦਾ ਪਿਆਰ ਦਿੱਤਾ, ਔਰ ਭਾਈ ਦੇ ਨਾਲ ਨਾਲ ਇੱਕ ਬੜੇ ਭਾਈ ਦਾ ਹੀ ਨਹੀਂ ਪਿਤਾ ਦਾ ਵੀ ਇੱਕ ਉਹਨਾਂ ਨੇ ਇਹਨਾਂ ਨੂੰ ਪਿਆਰ ਦਿੱਤਾ। ਔਰ ਇਹਨਾਂ ਸਭ ਨਾਵਾਂ ਨੇ ਇੱਕ ਬੜੇ ਭਾਈ ਨੂੰ ਪਿਤਾ ਦੇ ਬਰਾਬਰ ਸਨਮਾਨ ਦਿੱਤਾ, ਮਾਨ ਦਿੱਤਾ। ਔਰ ਚਰਨਦਾਸ ਜੀ ਦਾ, ਪ੍ਰੇਮ ਕਾਂਤਾ ਜੀ, ਮਦਨ ਲਾਲ ਜੀ ਦਾ, ਮੀਨਾ ਜੀ, ਊਸ਼ਾ ਜੀ ਦਾ, ਸੁਦਰਸ਼ਨ ਕੁਮਾਰ ਜੀ, ਪ੍ਰੇਮ ਕਾਂਤਾ ਜੀ ਦਾ, ਬਲਦੇਵ ਰਾਜ ਜੀ, ਡਾਕਟਰ ਬਲਦੇਵ ਜੀ, ਉਹਨਾਂ ਦੇ ਨਾਲ ਅੱਛੇ ਘਰਾਂ ਦੇ ਵਿੱਚ ਉਹਨਾਂ ਨੇ ਆਪਣੇ ਭੈਣਾਂ ਭਾਈਆਂ ਦੇ ਸੰਬੰਧ ਬਣਾਏ। ਔਰ ਇਸ ਤੋਂ ਬਾਅਦ ਚੱਲਦੇ ਚੱਲਦੇ ਆਪਣਾ ਜਿਹੜਾ ਸੰਬੰਧ ਉਹਨਾਂ ਦਾ ਸ਼੍ਰੀਮਤੀ ਸਰੋਜ ਰਾਣੀ ਜੀ ਦੇ ਨਾਲ ਬਣਿਆ, ਔਰ ਦੋਨੋਂ ਹੀ ਇੱਕੋ ਹੀ ਦਿਨ ਜੋ ਦੁੱਖਦਾਈ ਘਟਨਾ ਦਾ ਸ਼ਿਕਾਰ ਹੋਏ, ਕਿਉਂਕਿ ਸਮਾਂ ਸਥਾਨ ਕਾਰਨ ਇਹ ਸਭ ਚੀਜ਼ਾਂ ਨਿਸ਼ਚਿਤ ਹੈ। ਕਈ ਲੋਕ ਕਹਿੰਦੇ ਕਿ ਨਹੀਂ, ਪਰ ਸਮਾਂ ਸਥਾਨ ਕਾਰਨ ਇਹ ਤਿੰਨੋਂ ਚੀਜ਼ਾਂ ਨਿਸ਼ਚਿਤ ਹੈ। ਨਾਲ ਬੇਟੀ ਵੀ ਬੈਠੀ ਹੋਈ ਸੀ, ਨਾਲ ਸੁਨਹਿਲੀ ਬੇਟੀ ਵੀ ਬੈਠੀ ਹੋਈ ਸੀ, ਉਸ ਨੂੰ ਕੁਛ ਨਹੀਂ ਹੋਇਆ। ਬਹੁਤ ਹੀ ਸਤਿਕਾਰਯੋਗ ਸ੍ਰੀ
ਗੁਰੂ ਪ੍ਰਾਨ ਜੀ ਸਮੂਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਮੈਥੋਂ ਪਹਿਲਾਂ ਪਾਂਡੇ ਜੀ ਨੇ ਜੀਵਨ ਅਤੇ ਮੌਤ ਦੇ ਫਲਸਫੇ ਬਾਰੇ ਆਪ ਜੀ ਨੂੰ ਬਹੁਤ ਹੀ ਗਿਆਨ ਭਰਪੂਰ ਸ਼ਬਦਾਂ ਦੇ ਨਾਲ ਜੋ ਵਿਖਿਆਨ ਰਹੇ ਸਰਵਣ ਕਰਾਇਆ, ਅਤਿ ਸ਼ਲਾਘਾਯੋਗ। ਜਿੱਥੋਂ ਤੱਕ ਮੌਤ ਅਤੇ ਜੀਵਨ ਦਾ ਸੰਬੰਧ ਹੈ, ਫਰੀਦ ਜੀ ਕਹਿੰਦੇ ਆ, ਫਰੀਦਾ ਦਰਿਆਏ ਕੰਨੇ ਬੈਠਾ ਬਗਲਾ ਕੇਰ ਕਰੇ, ਕੇਰ ਕਰਿੰਦੇ ਹਿੰਜ ਕੋ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਕੇ, ਕੇਲਾਂ ਵਿਸਰੀਆਂ ਜੋ ਮਨ ਚੇਤਨ ਚੇਤੇ ਸਨ, ਸੋ ਗਾਲੀ ਰੰਭ ਕੇ। ਉਸ ਤੋਂ ਇੱਕ ਮਿੰਟ ਜਾਂ ਕੁਛ ਸਕਿੰਟ ਜਾਂ ਇੱਕ ਸਕਿੰਟ ਪਹਿਲਾਂ ਵੀ ਜਾਣ ਵਾਲਿਆਂ ਦੇ ਅਤੇ ਜੋ ਪਿੱਛੇ ਵਿਲਕਦੇ ਰਹਿ ਗਏ, ਕਿਸੇ ਦੇ ਚਿੱਤ ਚੇਤੇ ਨਹੀਂ ਸੀ ਵੀ ਇਹ ਭਾਣਾ ਵਾਪਰ ਜੂ। ਸਕਿੰਟਾਂ ਤੋਂ ਵੀ ਘੱਟ ਸਮਾਂ ਲੱਗਿਆ, ਅਚਾਨਕ ਉਹ ਭਾਣਾ ਬੀਤ ਗਿਆ। ਜਾਣ ਵਾਲੇ ਦੇ ਪਰਥਾਏ ਆਪਾਂ ਉਹਦੇ ਜੋ ਕੰਮ ਕਰਕੇ ਗਿਆ, ਜਿਹਦੇ ਨਾਲ ਵਿੱਚ ਰਹਿ ਕੇ ਕੁਛ ਕੀਤਾ ਸਮਾਜ ਵਾਸਤੇ, ਪਰਿਵਾਰ ਵਾਸਤੇ, ਦੁਨੀਆਂ 'ਚ ਚੰਗੀਆਂ ਸੇਧਾਂ ਦੇਣ ਵਾਸਤੇ ਜੋ ਕੁਛ ਕੀਤਾ, ਉਹਦੇ ਬਾਰੇ ਅਕਸਰ ਹੀ ਆਪਾਂ ਉਹਦੀ ਇਸ ਰਸਮ ਪਗੜੀ 'ਤੇ ਗੱਲਾਂ ਬਾਤਾਂ ਕਰਦੇ ਹਾਂ। ਕਬੀਰਾ ਜਮ ਆਏ ਹਮ ਇੱਕ ਜਗਤ ਮੇਂ, ਜਗ ਹੱਸਾ ਹਮ ਰੋਏ, ਐਸੀ ਕਰਨੀ ਕਰ ਚਲੇ, ਹਮ ਹੱਸੇ ਜਗ ਰੋਏ। ਇਨਸਾਨ ਬੱਚਾ ਜਦੋਂ ਪੈਦਾ ਹੁੰਦਾ ਹੈ, ਡਾਕਟਰੀ ਵਿੱਦਿਆ ਵੀ ਇਹ ਗੱਲ ਕਹਿੰਦੀ, ਉਹਦਾ ਰੋਣਾ ਜ਼ਰੂਰੀ ਹੈ, ਉਹ ਉਹਦੇ ਆਤਮਕਵਾਦ ਦੀ ਗੱਲ ਹੈ। ਪੰਡਿਤ ਜੀ ਨੇ ਆਪਣੀ ਸੁਣਾਈ, ਮੈਂ ਉਸ ਪਾਸੇ ਨਹੀਂ ਤੁਰੂੰਗਾ। ਜਦੋਂ ਉਹ ਜਾਂਦਾ ਹੈ ਤਾਂ ਜਗ ਰੋਂਦਾ ਹੈ, ਉਹ ਹੱਸਦਾ ਹੈ। ਹੱਸਦਾ ਉਹ ਇਸ ਗੱਲ ਨਾਲ ਹੈ ਕਿਉਂਕਿ ਉਹਦਾ ਜਿਹੜਾ ਮੌਤ ਹੈ, ਕਿਉਂਕਿ ਜਿਉਂ ਜਿਉਂ ਸਾਡਾ ਸਮਾਂ ਨੇੜੇ ਆਉਂਦਾ ਹੈ, ਸਾਨੂੰ ਕੁਛ ਪਛਤਾਪ ਹੋ ਜਾਂਦੇ ਜੇ ਜ਼ਿੰਦਗੀ 'ਚ ਨਹੀਂ ਕੁਛ ਚੰਗਾ ਕੀਤਾ। ਜੇ ਜ਼ਿੰਦਗੀ 'ਚ ਚੰਗਾ ਕੁਛ ਕੀਤਾ ਹੈ, ਹਰ ਇੱਕ ਦੇ ਨਾਲ ਮਿਲ ਵਰਤਨ ਰੱਖਿਆ ਹੈ, ਨਾ ਕੋਈ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣਾਈ, ਜਿਹੜੇ ਇਹ ਸਿਧਾਂਤ 'ਤੇ ਚੱਲਦੇ ਹੈ ਉਹਨਾਂ ਨੂੰ ਜ਼ਿੰਦਗੀ ਜਿਉਂਦਿਆਂ ਸਕੂਨ ਮਿਲਦਾ। ਜਿਉਂ ਜਿਉਂ ਉਮਰ ਲੰਮੀ ਹੁੰਦੀ ਤਿਉਂ ਤਿਉਂ ਸਕੂਨ ਮਿਲਦਾ, ਕਿਉਂਕਿ ਚੰਗਾ ਕਰਦੇ ਰਹੇ, ਚੰਗਾ ਕਰਦੇ ਜਾਂਦੇ ਹੈ ਅਤੇ ਲੋਕਾਂ ਦੇ ਚਿਹਰਿਆਂ ਤੋਂ ਉਹ ਆਪਦੀ ਉਸ ਕੀਤੀ ਹੋਈ ਚੰਗਿਆਈ ਦਾ ਜਿਹੜਾ ਫਲ ਆ ਉਹ ਵੇਂਦੇ ਆ। ਜਿਹੜੇ ਮਾੜਾ ਕੰਮ ਕਰਦੇ ਆ ਉਹਨਾਂ ਨੂੰ ਫਿਰ ਡਰ ਲੱਗਦਾ ਹੈ, ਕਿਉਂਕਿ ਜਾਣਾ ਸਭ ਨੇ ਆ। ਚੰਗਿਆਂ ਦੇ ਜਾਣ 'ਤੇ ਅਸੀਂ ਭੋਗਾਂ 'ਤੇ ਵੀ ਆਉਂਦੇ ਹਾਂ, ਸੰਸਕਾਰ 'ਤੇ ਵੀ ਆਉਂਦੇ ਹਾਂ। ਮਾੜੇ ਬੰਦੇ 'ਤੇ ਜਾਣ ਦਾ ਕੋਈ ਬਹੁਤਾ ਗਿਲਾ ਨਹੀਂ ਹੁੰਦਾ, ਸਿਰਫ ਜਿਹੜਾ ਮੋਹ ਜਿਹਾ ਹੁੰਦਾ ਉਹ ਓਨਾ ਕੀ ਹੁੰਦਾ। ਜਦੋਂ ਚੰਗੇ ਜਾਂਦੇ ਆ ਉਦੋਂ ਸਾਰਾ ਸਮਾਜ ਰੋਂਦਾ। ਚੰਗਾ ਉਸ ਪ੍ਰਭੂ ਪਰਮਾਤਮਾ ਦੀ ਕਿਰਪਾ ਦੇ ਨਾਲ, ਚੰਗੀ ਸੰਗਤ ਦੇ ਨਾਲ। ਪੰਡਿਤ ਜੀ ਨੇ ਜ਼ਿਕਰ ਕੀਤਾ, ਮੈਂ ਆਪਦੀ ਗੱਲ ਨੂੰ ਛੋਟੀ ਛੋਟੀ ਕਰਕੇ ਤਾਂ ਸੁਣਾਉਣਾ, ਸਮਾਂ ਬਹੁਤ ਹੋ ਗਿਆ, ਮੈਂ ਤੁਹਾਡੇ ਵਿਚਕਾਰ ਬਹੁਤਾ ਚਿਰ ਨਹੀਂ ਰਹਿਣਾ ਚਾਹੁੰਦਾ ਕਿਉਂਕਿ ਦਿੱਤੇ ਹੋਏ ਸਮੇਂ ਤੋਂ ਟਾਈਮ ਟੱਪ ਚੁੱਕਿਆ। 10 ਸਾਲ ਦੀ ਉਮਰ ਦੇ ਵਿੱਚ ਜਦੋਂ ਖੇਡਣ ਦਾ ਸਮਾਂ ਹੈ, ਉਦੋਂ ਉਸ ਬੱਚੇ ਨੇ ਉਸ ਕੰਮ ਦੇ ਨਾਲ ਲਗਨ ਲਾ ਲਈ ਜਿਹੜਾ ਕਿ ਬਾਬੇ ਨਾਨਕ ਦਾ ਉਪਦੇਸ਼ ਉਹਨੇ ਧਾਰਨ ਬਚਪਨ ਤੋਂ ਹੀ ਕਰ ਲਿਆ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ।
ਤਿੰਨ ਸਿਧਾਂਤ ਹੈ ਮੂਲ ਜ਼ਿੰਦਗੀ ਜਿਉਣ ਦੇ, ਜਿਨ੍ਹਾਂ ਦੇ ਉਹ ਸਾਡੇ ਸੱਜਣ ਲੰਗਲੇ ਸੱਜਣ ਨੇ ਪਹਿਰਾ ਦਿੱਤਾ। 10 ਸਾਲ ਦੀ ਉਮਰ ਤੋਂ ਕਿਰਤ ਕਰਨੀ ਸ਼ੁਰੂ ਕੀਤੀ, ਫਿਰ ਸਤਸੰਗ ਨਾਲ ਜੁੜ ਗਏ, ਨਾਮ ਵੀ ਜਪਿਆ। ਤੀਜੀ ਗੱਲ ਜਿਹੜੀ ਵੰਡ ਕੇ ਛੱਡਣ ਦੀ, ਕੋਈ ਤਿੰਨਾਂ ਭਰਾਵਾਂ ਦੇ ਵਿੱਚ ਭੇਦ ਭਿੰਨ ਭੇਸ ਨਹੀਂ ਰੱਖਿਆ। ਜਦੋਂ ਉਹ ਪਿੰਡੋਂ ਆਏ, ਉਹਨਾਂ ਦੀ ਭਤੀਜੀ ਬੇਟੀ ਜੋ ਕਿ ਨਾਲ ਸੀ ਚਰਨਦਾਸ ਦੀ ਲੜਕੀ, ਉਹ ਬਿਲਕੁਲ ਛੋਟੀ ਉਮਰ ਦੀ ਸੀ, ਅਤੇ ਉਹਨੂੰ ਮੋਗੇ ਨਾਲ ਹੀ ਲਏ ਵੀ ਚਲੋ ਉੱਥੇ ਕਿਸੇ ਚੰਗੇ ਸਕੂਲ 'ਚ ਪੜ੍ਹ ਜੂ। ਪਿੰਡਾਂ 'ਚ ਥੋੜ੍ਹਾ ਜਿਹਾ ਉਦੋਂ ਵਿੱਦਿਆ ਦਾ ਇਹੋ ਜਿਹਾ ਹਾਲ ਹੀ ਸੀਗਾ ਵੀ ਆਪਾਂ ਨੂੰ ਕੀ ਫਰਕ ਪੈਂਦਾ। ਬੇਸ਼ੱਕ ਉਹ ਲੱਗਦਾ ਸੀ ਵੀ 3 ਬੇਟੀਆਂ ਤਾਂ ਪਹਿਲਾਂ ਆਪਦੇ ਹੈ, ਬੰਦਾ ਉਹ ਤੋਂ ਵੀ ਅੱਕ ਜਾਂਦਾ, ਪਰ ਚੌਥੀ ਬੇਟੀ ਨੂੰ ਨਾਲ ਲਿਆ ਕੇ ਬਰਾਬਰ ਦੀ ਵਿੱਦਿਆ ਦਿੱਤੀ। ਅਤੇ ਉਹ ਬੇਟੀ ਵੀ ਚਰਨਦਾਸ ਦੀ ਬਜਾਏ ਭਗਵਾਨ ਦਾਸ ਅਤੇ ਸਰੋਜ ਰਾਣੀ ਨੂੰ ਮਾਤਾ ਪਿਤਾ ਕਹਿ ਕੇ ਬੁਲਾਉਂਦੀ ਰਹੀ। ਆਪਦੇ ਪਿਤਾ ਨੂੰ ਉਹਨੇ ਚਾਚਾ ਹੀ ਕਿਹਾ। ਦੇਖੋ ਜੇ ਉਹਨਾਂ ਨੇ ਪਿਆਰ ਦਿੱਤਾ ਤਾਂ ਬੱਚੇ ਨੇ ਵੀ ਉਹਦਾ ਮੁੱਲ ਉਸ ਤਰ੍ਹਾਂ ਹੀ ਮੋੜਿਆ। ਬੱਚੇ ਨੂੰ ਵੀ ਪਰਮਾਤਮਾ ਨੇ ਉਹੋ ਜਿਹੀ ਬੁੱਧੀ ਦਿੱਤੀ। ਇੱਥੋਂ ਤੱਕ ਗੱਲ ਜਾਪਦੀ ਵੀ ਮੈਂ ਜੋ ਮੇਰੇ ਵਿੱਦਿਆ ਦੇ ਪੇਪਰ ਹੈ, ਯੂਨੀਵਰਸਿਟੀ ਦੇ ਸਰਟੀਫਿਕੇਟ ਹੈ, ਮੈਂ ਉਹਨਾਂ ਦੇ ਨਾਂ ਵੀ ਚੇਂਜ ਕਰਾ ਲੈਣਾ, ਮਾਤਾ ਪਿਤਾ ਤੁਹਾਡਾ ਹੀ ਰੱਖਣਾ। ਅਤੇ ਉਹ ਥੋੜ੍ਹੀਆਂ ਜਿਹੀਆਂ ਸਾਡੇ ਉਲਝਣਾਂ ਇਹਦੇ ਕਾਨੂੰਨਾਂ ਦੇ ਵਿੱਚ ਵੀ ਕਿੱਥੇ ਆਪਾਂ ਇਸ ਪਾਸੇ ਤੁਰਾਂਗੇ। ਅਤੇ ਕੋਈ ਨਹੀਂ, ਤੇਰੇ ਮਨ ਦੀ ਜੋ ਇੱਛਾ ਬੇਟੀ ਉਹ ਮੈਂ ਪੂਰੀ ਕਰੂੰ, ਵੀ ਮੇਰਾ ਜਦੋਂ ਵਿਆਹੁਤਾ ਜੀਵਨ ਹੋਣਾ ਹੈ ਅਤੇ ਤੁਸੀਂ ਮਾਤਾ ਪਿਤਾ ਬਣ ਕੇ ਉਹ ਸਾਰਾ ਫੇਰਿਆਂ ਦਾ ਜੋ ਟਾਈਮ ਲੰਘਾਉਣਾ। ਪਰ ਪਰਮਾਤਮਾ ਨੂੰ ਜਿੱਥੇ ਬਾਕੀ ਗੱਲਾਂ ਤਾਂ ਮਨਜ਼ੂਰ ਸੀ, ਪਰ ਉਹ ਜਿਹੜਾ ਆਖਰੀ ਉਹ ਬੇਟੀ ਦਾ ਮੰਗ ਸੀ, ਜਲਦੀ ਇੱਛਾ ਸੀ, ਉਹ ਪਰਮਾਤਮਾ ਨੇ ਪੂਰੀ ਨਹੀਂ ਹੋਣ ਦਿੱਤੀ। ਇਸ ਵਿਸ਼ੇ 'ਤੇ ਪੰਡਿਤ ਜੀ ਨੇ ਆਪਾਂ ਨੂੰ ਬਹੁਤ ਕੁਛ ਦੱਸਿਆ ਵੀ ਜੋ ਸਭ ਕੁਛ ਪ੍ਰਭੂ ਦੇ ਹੱਥ ਹੈ, ਉਹ ਬੱਚੀ ਉਸ ਗੱਲ ਤੋਂ ਵਾਂਝੀ ਰਹਿ ਗਈ। ਇਹ ਕਿੱਡਾ ਵੱਡਾ ਪਿਆਰ ਹੈ, ਅੱਜ ਭਗਵਾਨ ਦਾਸ ਜੀ ਨਹੀਂ ਰਹੇ, ਦੁੱਖ ਇਸ ਗੱਲ ਦਾ ਜ਼ਿਆਦਾ ਹੈ, ਸਮੇਂ ਤੋਂ ਪਹਿਲਾਂ ਚਲੇ ਗਏ, ਕਿਉਂਕਿ ਚੰਗੇ ਬੰਦਿਆਂ ਦਾ ਇੱਥੇ ਰਹਿਣਾ ਬਹੁਤ ਜ਼ਰੂਰੀ ਹੈ। ਚੰਗੇ ਬੰਦੇ ਹੋਣ ਦੀ ਬਾਬਤ ਜੇ ਸਮਾਜ ਥੋੜ੍ਹਾ ਬਹੁਤਾ ਚੰਗਾ ਹੈ ਅੱਜ ਦੇ ਹਾਲਾਤਾਂ ਮੁਤਾਬਕ, ਤਾਂ ਉਹ ਚੰਗੇ ਬੰਦਿਆਂ ਦੀ ਮੁਤਾਬਕ ਹੈ। ਬੇਸ਼ੱਕ ਗਿਣਤੀ ਚੰਗਿਆਂ ਦੀ ਜ਼ਿਆਦਾ ਹੈ, ਮਾੜਿਆਂ ਦੀ ਗਿਣਤੀ ਘੱਟ ਹੈ, ਚੰਗਿਆਂ ਦੀ ਅਜੇ ਬਹੁਤ ਜ਼ਿਆਦਾ ਹੈ, ਪਰ ਮਾੜੇ ਦਾ ਖਰੂਦ ਚੰਗੇ ਬੰਦਿਆਂ ਦੀ ਬਹੁਤੀ ਉੱਚੀ ਆਵਾਜ਼ ਨੂੰ ਵੀ ਦਬਾਉਣ ਦੇ ਕਾਬਲ ਬਣ ਚੁੱਕੇ। ਮੈਂ ਇਹੋ ਜਿਹੀ ਗੱਲ ਤਾਂ ਕਰਨੀ ਪੈਂਦੀ, ਚੰਗਾ ਬੰਦਾ ਜਦੋਂ ਜਾਂਦਾ ਹੈ ਉਦੋਂ ਬੰਦੇ ਦੇ ਦਿਲ 'ਚੋਂ ਗੱਲ ਨਿਕਲਦੀ ਹੈ ਵੀ ਚੰਗਾ ਇੱਕ ਘੱਟ ਗਿਆ, ਉਹਨੇ ਕਿੰਨੇ ਮਾੜਿਆਂ ਦਾ ਮੁਕਾਬਲਾ ਕਰਨਾ ਸੀ, ਕਿੰਨੀ ਸਮਾਜ ਨੂੰ ਉਹਨੇ ਸੇਧ ਦੇਣੀ ਸੀ। ਕਿਉਂਕਿ ਡਾਕਟਰ ਦਲੀਪ ਕੌਰ ਟਵਾਣਾ ਨੇ ਆਪਣੀ ਰਚਨਾ ਦੇ ਵਿੱਚ ਇੱਕ ਥਾਂ ਲਿਖਿਆ, ਜਾਣ ਵਾਲੇ ਦੇ ਨਾਲ ਜਿੰਨਾ ਕਿਸੇ ਦਾ ਸੰਬੰਧ ਹੈ ਉਹਨਾਂ ਉਹਨਾਂ ਉਹਨੂੰ ਹਰ ਕਾਨੂੰਨ ਦੇ ਸਿਵੇ ਦੇ ਵਿੱਚ ਮੱਚਣਾ ਪੈਂਦਾ ਹੈ। ਸੇਕ ਨੇੜੇ ਵਾਲੇ ਨੂੰ ਜ਼ਿਆਦਾ, ਦੂਰ ਵਾਲੇ ਨੂੰ ਘੱਟ, ਆਉਂਦਾ ਸੇਕ ਸਾਰੇ ਨੂੰ। ਮਾੜੂ ਕੋਈ ਪਿੰਡ ਦੇ ਵਿੱਚੋਂ ਸਰੀਰਕ ਤੌਰ 'ਤੇ ਜਦੋਂ ਇੱਥੇ ਉਹ ਆ ਗਏ ਅਤੇ ਸਾਡੇ ਨਾਲ ਮੇਲਾ ਜੋਲਾ ਬਹੁਤ ਵੱਡੇ ਗਿਣਤੀ ਦੇ ਵਿੱਚ ਮੇਰੇ ਦੋਸਤ ਮਿੱਤਰ ਸੱਜਣ ਸਾਰੇ ਆਏ ਹੈ, ਸਾਰਿਆਂ ਨੇ ਜੀ ਕਰਦਾ ਸ਼ਰਧਾਂਜਲੀ ਦੇਣ ਨੂੰ। ਜੋ ਮੈਂ ਗੱਲ ਕਰਦਾ ਇਹ ਸਾਰਿਆਂ ਦੀ ਆਵਾਜ਼ ਹੈ, ਮੇਰੀ ਆਪ ਦੀ ਆਵਾਜ਼ ਨਹੀਂ, ਇਹ ਸਾਰੇ ਸੱਜਣਾਂ ਦੇ ਸਹਿਯੋਗ ਦੀ ਆਵਾਜ਼ ਹੈ। ਜੇ ਉਹ ਚੰਗਾ ਵਿਚਰ ਕੇ ਇੱਡੀ ਵੱਡੀ ਗਿਣਤੀ ਦੇ ਵਿੱਚ ਸੰਗਤ ਆਈ, ਉਹਨਾਂ ਦੇ ਹੌਸਲੇ ਦੇ ਨਾਲ ਮੈਂ 2-4 ਸ਼ਬਦ ਉਹਨਾਂ ਦੇ ਬਾਬਤ, ਜੋ ਕਿ ਜਿੰਨੇ ਉਹ ਚੰਗੇ ਸੀ ਉਹਨੇ ਤਾਂ ਨਹੀਂ ਕਹਿ ਸਕੂੰਗਾ, ਪਰ ਮੈਂ ਕੋਸ਼ਿਸ਼ ਕੀਤੀ ਆਪਦੇ ਜਣੇ ਵੀ ਉਸ ਸੱਜਣ ਨੂੰ ਮੈਂ ਸਹੀ ਸ਼ਰਧਾਂਜਲੀ ਦੇ ਸਕਾਂ।
ਉਦੋਂ ਇੰਨੀ ਉਦਾਸੀ ਹੋ ਗਈ ਵੀ ਯਾਰ ਚੰਗੇ ਬੰਦੇ ਦੋ ਤਿੰਨ ਪਰਿਵਾਰ ਉੱਥੋਂ ਵਧੀਆ ਵਧੀਆ ਚਲੇ ਆਏ ਵੀ ਇਹੋ ਜਿਹੇ ਬੰਦੇ ਜੇ ਐਂ ਜਾਣ ਲੱਗ ਗਏ ਹਾਲਾਤਾਂ ਨੇ ਉਦੋਂ ਕੁਛ ਕਰਵਟ ਲਈ ਤਾਂ ਇੱਥੇ ਮਗਰ ਕੀ ਰਹਿ ਜੂਗਾ। ਇਹ ਚੰਗੇ ਬੰਦੇ ਦੇ ਆਉਣ 'ਤੇ ਲੋਕ ਇਸ ਤਰ੍ਹਾਂ ਕਰਦੇ ਆ, ਮਾੜਾ ਪਿੰਡ 'ਚੋਂ ਨਿਕਲ ਜੇ ਲੋਕ ਖੁਸ਼ੀ ਮਨਾਉਂਦੇ ਵੀ ਚਲੋ ਇਹਦੇ ਸਾਨੂੰ ਕੋਈ ਇੱਛਾ ਚੰਗਾ ਜੀ ਜੋ ਇਹ ਪਿੱਛੇ ਪੈਣਾ ਛੱਡ ਕੇ ਆਏ। ਬੇਸ਼ੱਕ ਲੰਮਾ ਸਮਾਂ ਉਹਨਾਂ ਨੂੰ ਆਇਆਂ ਨੂੰ ਇੱਥੇ ਹੋ ਗਿਆ ਪਰ ਉਹਨਾਂ ਨੇ ਪਿੰਡ ਨਾਲੋਂ ਮੋਹ ਨਹੀਂ ਤੋੜਿਆ। ਕਿਸੇ ਦਾ ਕੋਈ ਖੁਸ਼ੀ ਦਾ ਗਮੀ ਦਾ ਜੋ ਵੀ ਸਮਾਗਮ ਹੈ ਆਪਦੇ ਕੰਮ ਨੂੰ ਤਲਾਂਜਲੀ ਦੇ ਕੇ ਪਿੰਡ ਪਹੁੰਚਦੇ। ਕਿੰਨੀ ਠੰਡ ਕਿੰਨੀ ਗਰਮੀ ਹੋਵੇ ਅਤੇ ਚਾਹ ਚੜ ਜਾਣਾ ਵੀ ਭਗਵਾਨ ਦਾਸ ਜੀ ਆਪਦਾ ਕੰਮ ਛੱਡ ਕੇ ਆਏ ਆ, ਨਹੀਂ ਗੁਆਂਢੋਂ ਨਹੀਂ ਕੋਈ ਜਾਂਦਾ, ਅਗਲਾ ਕਹਿੰਦਾ ਅੱਗੋਂ ਪਿੱਛੋਂ ਜਾ ਆਵਾਂਗੇ। ਇਹ ਗੁਣ ਉਹਨਾਂ ਦੇ ਗਿਣਾਏ ਨਹੀਂ ਜਾ ਸਕਦੇ, ਅਣਗਿਣਤ ਉਹਨਾਂ ਦੇ ਜੋ ਗੁਣ ਹੈ ਜਿਹਦੀ ਬਦੌਲਤ ਅੱਜ ਸਾਰਾ ਨਗਰ ਲਗਭਗ ਇੱਥੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਪਹੁੰਚਿਆ। ਇਹੋ ਜਿਹੇ ਚੰਗੇ ਸੱਜਣਾਂ ਦੀ ਲੋੜ ਹੈ ਜਿੱਥੇ ਉਹਨਾਂ ਨੇ ਮਾਪਿਆਂ ਦੇ ਮੂਹਰੇ ਦੋਵੇਂ ਹੱਥ ਜੋੜ ਕੇ ਉਹਨਾਂ ਦੀ ਆਗਿਆ ਦਾ ਪਾਲਣ ਕੀਤਾ, ਉੱਥੇ ਛੋਟੇ ਭਾਈਆਂ 'ਤੇ ਦੋਵੇਂ ਹੱਥ ਫੜਾ ਕੇ ਉਹਨਾਂ ਦੇ ਸਿਰ 'ਤੇ ਹੱਥ ਵੀ ਰੱਖਿਆ। ਉਹਨਾਂ ਦੇ ਵਿਰਸੇ ਦੇ ਵਿੱਚ ਜੋ ਕੁਛ ਵੀ ਆਇਆ ਉਹ ਸਾਰਾ ਵਧੀਆ ਆਇਆ। ਉਹ ਆਪਦੇ ਸਾਰੇ ਪਰਿਵਾਰ 'ਚੋਂ ਪਰਿਵਾਰ ਦੇ ਉਹ ਵੱਡੇ ਮੈਂਬਰ ਸਨ, ਯਾਨੀ ਮਾਤਾ ਪਿਤਾ ਦੇ ਸਭ ਤੋਂ ਵੱਡੇ ਬੱਚੇ, ਉਹਨਾਂ ਦੇ ਜੋ ਪਿਤਾ ਜੀ ਸੀ ਉਹ ਵੀ ਆਪਦੇ ਸਾਰੇ ਪਰਿਵਾਰ 'ਚੋਂ ਵੱਡੀ ਔਲਾਦ ਸਨ। ਉਹਨਾਂ ਦੀ ਜੋ ਮਾਤਾ ਜੀ ਸਨ ਉਹ ਵੀ ਸਾਰੇ ਪਰਿਵਾਰ 'ਚੋਂ ਵੱਡੀ ਔਲਾਦ ਸਨ। ਜੋ ਉਹਨਾਂ ਦੇ ਘਰੋਂ ਬੀਬੀ ਸਰੋਜ ਰਾਣੀ ਉਹ ਵੀ ਸਾਰੇ ਪਰਿਵਾਰ 'ਚੋਂ ਉਹਨਾਂ ਦੀ ਵੱਡੀ ਔਲਾਦ ਸੀ। ਉਹਦੀ ਬਦੌਲਤ ਉਹਨਾਂ ਨੂੰ ਸਾਰਿਆਂ ਦੇ ਕੰਮ ਆਉਣ ਦਾ ਸੁਭਾਗ ਪ੍ਰਾਪਤ ਹੋਇਆ, ਕਿਉਂਕਿ ਘਰ ਦਾ ਜਿਹੜਾ ਵੱਡਾ ਬੱਚਾ ਹੋਵੇ ਜਿਵੇਂ ਮਾਪੇ ਵੱਡੇ ਹੋਣ ਉਹ ਆਪਦੇ ਛੋਟਿਆਂ ਦੇ ਕੰਮ ਆਏ ਉਵੇਂ ਇਸ ਤਰ੍ਹਾਂ ਸਭ ਦੇ ਕੰਮ ਆਏ। ਹੁਣ ਮੈਂ ਆਪਦਾ ਬਹੁਤਾ ਸਮਾਂ ਨਹੀਂ ਲਊਂ, ਤੁਸੀਂ ਜਿੰਨੇ ਵੀ ਪਰਿਵਾਰ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਨ ਆਏ ਹੋ ਉਸ ਜਾਣ ਵਾਲੇ ਸਾਡੇ ਰੰਗਲੇ ਸੱਜਣ ਨੂੰ ਸ਼ਰਧਾ ਦੇਣ ਪਹੁੰਚਿਓ, ਸਭ ਦਾ ਇੱਥੇ ਪਹੁੰਚਣ 'ਤੇ ਪਰਿਵਾਰ ਵੱਲੋਂ ਨਿਮਰਤਾ ਸਹਿਤ ਦੋਵੇਂ ਹੱਥ ਜੋੜ ਕੇ ਸਭ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਇੰਨਾ ਕੁਛ ਕਹਿੰਦਾ ਹੋਇਆ ਮੈਂ ਕੁਛ ਪਰਿਵਾਰ ਵੱਲੋਂ ਸੰਸਥਾਵਾਂ ਨੂੰ ਦਾਨ ਦਿੱਤਾ ਗਿਆ ਉਹ ਮੈਂ ਆਪ ਜੀ ਨੂੰ ਦੱਸ ਰਿਹਾ। ਸਰਕਾਰੀ ਹਾਈ ਸਕੂਲ ਪਿੰਡ ਮਾਣੂਕੇ ਸ਼ਮਸ਼ਾਨ ਘਾਟ ਪਿੰਡ ਮਾਣੂਕੇ ਸ਼ਿਵਪੁਰੀ ਸ਼ਮਸ਼ਾਨ ਘਾਟ ਗਾਂਧੀ ਮਾਣੂਕਾ, ਤਿੰਨਾਂ ਸੰਸਥਾਵਾਂ ਨੂੰ ਜੋ ਇਹ ਸਹਾਇਤਾ ਰਾਸ਼ੀ ਦਿੱਤੀ ਗਈ ਹੈ ਇਹਦਾ ਫਲ ਉਸ ਜਾਣ ਵਾਲੇ ਸੱਜਣ ਨੂੰ ਪ੍ਰਾਪਤ ਹੋਵੇ। ਜੋ ਵੀ ਸੱਜਣ ਇੱਥੇ ਇਹਨਾਂ ਸੰਸਥਾਵਾਂ ਨਾਲ ਸੰਬੰਧਿਤ ਹੈ ਉਹ ਇਹ ਤਾਂ ਰਾਸ਼ੀ ਮਦਨ ਜੀ ਤੋਂ ਲੈ ਲੈਣਗੇ। ਇਹਨਾਂ ਕੁਛ ਕਹਿੰਦਾ ਹੋਇਆ ਮੈਂ ਖਿਮਾ ਦਾ ਜਾ ਚੁੱਕਿਆ। ਅਖੀਰ ਦੇ ਵਿੱਚ ਨਿਮਰਤਾ ਸਹਿਤ ਪਰਿਵਾਰ ਵੱਲੋਂ ਇੱਕ ਹੋਰ ਬੇਨਤੀ ਹੈ, ਪਰਿਵਾਰ ਵੱਲੋਂ ਲੰਗਰ ਪਾਣੀ ਬਾਹਰ ਲਾਇਆ ਗਿਆ ਹੈ ਆਪ ਜੀ ਦੇ ਛਕਣ ਵਾਸਤੇ। ਜਿੰਨੇ ਵੀ ਤੁਸੀਂ ਆਏ ਹੋ ਸਾਰਿਆਂ ਨੇ ਲੋੜ ਅਨੁਸਾਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਇਹਨਾਂ ਕੁਛ ਕਹਿੰਦਾ ਖਿਮਾ ਦਾ ਜਾ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੇਵਾ ਸੁਰਤ ਨਾ ਜਾਣੀਆ
ਖਰੀਦਣਾ ਕੀਤਾ
ਨਾਮਾ ਇੱਕੋ ਸਭ ਪ੍ਰਸਾਦ। ਇੱਥੇ ਬੈਠ ਕਿਸੇ ಕೇಶವಾಯ ನಮಃ ಮಾಧವಾಯ ನಮಃ ಗೋವಿಂದಾಯ ನಮಃ ಅಚ್ಯುತಾಯ ನಮಃ ತ್ರಿವಿಕ್ರಮಾಯ ನಮಃ
ਆਸ਼ਤੋਸ਼ਾਯ ਨਮੋ ਨਮਃ ਸਮਕਸ਼ੇਕ ਦੰਤਸ਼ੇਕ ਕਪਿਲੋ ਗਜਕਰਣਕ ਲੰਬੋਦਰਸ਼ਚ ਵਿਕਟੋ ਵਿਘਨਨਾਸ਼ੋ ਵਿਨਾਇਕ ਧੂਮ੍ਰਕੇ ਦੁਰਗਣਾਧਿਕਸ਼ੋ ਬਾਲਚੰਦ੍ਰੋ ਗਜਾਨਨ ਦ੍ਵਾਦਸ਼ੈਤਾਨੀ ਨਾਮਾਨੀਯ ਪਠੇ ਸ਼ਿਣੋਯਾਦਪਿ ਵਿਦਿਆਰੰਭੇ ਵਿਵਾਹੇ ਚ ਪ੍ਰਵੇਸ਼ ਨਿਰਗਮੇ ਸਥਾ ਸੰਗ੍ਰਾਮੇ ਸੰਕਟੇਸ਼ਚੈਵ ਵਿਘ੍ਨਸਤਸ੍ਯ ਨ ਜਾਯਤੇ ਸ਼ੁਕਲਾਂਬਰਧਰਂ ਦੇਵਂ ਸ਼ਸ਼ੀਵਰ੍ਣਂ ਚਤੁਰ್ਭੁਜਂ ਪ੍ਰਸੰਨਵਦਨਂ ਧਿਆਯੇਤ ਸਰ੍ਵਵਿਘ੍ਨੋਪਸ਼ਾਂਤੇ ਅਭਿਪ੍ਸ੍ਥਾਰ੍ਥਸਿਧ್ਯਰ್ಥಂ ਪੂਜਿਤੋ ਯਸੁਰਾਸੁਰੈ ਸਰ੍ਵਵਿਘ੍ನਹ੍ರಸ್ತਸ್ಮೈ ಶ್ರೀಮನ್ಮಹಾಗಣಾಧಿಪತಯ ನಮಃ ಲಕ್ಷ್ಮೀನಾರಾಯಣಾಭ್ಯಾಂ ನಮಃ ಉಮಾಮಹೇಶ್ವರಾಭ್ಯಾಂ ನಮಃ ಸರ್ವೇಭ್ಯೋ ದೇವೇಭ್ಯೋ ಸರ್ವೇಭ್ಯೋ ಮಹಾಪುರುಷೇಭ್ಯೋ ಸರ್ವೇಭ್ಯೋ ತೀರ್ಥೇಭ್ಯೋ ನಮೋ ನಮಃ ಚಾವಲ ಹರಿ ಓಂ ನಮಃ ಯಂ ಬ್ರಹ್ಮ ವೇದಾಂತ ವಿದೋ ವದಂತಿ ಪರಮಂ ಪ್ರಧಾನಂ ಪುರುಷಂ ಸ್ತಥಾನ್ಯೈ ವಿಶ್ವೋದಿಗತೆ ಕಾರಣೀವೀಶ್ವರಂ ವಾ ತಸ್ಮೈ ನಮೋ ವಿಘ್ನ ವಿನಾಶಿನಾಯ ಗುರು ಬ್ರಹ್ಮಾ ಗುರು ವಿಷ್ಣು ಗುರುದೇವ ಮಹೇಶ ಗುರುರೇವ ಪರಂ ಬ್ರಹ್ಮ ತಸ್ಮೈ ಶ್ರೀ ಗುರುವೇ ನಮಃ ಯಾ ಕುಂದೇಂದು ತುಷಾರಹಾರ ಧವಲಾ ಯಾ ಶುಭ್ರವಸ್ತ್ರಾವೃತಾ ಯಾ ವೀಣಾ ವರದಂಡ ಮಂಡಿತ ಕರಾ ಯಾ ಶ್ವೇತ ಪದಮಾಸನಾ ಯಾ ಬ್ರಹ್ಮ ಅಚ್ಯುತ ಶಂಕರ ಪ್ರಭೃತಿರ್ ದೇವೈ ಸದಾ ವಂದಿತಾ ಸಾಮಾಂ ಪಾತು ಸರಸ್ವತೀ ಭಗವತೀ ನಿಶೇಷಜಾಡ್ಯಾಪಃ ಕರ್ಪೂರಿ ಗೌರಂ ಕರುಣಾವತಾರಂ ಸಂಸಾರ ಸಾರಂ ಭುಜಗೇಂದ್ರಹಾರಂ ಸದಾ ವಸಂತಂ ಹೃದಯಾರವಿಂದೇ ಭವಂ ಭವಾನಿ ಸಹಿತಂ ನಮಾಮಿ ವಂಶೀ ವಿಭೂಷಿತ ಕರಾತ್ ನವನೀರ್ದಾಭಾತ್ ಪೀತಾಂಬರಾದರುಣ ಬಿಂಬಫಲಾತ್ ರೋಷ್ಟಾತ್ ಪೂರ್ಣೇಂದು ಸುಂದರ ಮುಖಾತ್ ಅರವಿಂದ ನೇತ್ರಾತ್ ಶ್ರೀಕೃಷ್ಣಾತ್ ಪರಂ ಕಿಮಪಿ ತತ್ವಮಹಂ ನ ಜಾನೆ ನಾರಾಯಣಂ ನಮಸ್ಕೃತ್ಯ ನರಂ ಚೈವ ನರೋತ್ತಮಂ ದೇವೀಂ ಸರಸ್ವತೀಂ ವ್ಯಾಸಂ ತತೋ ಜಯ ಮುದೀರಯೇತ್ ಹರಿಓಂ ತತ್ಸತ್ ಹರಿಓಂ ತತ್ಸತ್ ಹರಿಓಂ ತತ್ಸತ್ ਦੁਨੀਆ ਦੀ ਸਭ ਤੋਂ ਵੱਡੀ ਸੱਚਾਈ ਔਰ ਸਭ ਤੋਂ ਦੁਖਦਾਈ ਜੇ ਕੋਈ ਸੱਚ ਹੈ
ਤਾਂ ਉਹ ਹੈ ਮੌਤ। ਮੌਤ ਤੋਂ ਵੱਡਾ ਦੁਨੀਆਂ ਦੇ ਵਿੱਚ ਹੋਰ ਕੋਈ ਸੱਚ ਨਹੀਂ ਹੈ, ਕਿਉਂਕਿ ਇਹ ਵੱਧ ਘੱਟ ਨਹੀਂ ਹੋ ਸਕਦੀ। 100 ਆਦਮੀ ਦਾ ਜਨਮ ਹੋਇਆ ਹੈ ਤਾਂ 100 ਨੇ ਹੀ ਦੁਨੀਆਂ ਦੇ ਵਿੱਚੋਂ ਜਾਣਾ ਹੈ, ਇਸ ਤੋਂ ਜ਼ਿਆਦਾ ਨਹੀਂ ਜਾ ਸਕਦੇ, ਇਸ ਤੋਂ ਘੱਟ ਨਹੀਂ ਜਾ ਸਕਦੇ। ਔਰ ਆਪਣੇ ਮਹਾਪੁਰਸ਼ ਇਸ ਮਾਨਵ ਜੀਵਨ ਨੂੰ ਬੜਾ ਉੱਤਮ, ਬੜਾ ਸ੍ਰੇਸ਼ਟ, ਬੜਾ ਚੰਗਾ ਦੱਸਦੇ ਹੈ। ਦੁਰਲਭਮ ਮਾਨੁਸ਼ਮ ਦੇਹਮ, ਇਹ ਮਾਨਵ ਦੇਹੀ ਬੜੇ ਕਿਸਮਤ ਦੇ ਨਾਲ, ਬੜੇ ਚੰਗੇ ਕਰਮ ਦੇ ਨਾਲ, ਪਿਛਲੇ ਜਨਮ ਦੇ ਕੋਈ ਜਪ ਤਪ ਦੇ ਨਾਲ ਇਹ ਸਾਨੂੰ ਮਾਨਵ ਦੇਹੀ ਇਹ ਪ੍ਰਾਪਤ ਹੁੰਦੀ ਹੈ। ਪਰ ਮਾਨਵ ਦੇਹੀ ਨੂੰ ਪ੍ਰਾਪਤ ਕਰਕੇ ਅਸੀਂ ਕਿੱਧਰਲੇ ਪਾਸੇ ਲੈ ਕੇ ਜਾਣਾ ਹੈ? ਕਿਉਂਕਿ ਜਾਣਾ ਤਾਂ ਸਭ ਨਾਵਾਂ ਨੇ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਕਹਿ ਰਹੇ ਕਿ ਅਰਜੁਨ ਜਾਤਸੇ ਹੀ ਧਰੁਵੋ ਮ੍ਰਿਤਯੂ, ਜਿਸ ਦਾ ਜਨਮ ਹੋਇਆ ਹੈ ਉਸ ਦੀ ਮੌਤ ਨਿਸ਼ਚਿਤ ਹੈ। ਕੋਈ ਇਸ ਤਰ੍ਹਾਂ ਦਾ ਜੀਵ ਦੁਨੀਆਂ ਦੇ ਅੰਦਰ ਨਹੀਂ ਕਿ ਜਿਸ ਦਾ ਜਨਮ ਹੋਇਆ ਹੋਵੇ ਔਰ ਉਹ ਦੁਨੀਆਂ ਦੇ ਵਿੱਚੋਂ ਨਾ ਗਿਆ ਹੋਵੇ। ਜਨਮ ਦੇ ਸਮੇਂ ਹੀ ਜਾਣ ਦਾ ਸਮਾਂ, ਸਥਾਨ ਅਤੇ ਕਾਰਨ, ਇਹ ਚੀਜ਼ਾਂ ਨਿਸ਼ਚਿਤ ਹੋ ਜਾਂਦੀਆਂ। ਔਰ ਗੁਰਬਾਣੀ ਇਸ ਤੋਂ ਵੀ ਅੱਗੇ ਚੱਲ ਕੇ 2 ਕਦਮ ਰੋਸ਼ਨੀ ਪਾ ਰਹੀ ਹੈ ਕਿ ਮਰਨ ਲਿਖਾਏ ਮੰਡਲ ਮਹਿ ਆਏ। ਜਨਮ ਤੋਂ ਪਹਿਲਾਂ ਜੀਵ ਦਾ ਮਰਨ ਲਿਖਿਆ ਜਾਂਦਾ ਹੈ ਕਿ ਹੈ ਜੀਵ ਤੂੰ ਹਮੇਸ਼ਾ ਉਸ ਜਗ੍ਹਾ 'ਤੇ ਰਹਿਣ ਵਾਸਤੇ ਨਹੀਂ ਜਾਣਾ, ਔਰ ਤੂੰ ਉਸ ਜਗ੍ਹਾ 'ਤੇ ਜਾ ਰਿਹਾ ਕਿਉਂ? ਕਿਉਂਕਿ ਤੈਨੂੰ ਕੋਈ ਭੇਜਣ ਵਾਲਾ ਹੈ, ਤੈਨੂੰ ਕੋਈ ਭੇਜਣ ਵਾਲਾ ਹੈ। ਗੁਰਬਾਣੀ ਕਹਿ ਰਹੀ ਇਕੱਲੇ ਆਏ ਨਾਨਕਾ ਸੱਦੇ ਤੇ ਉੱਠ ਜਾਏ। ਜਿਸ ਨੇ ਤੈਨੂੰ ਘੱਲਿਆ ਹੈ ਉਸਨੇ ਤੈਨੂੰ ਵਾਪਸ ਵੀ ਬੁਲਾਉਣਾ ਹੈ, ਪਰ ਭਾਈ ਜੇ ਵਾਪਸ ਬੁਲਾਉਣਾ ਹੈ ਤਾਂ ਸਾਨੂੰ ਇਸ ਜਗ੍ਹਾ 'ਤੇ ਘੱਲਣ ਦਾ, ਭੇਜਣ ਦਾ ਕੋਈ ਨਾ ਕੋਈ ਕਾਰਨ ਤਾਂ ਜ਼ਰੂਰ ਹੋਏਗਾ ਨਾ। ਅਸੀਂ ਉਸ ਦੇ ਬਾਰੇ ਕਿਤੇ ਵਿਚਾਰ ਨਹੀਂ ਕੀਤਾ ਗਾ। ਅਸੀਂ ਅੱਜ ਦੁਕਾਨ ਦੇ ਉੱਤੋਂ ਕਿਸੇ ਨੌਕਰ ਨੂੰ ਬਾਜ਼ਾਰ ਦੇ ਵਿੱਚ ਵੀ ਭੇਜਦੇ ਹਾਂ, ਕਿਸੇ ਕੰਮ ਲਈ ਭੇਜਦੇ ਹਾਂ ਕਿ ਭਾਈ ਤੂੰ ਬਾਜ਼ਾਰ ਦੇ ਵਿੱਚੋਂ ਕੁਛ ਲੈ ਕੇ ਆ। ਦੁਕਾਨ ਤੋਂ ਨੌਕਰ ਨੂੰ ਭੇਜਦੇ ਹਾਂ ਕਿ ਘਰ ਦੇ ਵਿੱਚੋਂ ਖਾਣਾ ਲੈ ਕੇ ਆ। ਘਰ ਦੇ ਵਿੱਚੋਂ ਨੌਕਰ ਨੂੰ ਭੇਜਦੇ ਕਿ ਬਾਜ਼ਾਰੋਂ ਜਾ ਕੇ ਸਬਜ਼ੀ ਜਾਂ ਹੋਰ ਕੋਈ ਰਾਸ਼ਨ ਲੈ ਕੇ ਆ। ਬਿਨਾਂ ਕਾਰਨ ਆਪਾਂ ਕਿਸੇ ਨੂੰ ਕਿਸੇ ਜਗ੍ਹਾ 'ਤੇ ਨਹੀਂ ਭੇਜਦੇ। ਤਾਂ ਉਹ ਪਰਮ ਪਿਤਾ ਪਰਮਾਤਮਾ ਉਸਨੇ ਵੀ ਸਾਨੂੰ ਬਿਨਾਂ ਕਾਰਨ ਇਸ ਜਗ੍ਹਾ 'ਤੇ ਨਹੀਂ ਭੇਜਿਆ। ਸਾਡੇ ਇਸ ਜਗ੍ਹਾ 'ਤੇ ਆਉਣ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੈ। ਇਸ ਜਗ੍ਹਾ 'ਤੇ ਆਉਣ ਦਾ ਸਾਡੇ ਕੋਈ ਨਾ ਕੋਈ ਮਕਸਦ ਹੈ ਕਿ ਸਾਨੂੰ ਦੁਨੀਆਂ ਦੇ ਵਿੱਚ ਕਿਉਂ ਭੇਜਿਆ ਗਿਆ। ਕਿਉਂਕਿ ਭਗਵਾਨ ਸ਼੍ਰੀ ਕ੍ਰਿਸ਼ਨ ਗੀਤਾ ਦੇ ਅੰਦਰ ਦੱਸ ਰਹੇ ਕਿ ਅਰਜੁਨ ਜਾਤ ਅਸੇ ਹੀ ਧਰੁਵੋ ਮ੍ਰਿਤਯੂ, ਮੌਤ ਕਿਸ ਦੀ ਹੁੰਦੀ ਹੈ? ਮੌਤ ਸਾਡੇ ਸਰੀਰ ਦੀ ਹੈ। ਆਤਮਾ ਨਾ ਕਿਤੇ ਜਨਮ ਲੈਂਦੀ ਹੈ ਅਤੇ ਨਾ ਕਿਤੇ ਆਤਮਾ ਦੀ ਮੌਤ ਹੁੰਦੀ ਹੈ। ਨੈ ਜਾਇਤੇ ਮ੍ਰੀਯਤੇ ਵਾ ਕਦਾਚਿਨ ਨਾਇਮ ਭੂਤਵਾ ਭਵਤਾ ਵਾਨ ਭੂਯੋ ਅਜੋ ਨਿਤਯ ਸ਼ਾਸ਼ਵਤ ਹੋਇਮ ਪੁਰਾਨੋ ਨੈ ਹੰਨ ਤੇ ਹੰਨ ਮਾਨੇ ਸ਼ਰੀਰੇ। ਕਿ ਆਤਮਾ ਦਾ ਨਾ ਜਨਮ ਹੈ ਔਰ ਨਾ ਹੀ ਕਿਤੇ ਆਤਮਾ ਦਾ ਮਰਨ ਹੈ। ਆਦਿ ਅੰਤ ਹੀ ਨਾ ਆਏ। ਆਦਿ ਦਾ ਮਤਲਬ ਜਨਮ ਔਰ ਅੰਤ ਦਾ ਮਤਲਬ ਉਸਦਾ ਮਰਨ। ਪਰਮਾਤਮਾ ਦਾ ਜਨਮ ਨਹੀਂ ਹੈ, ਪਰਮਾਤਮਾ ਦਾ ਮਰਨ ਨਹੀਂ ਹੈ, ਔਰ ਉਸ ਪਰਮਾਤਮਾ ਦਾ ਅੰਸ਼
ਉਸ ਪਰਮਾਤਮਾ ਦਾ ਨੂਰ, ਉਸ ਪਰਮਾਤਮਾ ਦਾ, ਉਸ ਪਰਮਾਤਮਾ ਦੀ ਸ਼ਕਤੀ ਉਹ ਸਾਡੇ ਸਰੀਰ ਦੇ ਅੰਦਰ ਹੈ। ਆਪਾਂ ਬਹੁਤ ਵਾਰ ਕਈ ਵਿਦਵਾਨਾਂ ਤੋਂ ਕਥਾ ਸੁਣੀ ਹੋਏਗੀ ਕਿ ਜਿਸ ਵੇਲੇ ਪਰਮਾਤਮਾ ਨੇ ਦੁਨੀਆਂ ਦੀ ਸਿਰਜਣਾ ਕੀਤੀ, ਦੁਨੀਆਂ ਨੂੰ ਬਣਾਇਆ, ਦੁਨੀਆਂ ਨੂੰ ਬਣਾਉਂਦੇ ਹੋਏ ਪਰਮਾਤਮਾ ਨੇ ਸਾਰੀਆਂ ਚੀਜ਼ਾਂ ਬਣਾਈਆਂ, ਫਲ ਬਣਾਏ, ਫੁੱਲ ਬਣਾਏ, ਬਨਸਪਤੀਆਂ ਬਣਾਈਆਂ, ਪਹਾੜ, ਪਰਬਤ, ਨਦੀਆਂ, ਦਰਿਆ, ਸਮੁੰਦਰ, ਤਰ੍ਹਾਂ ਤਰ੍ਹਾਂ ਦੀ ਚੀਜ਼ਾਂ ਬਣਾਈਆਂ। ਇਹਨਾਂ ਸਭ ਚੀਜ਼ਾਂ ਨੂੰ ਬਣਾਉਣ ਤੋਂ ਬਾਅਦ ਪਰਮਾਤਮਾ ਨੇ ਦੇਖਿਆ ਕਿ ਇਹ ਮੈਂ ਸਾਰੀਆਂ ਚੀਜ਼ਾਂ ਬਣਾ ਲਈਆਂ, ਇਹ ਸਾਰੀ ਚੀਜ਼ਾਂ ਬਣ ਕੇ ਤਿਆਰ ਹੋ ਗਈਆਂ, ਪਰ ਇਹਨਾਂ ਚੀਜ਼ਾਂ ਦੀ ਵਰਤੋਂ ਵਾਲਾ ਮੈਂ ਕੋਈ ਦੁਨੀਆਂ ਦੇ ਵਿੱਚ ਹਜੇ ਪੈਦਾ ਨਹੀਂ ਕੀਤਾ। ਇਹਨਾਂ ਨੂੰ ਵਰਤੇਗਾ ਕੌਣ? ਆਪਾਂ ਵੀ ਆਪਣੇ ਘਰ ਦੇ ਅੰਦਰ ਕਿੰਨਾ ਮਰਜ਼ੀ ਕੋਈ ਪੈਸਾ ਰੁਪਈਆ ਖਰਚ ਕਰਕੇ ਰੱਖ ਲਈਏ, ਬਹੁਤ ਬੜੀ ਕੋਠੀ ਬਣਾ ਲਓ, ਬੰਗਲਾ ਬਣਾ ਲਓ, ਕੋਈ ਰਹਿਣ ਵਾਲਾ ਨਾ ਹੋਵੇ ਤਾਂ ਉਹ ਕੋਠੀ ਬੰਗਲਾ ਸਾਡਾ ਬੇਕਾਰ ਹੋ ਜਾਂਦਾ। ਇਹ ਵਿਚਾਰ ਕਰਦੇ ਹੋਏ ਪਰਮਾਤਮਾ ਨੇ ਇਨਸਾਨ ਨੂੰ ਬਣਾਇਆ। ਜਿਸ ਵੇਲੇ ਇਨਸਾਨ ਨੂੰ ਬਣਾਇਆ, ਪਰਮਾਤਮਾ ਨੇ ਆਦਮੀ ਨੂੰ ਬਣਾਇਆ, ਔਰ ਆਦਮੀ ਪਰਮਾਤਮਾ ਦੇ ਸਾਹਮਣੇ ਲੇਟਿਆ ਹੋਇਆ, ਪਰਮਾਤਮਾ ਦੇਖ ਰਹੇ ਕਿ ਹੁਣ ਵੀ ਉੱਠੇਗਾ, ਹੁਣ ਵੀ ਬੋਲੇਗਾ, ਕੋਈ ਹਰਕਤ ਕਰੇਗਾ, ਹੱਥ ਪੈਰ ਹਿਲਾਏਗਾ, ਕੋਈ ਹੋਰ ਆਪਣੀ ਅੰਗ ਦੇ ਨਾਲ ਕੋਈ ਇਸ਼ਾਰਾ ਕਰੇਗਾ। ਪਰ ਇਸ ਇਨਸਾਨ ਨੇ ਨਾ ਤਾਂ ਪਕੂਕਾਂ ਝੱਪੀਆਂ, ਨਾ ਇਸਨੇ ਜ਼ੁਬਾਨ ਹਿਲਾਈ, ਨਾ ਇਸਨੇ ਹੱਥ ਪੈਰ ਹਿਲਾਇਆ, ਨਾ ਇਸਨੇ ਕੋਈ ਇਸ਼ਾਰਾ ਕੀਤਾ ਕਿਸੇ ਤਰ੍ਹਾਂ ਦਾ। ਪਰਮਾਤਮਾ ਦੇਖ ਰਹੇ ਕਿ ਬੋਲਣ ਵਾਸਤੇ ਜ਼ੁਬਾਨ, ਸੁਣਨ ਵਾਸਤੇ ਕੰਨ, ਔਰ ਚੱਲਣ ਵਾਸਤੇ ਪੈਰ, ਕੰਮ ਕਰਨ ਵਾਸਤੇ ਹੱਥ ਬਣਾਏ, ਪਰ ਇਸਨੇ ਕੁਛ ਵੀ ਨਹੀਂ ਕੀਤਾ। ਇਹ ਡੈਡ ਬੋਡੀ ਦੀ ਤਰ੍ਹਾਂ, ਇੱਕ ਮ੍ਰਿਤਕ ਦੀ ਤਰ੍ਹਾਂ ਮੇਰੇ ਸਾਹਮਣੇ ਪਿਆ ਹੋਇਆ। ਤਾਂ ਪਰਮਾਤਮਾ ਨੇ ਬੜਾ ਵਿਚਾਰ, ਬੜਾ ਚਿੰਤਨ ਕਰਨ ਤੋਂ ਬਾਅਦ ਦੇਖਿਆ ਕਿ ਬਾਕੀ ਤਾਂ ਸਭ ਚੀਜ਼ਾਂ ਤਿਆਰ ਹੈ, ਹੁਣ ਕਮੀ ਹੈ ਤਾਂ ਕਿਸ ਚੀਜ਼ ਦੀ ਹੈ? ਪਰਮਾਤਮਾ ਨੇ, ਈਸ਼ਵਰ ਨੇ, ਉਸ ਅਕਾਲ ਪੁਰਖ ਨੇ ਆਪਣਾ ਨੂਰ, ਆਪਣੀ ਸ਼ਕਤੀ, ਆਪਣਾ ਅੰਸ਼, ਆਪਣੀ ਕਿਰਨ, ਜਿਵੇਂ ਸੂਰਜ ਦੀ ਅਣਗਿਣਤ ਕਿਰਨਾਂ ਹੈ, ਉਸੇ ਤਰ੍ਹਾਂ ਦੇ ਨਾਲ ਪਰਮਾਤਮਾ ਨੇ ਆਪਣੀ ਇੱਕ ਛੋਟੀ ਜਿਹੀ ਕਿਰਨ ਸਾਡੇ ਅੰਦਰ ਪ੍ਰਵੇਸ਼ ਕਰਵਾਈ। ਜਿਸ ਵੇਲੇ ਪਰਮਾਤਮਾ ਦੀ ਇੱਕ ਛੋਟੀ ਜਿਹੀ ਕਿਰਨ ਇਹ ਸਾਡੇ ਸਰੀਰ ਦੇ ਅੰਦਰ ਪ੍ਰਵੇਸ਼ ਹੋਈ, ਜਿਵੇਂ ਥੋੜ੍ਹੀ ਜਿਹੀ ਲਾਈਟ ਆਉਂਦੀ ਹੈ, ਭਾਖੜਾ ਟਾਈਮ 'ਤੇ ਬਹੁਤ ਜ਼ਿਆਦਾ ਬਿਜਲੀ ਬਣਦੀ ਹੈ, ਪਰ ਇੱਕ ਬਲਬ ਦੇ ਵਿੱਚ ਛੋਟੀ ਜਿਹੀ ਉਸਦੀ ਇੱਕ ਮਾਤਰਾ ਆਉਂਦੀ ਹੈ, ਉਸਦਾ ਇੱਕ ਛੋਟਾ ਜਿਹਾ ਅੰਸ਼ ਆਉਂਦਾ ਹੈ, ਇੱਕ ਪਰਮਾਣੂ ਦੇ ਬਰਾਬਰ ਆਉਂਦਾ ਹੈ, ਔਰ ਸਾਡੀ ਲਾਈਫ ਜਗਮਗਾ ਜਾਂਦੀ ਹੈ। ਉਸੇ ਤਰ੍ਹਾਂ ਦੇ ਨਾਲ ਪਰਮਾਤਮਾ ਦਾ ਅੰਸ਼ ਜਦੋਂ ਸਾਡੇ ਇਸ ਸਰੀਰ ਦੇ ਅੰਦਰ ਪ੍ਰਵੇਸ਼ ਹੋ ਗਿਆ, ਜਦੋਂ ਪਰਮਾਤਮਾ ਦੇ ਨੂਰ ਨੇ ਸਾਡੇ ਸਰੀਰ ਦੇ ਅੰਦਰ ਵਾਸ ਕਰ ਲਿਆ, ਪ੍ਰਵੇਸ਼ ਕੀਤਾ, ਉਸੇ ਵੇਲੇ ਸਾਡਾ ਸਰੀਰ ਚੱਲਣ, ਫਿਰਨ, ਉੱਠਣ, ਬੈਠਣ, ਖਾਣ ਪੀਣ ਦੇ ਕਾਬਲ ਹੋਇਆ, ਉੱਠ ਕੇ ਬੈਠ ਗਿਆ ਪਰਮਾਤਮਾ ਦੇ ਸਾਹਮਣੇ। ਔਰ ਜਦੋਂ ਉੱਠ ਕੇ ਬੈਠ ਗਿਆ, ਗ੍ਰੰਥਾਂ ਨੇ ਕੀ ਲਿਖਿਆ? ਗ੍ਰੰਥਾਂ ਨੇ ਲਿਖਿਆ, ਆਦਿ ਅੰਤ ਹੀ ਨਾਏ, ਜੇ ਜਿਸ ਪਰਮਾਤਮਾ ਦੀ ਮੌਤ ਨਹੀਂ ਹੈ, ਉਸ ਪਰਮਾਤਮਾ ਦਾ ਨੂਰ ਸਾਡੇ ਅੰਦਰ ਹੈ। ਤੁਲਸੀਦਾਸ ਜੀ ਨੇ ਲਿਖਿਆ, ਇਸ ਅੰਸ ਜੀ। ਇਸ ਤੋਂ ਬਾਅਦ ਮਹਾਂਪੁਰਸ਼ਾਂ ਨੇ ਹੋਰ ਉਸਨੂੰ ਸੌਖਾ ਕੀਤਾ, ਏਕ ਨੂਰ ਸੇ ਸਭ ਜਗ ਉਪਜਿਓ। ਸਾਨੂੰ ਕੋਈ ਪੈਦਾ ਕਰਨ ਵਾਲੇ ਵੱਖਰੇ ਵੱਖਰੇ ਨਹੀਂ ਹੈ। ਜਿਵੇਂ ਸੂਰਜ ਇੱਕ ਹੁੰਦੇ ਹੋਏ ਆਪਾਂ ਸੂਰਜ ਦੇ ਨਾਮ ਅਲੱਗ ਅਲੱਗ ਰੱਖ ਦਿੱਤੇ,
ਕੋਈ ਸੂਰਜ ਨੂੰ ਸੂਰਜ ਕਹਿ ਦਿੰਦਾ ਹੈ, ਕੋਈ ਉਸਨੂੰ ਮਹਤਾਬ ਆਫਤਾਬ ਕਹਿ ਦਿੰਦਾ ਹੈ, ਕੋਈ ਉਸਨੂੰ ਭਾਸਕਰ ਕਹਿ ਦਿੰਦਾ ਹੈ, ਕੋਈ ਉਸਨੂੰ ਆਦਿਤ ਕਹਿ ਦਿੰਦਾ ਹੈ, ਕੋਈ ਉਸਨੂੰ ਮਾਰਦੰਡ ਕਹਿ ਦਿੰਦਾ ਹੈ, ਲੇਕਿਨ ਸੂਰਜ ਇੱਕੋ ਹੀ ਹੈ। ਇੱਕ ਸੂਰਜ ਹੁੰਦੇ ਹੋਏ ਉਸਦੇ ਨਾਮ ਅਣਗਿਣਤ ਹੈ। ਉਸੇ ਤਰ੍ਹਾਂ ਦੇ ਨਾਲ ਪਰਮਾਤਮਾ ਇੱਕ ਹੁੰਦੇ ਹੋਏ ਉਹਨਾਂ ਦੇ ਨਾਮ ਬੇਸ਼ੁਮਾਰ ਹੈ। ਔਰ ਉਸ ਪਰਮਾਤਮਾ ਦਾ ਅੰਸ਼ ਸਾਡੇ ਸਰੀਰ ਦੇ ਅੰਦਰ ਹੈ, ਉਸ ਪਰਮਾਤਮਾ ਦਾ ਕਿਤੇ ਵਿਨਾਸ਼ ਨਹੀਂ ਹੁੰਦਾ। ਗ੍ਰੰਥ ਲਿਖ ਰਹੇ ਨੇ ਆਦਿ ਅੰਤ ਹੀ ਨਾਏ, ਜਿਸਦੇ ਜਨਮ ਤੇ ਮਰਨ ਦਾ ਸਾਨੂੰ ਪਤਾ ਨਹੀਂ, ਉਹ ਪਰਮਾਤਮਾ ਦਾ ਅੰਸ਼ ਹਾਂ ਸੀ। ਔਰ ਬਾਬਾ ਨਾਨਕ ਦੇਵ ਜੀ ਕੀ ਫਰਮਾ ਰਹੇ ਹੈ ਕਿ ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋ ਸੀ ਹੀ ਸੱਚ। ਉਹ ਪਰਮਾਤਮਾ ਜਿਹੜਾ ਸਾਡੇ ਅੰਦਰ ਵਾਸ ਕਰਦਾ ਹੈ, ਜਿਸ ਪਰਮਾਤਮਾ ਦੀ ਬਦੌਲਤ ਅਸੀਂ ਚੱਲਦੇ ਫਿਰਦੇ ਸੌਂਦੇ ਜਾਗਦੇ ਖਾਂਦੇ ਪੀਂਦੇ ਗੱਲਬਾਤ ਕਰਦੇ ਹਾਂ, ਉਹ ਪਰਮਾਤਮਾ ਆਦ ਯਾਨੀ ਕਿ ਆਦਿ ਕਾਲ। ਆਦਿ ਕਾਲ ਦਾ ਮਤਲਬ ਜਿਸ ਵੇਲੇ ਦੁਨੀਆਂ ਦੀ ਸਿਰਜਣਾ ਹੋਈ, ਦੁਨੀਆਂ ਨੂੰ ਬਣਾਉਣ ਵਾਲਾ ਦੁਨੀਆਂ ਤੋਂ ਪਹਿਲਾਂ ਵਿਰਾਜਮਾਨ ਸੀ। ਕਿਉਂ? ਸਾਨੂੰ ਜਨਮ ਦੇਣ ਵਾਲੇ ਸਾਡੇ ਮਾਤਾ ਪਿਤਾ ਸਾਡੇ ਤੋਂ ਪਹਿਲਾਂ ਸੀ, ਉਹਨਾਂ ਨੂੰ ਜਨਮ ਦੇਣ ਵਾਲੇ ਦਾਦਾ ਦਾਦੀ ਉਹਨਾਂ ਤੋਂ ਪਹਿਲਾਂ ਸੀ। ਉਸੇ ਤਰ੍ਹਾਂ ਦੇ ਨਾਲ ਦੁਨੀਆਂ ਦੀ ਸਿਰਜਣਾ ਕਰਨ ਵਾਲਾ, ਦੁਨੀਆਂ ਨੂੰ ਬਣਾਉਣ ਵਾਲਾ ਦੁਨੀਆਂ ਤੋਂ ਪਹਿਲਾਂ ਸੀ। ਉਹ ਕਿੰਨਾ ਚਿਰ ਪਹਿਲਾਂ ਸੀ? ਕੋਈ 2, 4, 10, 20, 50 ਸਾਲ ਨਹੀਂ। ਉਸਦੇ ਬਾਰੇ ਵੀ ਗ੍ਰੰਥ ਵੀ ਲਿਖ ਰਹੇ, ਆਦਿ ਅੰਤ ਹੀ ਨਾ ਆਏ ਨਿਰਗੁਣ ਆਏ ਗੁਰਾਤਮਾ ਨੇ। ਔਰ ਗੁਰਬਾਣੀ ਕੀ ਕਹਿ ਰਹੀ ਹੈ ਕਿ ਤਿੱਥੋਂ ਵਾਰ ਨਾ ਜੋਗੀ ਜਾਣੇ। ਜਦੋਂ ਦੁਨੀਆਂ ਦੀ ਸਿਰਜਣਾ ਹੋਈ ਉਦੋਂ ਮੱਸਿਆ ਸੀ, ਪੁੰਨਿਆ ਸੀ, ਸੰਗਰਾਂਦ ਸੀ, ਹਨੇਰਾ ਪੱਖ ਸੀ, ਚਾਨਣਾ ਪੱਖ ਸੀ, ਕਿਹੜੀ ਕਰੀਬ ਸੀ, ਸਰਦੀਆਂ ਸੀ, ਗਰਮੀਆਂ ਸੀ, ਧੁੱਪ ਨਿਕਲੀ ਸੀ, ਧੁੰਦ ਪੈਂਦੀ ਸੀ, ਮੀਂਹ ਪੈਂਦਾ ਸੀ, ਕੋਈ ਆਪਾਂ ਨੂੰ ਕਿਸੇ ਨੂੰ ਪਤਾ ਨਹੀਂ। ਔਰ ਕਿਸ ਨੂੰ ਪਤਾ? ਜਿਸਨੇ ਦੁਨੀਆਂ ਸਾਜੀ ਹੈ। ਔਰ ਉਹ ਪਹਿਲਾਂ ਵੀ ਸੀ ਦੁਨੀਆਂ ਤੋਂ, ਇਸ ਵੇਲੇ ਵੀ ਹੈ, ਔਰ ਦੁਨੀਆਂ ਤੋਂ ਬਾਅਦ ਦੇ ਵਿੱਚ ਵੀ ਰਹੇਗਾ, ਕਿਉਂਕਿ ਹੋਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹੇਗਾ। ਕੌਣ? ਪਰਮਾਤਮਾ। ਔਰ ਉਸ ਪਰਮਾਤਮਾ ਨੂੰ ਬਾਬਾ ਨਾਨਕ ਦੇਵ ਜੀ ਨੇ ਫਰਮਾਇਆ ਅਕਾਲ ਪੁਰਖ। ਅਕਾਲ, ਅਕਾਲ ਦਾ ਮਤਲਬ ਜਿਸਦੇ ਕੋਲ ਮੌਤ ਦੀ ਪਰਛਾਈ ਵੀ ਨਹੀਂ ਜਾਂਦੀ, ਜਿਸਦੇ ਕੋਲ ਮੌਤ ਦਾ ਸਾਇਆ ਵੀ ਨਹੀਂ ਫਟ ਸਕਦਾ, ਮੌਤ ਦੀ ਪਰਛਾਈ ਵੀ ਜਿਸ ਤੋਂ ਲੱਖਾਂ ਮੀਲ ਦੂਰ ਰਹਿੰਦੀ ਹੈ, ਜਿਸਦੇ ਉੱਤੇ ਵਕਤ ਦਾ, ਜਿਸਦੇ ਉੱਤੇ ਸਮੇਂ ਦਾ, ਜਿਸਦੇ ਉੱਤੇ ਕਿਸੇ ਚੀਜ਼ ਦਾ ਕੋਈ ਪ੍ਰਭਾਵ ਨਹੀਂ ਹੈ, ਉਸ ਪਰਮਾਤਮਾ ਦਾ ਨੂਰ, ਉਸ ਪਰਮਾਤਮਾ ਦਾ ਅੰਸ਼, ਉਹ ਹੈ ਸਾਡੇ ਅੰਦਰ ਜੀਵਾਤਮਾ। ਔਰ ਈਸ਼ਵਰ ਕਹਿ ਰਹੇ ਕਿ ਹੈ ਗਰੁੜ, ਇਹ ਜੀਵਾਤਮਾ ਕਿਤੇ ਮਰਦੀ ਨਹੀਂ ਹੈ। ਭਗਵਾਨ ਕ੍ਰਿਸ਼ਨ ਸਵਯੰ ਗੀਤਾ ਦੇ ਅੰਦਰ ਲਿਖ ਰਹੇ ਕਿ ਮਮਈ ਵਾਂਸ਼ੋ ਜੀਵ ਲੋਕੇ ਜੀਵ ਹੁੰਦਾ ਸਨਾਤਨ ਹੈ। ਇਹ ਜੀਵਾਤਮਾ ਜਿੰਨੀਆਂ ਵੀ ਹੈ, ਜਿੰਨੇ ਵੀ ਜੀਵ ਹੈ ਸੰਸਾਰ ਦੇ ਅੰਦਰ, ਜਿੰਨੀਆਂ ਰੂਹਾਂ ਹੈ, ਕੋਈ ਸਪੈਸ਼ਲ ਆਦਮੀ ਨਹੀਂ, ਜੀਵ ਲੋਕੇ, ਇਹ ਸੰਸਾਰ ਦੇ ਜਿੰਨੇ ਜੀਵ ਹੈ, ਇਸ ਦੁਨੀਆਂ ਦੇ ਅੰਦਰ ਜਿੰਨੇ ਜੀਵ ਹੈ, ਜਿੰਨੇ ਆਪਾਂ ਨੂੰ ਨਜ਼ਰ ਆ ਰਹੇ ਔਰ ਜਿਹੜੇ ਆਪਾਂ ਨੂੰ ਨਜ਼ਰ ਨਹੀਂ ਆ ਰਹੇ, ਉਹ ਕੌਣ ਹੈ? ਭਗਵਾਨ ਕ੍ਰਿਸ਼ਨ ਕਹਿ ਰਹੇ ਕਿ ਮਮਈ ਵਾਂਸ਼ੋ, ਉਹ ਸਾਰੇ ਪਰਮਾਤਮਾ ਦੇ ਅੰਸ਼ ਹੈ, ਪਰਮਾਤਮਾ ਦੇ ਨੂਰ ਹੈ। ਔਰ ਪਰਮਾਤਮਾ ਦੇ ਅਸੀਂ ਨੂਰ ਹਾਂ, ਪਰਮਾਤਮਾ ਤੋਂ ਅਸੀਂ ਵਿਛੜੇ ਹਾਂ, ਪਰਮਾਤਮਾ ਤੋਂ ਅਸੀਂ ਅਲੱਗ ਹੋਏ ਹਾਂ। ਔਰ ਪਰਮਾਤਮਾ ਦੇ ਵਿੱਚ ਜਿੰਨਾ ਚਿਰ ਜਾ ਕੇ ਅਸੀਂ ਨਹੀਂ ਸਮਾ ਜਾਵਾਂਗੇ, ਉਹਨਾਂ ਚਿਰ ਸਾਡੀ ਇਹ ਵਾਰ ਵਾਰ ਦੀ ਯਾਤਰਾ ਚੱਲਦੀ ਰਹੇਗੀ। ਪਰਮਾਤਮਾ ਤੋਂ ਜੁਦਾ ਹੋ ਕੇ ਇਸ ਜੀਵ ਨੇ ਇੱਕ ਯਾਤਰਾ ਸ਼ੁਰੂ ਕੀਤੀ, ਔਰ ਯਾਤਰਾ ਕਰਦੇ ਕਰਦੇ ਇਸ ਤੋਂ ਹੋ ਗਏ ਕਰਮ, ਔਰ ਇਸਨੇ ਕਰਮ ਕਰ ਲਏ। ਉਸ ਕਰਮ ਦੀ ਵਜ੍ਹਾ ਦੇ ਨਾਲ ਇਸ ਨੂੰ ਸੁੱਖ ਤੇ ਦੁੱਖ ਇਹਦੇ ਵਿੱਚ ਉਲਝਣਾ ਪੈ ਗਿਆ।
ਹਰ ਪਰਮਾਤਮਾ ਕਹਿ ਰਿਹਾ ਕਿ ਜੀਵ ਦੇਖ ਤੂੰ ਤਰ੍ਹਾਂ ਤਰ੍ਹਾਂ ਦੀ ਯੋਨੀਆਂ ਦੇ ਵਿੱਚ ਗਿਆ, ਤੂੰ ਕੀੜੇ ਪਤੰਗੇ ਪਸ਼ੂ ਪਕਸ਼ੀ ਪਤਾ ਨਹੀਂ ਕਿਹੜੀ ਕਿਹੜੀ ਯੋਨੀਆਂ ਦੇ ਵਿੱਚ ਤੂੰ ਭਟ ਗਿਆ ਹੈ, ਔਰ ਹੁਣ ਤੈਨੂੰ ਮਾਨਵ ਸਰੀਰ ਦਿੱਤਾ ਜਾ ਰਿਹਾ, ਔਰ ਮਾਨਵ ਸਰੀਰ ਕਾਹਦੇ ਨਾਨਕਾ ਸੱਦੇ ਤੇ ਉੱਠ ਜਾ, ਸਾਡੇ ਇਸ ਜਗ੍ਹਾ ਤੇ ਭੇਜਣ ਦਾ, ਸਾਡੇ ਇਸ ਜਗ੍ਹਾ ਤੇ ਆਉਣ ਦਾ ਕੋਈ ਕਾਰਨ ਹੈ, ਕੋਈ ਰੀਜ਼ਨ ਹੈ? ਔਰ ਪਰਮਾਤਮਾ ਕਹਿ ਰਿਹਾ ਕਿ ਜੀ ਤੂੰ ਤਰ੍ਹਾਂ ਤਰ੍ਹਾਂ ਦੀ ਯੋਨੀਆਂ ਦੇ ਵਿੱਚ ਭਟ ਗਿਆ ਹੈ, ਤਰ੍ਹਾਂ ਤਰ੍ਹਾਂ ਦੇ ਤੂੰ ਦੁੱਖਾਂ ਨੂੰ ਭੋਗਿਆ, ਤਰ੍ਹਾਂ ਤਰ੍ਹਾਂ ਦੇ ਤੂੰ ਸੰਤਾਪ ਇਹ ਭੋਗੇ ਹੈ, ਔਰ ਹੁਣ ਤੈਨੂੰ 84 ਲੱਖ ਯੋਨੀ ਦੇ ਵਿੱਚੋਂ ਬਾਹਰ ਜਾਣ ਵਾਸਤੇ ਇੱਕ ਮੈਂ ਮੌਕਾ ਦੇ ਰਿਹਾ, ਇੱਕ ਮੈਂ ਤੈਨੂੰ ਚਾਂਸ ਦੇ ਰਿਹਾ। ਔਰ ਉਹ ਕੀ ਹੈ? ਗਰਭ ਪ੍ਰਾਣ ਕਹਿ ਰਹੇ ਕਿ ਸੋ ਕਾਨ ਭੂਤਾਂ ਮੋਕਸ਼ਸੈ ਮਾਨੁਸ਼ੰ ਤਾਪੇ ਦੁਰਲਭ। ਇਹ ਮਾਨਵ ਸਰੀਰ ਜਿਹੜਾ ਬੜਾ ਦੁਰਲਭ ਹੈ, ਇਹ ਪਰਮਾਤਮਾ ਦੀ ਪ੍ਰਾਪਤੀ ਦਾ ਇੱਕ ਸਾਧਨ ਹੈ, ਜ਼ਰੀਆ ਹੈ। ਤੁਲਸੀਦਾਸ ਜੀ ਨੇ ਰਾਮਾਇਣ ਦੇ ਅੰਦਰ ਹੋਰ ਉਸਨੂੰ ਸੌਖਾ ਕਰਕੇ ਲਿਖ ਦਿੱਤਾ ਕਿ ਮਾਨਵ ਸਰੀਰ ਸਾਧਨ ਦਾਨ ਮੋਕਸ਼ ਦੁਆਰਾ ਇਹ ਪਰਮਾਤਮਾ ਨੂੰ ਮਿਲਣ ਦਾ ਸਾਧਨ ਹੈ। ਔਰ ਗੁਰਬਾਣੀ ਦੇ ਅੰਦਰ ਮਹਾਰਾਜ ਨੇ ਫਰਮਾਇਆ ਕਿ ਹਰੀ ਪ੍ਰਾਪਤ ਮਾਨਸ ਦੇਹਿਆ ਗੋਬਿੰਦ ਮਿਲਣ ਕੋ। ਸਰੀਰ ਐਤਕੀ ਪ੍ਰਾਪਤ ਹੋਇਆ ਹੈ, ਔਰ ਜੇ ਤੂੰ ਇਸ ਮਾਨਵ ਸਰੀਰ ਦਾ ਐਤਕੀ ਕੋਈ ਸਦਉਪਯੋਗ ਨਹੀਂ ਕਰ ਸਕਿਆ, ਤੂੰ ਕੋਈ ਚੰਗਾ ਕਰਮ ਨਹੀਂ ਕਰ ਸਕਿਆ, ਕਿਉਂਕਿ ਕਰਮ ਆਪਣੇ ਗ੍ਰੰਥ ਪੁੰਨਮ ਭਜਤੀ ਪਾਪਮ ਹੁੰਦੇ ਸਰਵਤਰ ਮਾਨਵ ਗਰੁੜ ਪ੍ਰਾਣ ਦੇ ਅੰਦਰ ਆਵੇ ਕਿ ਇੱਕ ਕਰਮ ਹੈ ਚੰਗਾ ਔਰ ਇੱਕ ਕਰਮ ਹੈ ਬੁਰਾ, ਜਿਸ ਨੂੰ ਆਪਾਂ ਸ਼ੁਭ ਤੇ ਅਸ਼ੁਭ ਕਹਿ ਦਿੰਦੇ ਹਾਂ, ਜਿਸ ਨੂੰ ਆਪਾਂ ਚੰਗਾ ਤੇ ਮਾੜਾ ਕਹਿ ਦਿੰਦੇ ਹਾਂ। ਔਰ ਦੂਸਰੇ ਪਾਸੇ ਮਹਾਂਪੁਰਸ਼ ਦੋ ਕਰਮਾਂ ਦਾ ਵੇਰਵਾ ਦੇ ਰਹੇ ਹੈ ਸਾਨੂੰ, ਕਹਿ ਨੇੜੇ ਕਹਿ ਦੂਰ, ਇੱਕ ਕਰਮ ਪਰਮਾਤਮਾ ਦੇ ਨੇੜੇ ਲੈ ਕੇ ਜਾਣ ਵਾਲਾ ਹੈ ਅਤੇ ਇੱਕ ਕਰਮ ਪਰਮਾਤਮਾ ਤੋਂ ਦੂਰ ਜਾਣ ਵਾਲਾ ਹੈ। ਅਸੀਂ ਕਿਸ ਤਰ੍ਹਾਂ ਦਾ ਕਰਮ ਕਰਨਾ ਹੈ, ਅਸੀਂ ਕਰਮ ਕਿਸ ਤਰ੍ਹਾਂ ਦਾ ਕਰਨਾ ਹੈ? ਕਰਮ ਕਰਨਾ ਇਸ ਜੀਵ ਦੇ, ਇਸ ਇਨਸਾਨ ਦੇ, ਇਸ ਆਦਮੀ ਦੇ ਆਪਣੇ ਹੱਥ ਹੈ, ਇਸ ਨੂੰ ਕਰਮ ਕਰਨ ਤੋਂ ਕੋਈ ਨਹੀਂ ਰੋਕ ਸਕਦਾ, ਪਰ ਅਸੀਂ ਕਰਮ ਪਰਮਾਤਮਾ ਦੇ ਨੇੜੇ ਜਾਣ ਵਾਲਾ ਕਰਨਾ ਹੈ ਜਾਂ ਅਸੀਂ ਪਰਮਾਤਮਾ ਤੋਂ ਦੂਰ ਜਾਣ ਵਾਲਾ ਕਰਮ ਕਰਨਾ ਹੈ? ਇਹ ਵਿਚਾਰ ਕਰਨ ਵਾਸਤੇ ਪਰਮਾਤਮਾ ਨੇ ਇਨਸਾਨ ਨੂੰ ਸਭ ਤੋਂ ਸ੍ਰੇਸ਼ਟ ਉੱਤਮ ਬੁੱਧੀ ਦਿੱਤੀ ਹੈ ਕਿ ਤੂੰ ਆਪਣੇ ਕਰਮ ਮਰਜ਼ੀ ਦੇ ਨਾਲ ਕਰ ਸਕਦਾ ਹੈ। ਕਰਮ ਕਰਨ ਵਾਸਤੇ ਕਹਿ ਨੇੜੇ ਤੇ ਦੂਰ, ਦੂਰ ਜਾਣ ਵਾਲਾ ਕਰਮ ਕਰਨਾ ਵੀ ਤੇਰੇ ਹੱਥ ਦੇ ਵਿੱਚ ਹੈ, ਔਰ ਪਰਮਾਤਮਾ ਕਹਿੰਦੇ ਕਿ ਨੇੜੇ ਨੇੜੇ ਆਉਣ ਵਾਲਾ ਕਰਮ ਕਰਨਾ ਤੇਰੇ ਹੱਥ ਦੇ ਵਿੱਚ ਹੈ। ਆਪਾਂ ਬੱਚੇ ਨੂੰ ਸਕੂਲ ਦੇ ਵਿੱਚ ਭੇਜਦੇ ਔਰ ਬੱਚੇ ਨੂੰ ਆਪਾਂ ਕਹਿੰਦੇ ਵੀ ਕਿਹੜਾ ਆ ਕਿਤਾਬਾਂ ਲੈ ਜਾ, ਖਾਤਾ ਪੁਸਤਕਾਂ ਲੈ ਜਾ ਸਕੂਲ ਦੇ ਵਿੱਚ, ਇੱਕ ਬੱਚਾ ਹੈ ਉਹ ਉੱਚੀ ਸਦੀ ਕਰਕੇ ਬਹੁਤ ਉੱਚੀ ਜਗ੍ਹਾ ਤੇ ਪਹੁੰਚ ਜਾਂਦਾ ਹੈ, ਉਸ ਕਸੂਰ ਮਾਤਾ ਪਿਤਾ ਦਾ ਨਹੀਂ ਹੈ, ਉਸ ਬੱਚੇ ਦਾ ਹੈ ਜਿਸ ਨੇ ਕਰਮ ਨਹੀਂ ਕੀਤਾ ਅੱਗੇ ਵਧਣ ਵਾਲਾ। ਤਾਂ ਪਰਮਾਤਮਾ ਨੇ ਸਾਨੂੰ ਕਰਮ ਕਰਨ ਵਾਸਤੇ ਛੂਟ ਦਿੱਤੀ ਹੈ, ਅਸੀਂ ਕਿਸ ਤਰ੍ਹਾਂ ਦੇ ਰਹੀਏ ਉਸ ਤਰ੍ਹਾਂ ਦੇ ਕਰਮ ਕਰ ਸਕਦੇ, ਚੰਗੇ ਕਰਮ ਕਰਨ ਵਾਸਤੇ। ਪਰ ਇਸ ਜਗ੍ਹਾ ਤੇ ਆ ਕੇ ਜਿਹਦੀ ਹਾਲਤ ਕਿਸ਼ਾ ਦੀ ਹੋ ਗਈ, ਇੱਕ ਆਪਾਂ ਨੇ ਬਾਬਾ ਦੀ ਕਥਾ ਸੁਣੀ ਹੈ ਕਈ ਵਾਰ ਕਿ ਇਹ ਕੋਈ ਅਧਿਆਤਮਿਕ ਸੂਰਦਾਸ ਇੱਕ ਬਹੁਤ ਬੜੇ ਮਹਿਲ ਦੇ ਅੰਦਰ ਚਲਿਆ ਗਿਆ, ਮਹਿਲ ਦੇ ਅੰਦਰ ਜਦੋਂ ਗਿਆ ਬਾਹਰ ਤੂੰ ਭਲੇ ਮਾਨਸ ਕਿਉਂ ਹੋ ਰਿਹਾ, ਤਾਂ ਸੂਰਦਾਸ ਕਹਿਣ ਲੱਗਿਆ ਮਹਾਰਾਜ ਮੈਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ, ਇਸ ਜਗ੍ਹਾ ਤੇ ਮੇਰਾ ਦਮ ਘੁੱਟ ਰਿਹਾ ਹੈ, ਇਸ ਜਗ੍ਹਾ ਤੇ ਮੈਨੂੰ ਬੜੀ ਸਮੱਸਿਆ ਹੋ ਰਹੀ ਹੈ, ਇਸ ਜਗ੍ਹਾ ਤੇ ਆਦਮੀ, ਕਿਉਂਕਿ ਜਿਹੜਾ ਮਨ ਤੋਂ ਸੱਜਣ ਹੁੰਦਾ ਹੈ ਉਹ ਕਿਸੇ ਦਾ ਦੁੱਖ ਦੇਖ ਕੇ ਆਪ ਵੀ ਦੁਖੀ ਹੋ ਜਾਂਦਾ ਹੈ। ਔਰ ਉਹ ਸੱਜਣ ਆਦਮੀ ਨੇ ਬਾਬਾ ਸੂਰਦਾਸ ਨੂੰ ਖੜੇ ਕੀਤਾ,
ਔਰ ਸੂਰਦਾਸ ਜੀ ਨੂੰ ਕਹਿਣ ਲੱਗੇ ਕਿ ਬਾਬਾ ਸੂਰਦਾਸ ਦੇ ਮੈਂ ਤੈਨੂੰ ਬਾਹਰ ਦਾ ਲੈ ਕੇ ਨਹੀਂ ਜਾ ਸਕਦਾ, ਇਹ ਨਿਯਮ ਹੈ ਇਸ ਜਗ੍ਹਾ ਦਾ, ਪਰ ਮੈਂ ਤੈਨੂੰ ਬਾਹਰ ਜਾਣ ਦਾ ਇੱਕ ਤਰੀਕਾ ਦੱਸ ਦਿੰਦਾ, ਮੈਂ ਤੈਨੂੰ ਬਾਹਰ ਜਾਣ ਦੀ ਇੱਕ ਸਕੀਮ ਦੱਸ ਦਿੰਦਾ, ਇੱਕ ਤੈਨੂੰ ਵਿਧੀ ਦੱਸ ਦਿੰਦਾ, ਇੱਕ ਤੈਨੂੰ ਆਈਡੀਆ ਦੇ ਦਿੰਦਾ, ਔਰ ਉਸ ਮੁਤਾਬਕ ਜੇ ਤੂੰ ਚੱਲੇਗਾ ਤਾਂ ਤੈਨੂੰ ਇਸ ਸਾਰੇ ਦੁੱਖ ਤੋਂ ਛੁਟਕਾਰਾ ਮਿਲ ਜਾਏਗਾ। ਤਾਂ ਬਾਬਾ ਸੂਰਦਾਸ ਨੂੰ ਖੜੇ ਕਰਕੇ ਉਹ ਸੱਜਣ ਆਦਮੀ ਨੇ ਇੱਕ ਕੰਧ ਦੇ ਨਾਲ ਹੱਥ ਪਵਾ ਦਿੱਤਾ ਦੀਵਾਰ ਦੇ ਨਾਲ, ਔਰ ਕਹਿਣ ਲੱਗੇ ਬਾਬਾ ਸੂਰਦਾਸ ਇਹ ਦੀਵਾਰ ਦੇ ਨਾਲ ਨਾਲ ਚੱਲੇ ਜਾਓ ਹੱਥ ਪਾ ਕੇ, ਪਰ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਦੀਵਾਰ ਦੇ ਨਾਲੋਂ ਹੱਥ ਪਿੱਛੇ ਨਹੀਂ ਕਰਨਾ ਗਾ। ਜਿਸ ਵੇਲੇ ਦੀਵਾਰ ਖਤਮ ਹੋ ਜਾਏਗੀ ਉਸ ਵੇਲੇ ਸੱਜੇ ਹੱਥ ਨੂੰ ਮੁੜ ਜਾਣਾ, ਤੁਸੀਂ ਇਸ ਮਹਿਲ ਦੇ ਵਿੱਚੋਂ ਇਸ ਕਮਰੇ ਦੇ ਵਿੱਚੋਂ ਬਾਹਰ ਨਿਕਲ ਜਾਓਗੇ, ਤੁਹਾਡੇ ਜਿੰਨੇ ਵੀ ਦੁੱਖ ਉਹ ਕੱਟੇ ਜਾਣਗੇ, ਤੁਹਾਡਾ ਸਵਾਸ ਆਉਣਾ ਉਹ ਵੀ ਸਹੀ ਹੋ ਜਾਏਗਾ, ਘੁਟਣ ਉਹ ਵੀ ਬੰਦ ਹੋ ਜਾਏਗੀ, ਅੱਖਾਂ ਦੀ ਰੌਸ਼ਨੀ ਵੀ ਆ ਜਾਏਗੀ। ਪਰ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਹੈ ਕਿ ਇਸ ਦੀਵਾਰ ਦੇ ਨਾਲੋਂ ਹੱਥ ਪਿੱਛੇ ਨਹੀਂ ਹਟਾਉਣਾ। ਬੜਾ ਸੋਹਣਾ ਤਰੀਕਾ ਦੱਸ ਦਿੱਤਾ ਬਾਬਾ ਸੂਰਦਾਸ। ਉਸ ਦੀਵਾਰ ਦੇ ਸਹਾਰੇ 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 ਚੱਲਦੇ 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 ਚਲੇ ਗਏ। ਜਿਸ ਵੇਲੇ ਦਰਵਾਜ਼ੇ ਤੋਂ ਇੱਕ ਅੱਧਾ ਫੁੱਟ ਪਿੱਛੇ ਸੀ ਸੂਰਦਾਸ, ਤਾਂ ਸੂਰਦਾਸ ਦੇ ਖਾਰਿਸ਼ ਹੋਣ ਲੱਗ ਪਈ। ਜਿਸ ਵੇਲੇ ਸੂਰਦਾਸ ਦੇ ਖਾਰਿਸ਼ ਹੋਣ ਲੱਗ ਪਈ, ਸੂਰਦਾਸ ਨੇ ਕੰਧ ਵਾਲਾ ਜਿਹੜਾ ਹੱਥ ਸੀ ਉਹ ਪਿਛਾਂਹ ਕਰ ਲਿਆ ਔਰ ਆਪਣੇ ਉਸਨੇ ਖੁਰਕਣਾ ਸ਼ੁਰੂ ਕਰ ਦਿੱਤਾ। ਖਾਰਿਸ਼ ਕਰਦੇ 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 ਸੂਰਦਾਸ ਅੱਗੇ ਨਿਕਲ ਗਿਆ, ਦੀਵਾਰ ਉਸਦੇ ਦਰਵਾਜ਼ਾ ਸੀ ਜਿਹੜਾ ਪਿੱਛੇ ਨਿਕਲ ਗਿਆ। ਜਦੋਂ ਸੂਰਦਾਸ ਦੇ ਖਾਰਿਸ਼ ਖਤਮ ਹੋਈ, ਸੂਰਦਾਸ ਨੇ ਦੁਬਾਰਾ ਫਿਰ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ, ਕੰਧ ਨੂੰ ਹੱਥ ਪੈ ਗਿਆ, ਫਿਰ ਪੂਰਾ ਗੇੜਾ ਕਰ ਦਿੱਤਾ ਸੂਰਦਾਸ ਨੇ ਪਹਿਲੇ ਵਾਲੇ ਜਗ੍ਹਾ 'ਤੇ ਦਰਵਾਜ਼ੇ ਤੋਂ ਇੱਕ ਅੱਧਾ ਫੁੱਟ ਪਹਿਲਾਂ, ਫਿਰ ਖਾਰਿਸ਼ ਹੋਣ ਲੱਗ ਪਈ। ਫਿਰ ਖਾਰਿਸ਼ ਕਰਦੇ ਕਰਦੇ ਸੂਰਦਾਸ ਦਰਵਾਜ਼ਾ ਪਿੱਛੇ ਛੱਡ ਗਿਆ, ਆਪ ਅੱਗੇ ਨਿਕਲ ਗਿਆ। ਡਰਦਾ ਡਰਦਾ ਅੱਗੇ ਨਿਕਲ ਜਾਂਦਾ, ਅੱਗੇ ਫਿਰ ਉਹੀ ਉਹ ਕੰਧ ਸ਼ੁਰੂ ਹੋ ਜਾਂਦੀ, ਦੀਵਾਰ ਫਿਰ ਸ਼ੁਰੂ ਹੋ ਜਾਂਦੀ। ਤਾਂ ਬਈ ਇਹ ਕਹਾਣੀ ਕਿਸੇ ਸੂਰਦਾਸ ਦੀ ਜਾਂ ਕਿਸੇ ਹੋਰ ਦੀ ਨਹੀਂ ਹੈ, ਇਹ ਕਹਾਣੀ ਹੈ ਜੀਵ ਆਤਮਾ ਦੀ ਸ਼੍ਰੀ, ਔਰ ਜਿਸ ਨੂੰ ਗਰਭ ਪ੍ਰਾਣ ਦੇ ਵਿੱਚ ਗਿਆ ਸਾਧਨ ਅਸਾਧਨ ਸੋਪਾਨ ਗੁਰਦੋ ਮੋਕਸ਼ ਸੇ ਮਾਨੁਸ਼ਮ ਪ੍ਰਾਪੇ ਦੁਰਲਭਮ, ਕਿ ਇਹ ਮਾਨਵ ਸਰੀਰ ਪਰਮਾਤਮਾ ਦੀ ਪ੍ਰਾਪਤੀ ਲਈ ਹੈ। ਰਾਮਾਇਣ ਦੇ ਅੰਦਰ ਕਹਿ ਦਿੱਤਾ ਸਾਧਨ ਧਾਮ ਮੋਕਸ਼ ਦੇ ਦੁਆਰਾ, ਇਹ ਪਰਮਾਤਮਾ ਦੇ ਨਜ਼ਦੀਕ ਲੈ ਕੇ ਜਾਣ ਵਾਲਾ ਸਾਡਾ ਸਾਧਨ ਹੈ। ਔਰ ਗੁਰਬਾਣੀ ਦੇ ਅੰਦਰ ਮਹਾਰਾਜ ਜੀ ਨੇ ਫਰਮਾ ਦਿੱਤਾ ਕਿ ਗਈ ਪ੍ਰਾਪਤ ਮਾਨਸ ਦੇਹਰੀਆ ਗੋਬਿੰਦ ਮਿਲ ਲਗੋ, ਇਹ ਤੇਰੀ ਬਣਿਆ ਹੈ ਜੀ, ਇਹ ਜਿਹੜਾ ਤੈਨੂੰ ਮਾਨਵ ਸਰੀਰ ਦਿੱਤਾ ਗਿਆ ਹੈ ਇਹ ਉਸ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਦਿੱਤਾ ਗਿਆ ਹੈ। ਪਰ ਇਹ ਜੀਵ ਨੂੰ ਜਦੋਂ ਪਰਮਾਤਮਾ ਵੱਲੋਂ ਇਹ ਮਾਨਵ ਜੀਵਨ ਮਿਲਦਾ ਹੈ ਤਾਂ ਇਸ ਮਾਨਵ ਜੀਵਨ ਦੇ ਵਿੱਚ ਆ ਕੇ ਸਾਡੇ ਖਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਉਹ ਖਾਰਿਸ਼ ਜਿਸ ਚੀਜ਼ ਦੀ ਹੈ, ਕੋਈ ਆਦਮੀ ਦੁਨੀਆਂ ਤੋਂ ਸੁੱਖ ਚਾਹੁੰਦਾ ਹੈ, ਉਹ ਸੁੱਖ ਨੂੰ ਪ੍ਰਾਪਤ ਕਰਦੇ ਕਰਦੇ ਸੁੱਖਾਂ ਨੂੰ ਭੋਗਦੇ ਭੋਗਦੇ ਹੋਰ ਜ਼ਿਆਦਾ ਆ ਜਾਣ ਹੋਰ ਜ਼ਿਆਦਾ ਆ ਜਾਣ, ਇਸੇ ਹੀ ਲਾਲਸਾ ਦੇ ਵਿੱਚ ਆਪਣਾ ਸਾਰਾ ਜੀਵਨ ਬਤੀਤ ਕਰ ਦਿੰਦਾ। ਜਦੋਂ ਦਾ ਸਾਰਾ ਜੀਵਨ ਬੀਤ ਜਾਂਦਾ ਹੈ ਫਿਰ ਬੜਾ ਪਾਲੇ ਚਲਸ ਦੀ ਯਾਤਰਾ ਸ਼ੁਰੂ ਹੋ ਜਾਂਦੀ ਹੈ। ਤਾਂ ਪ੍ਰਮਾਤਮਾ ਨੇ ਕਿਹਾ ਕਿ ਤੂੰ ਮੇਰਾ ਅੰਸ਼ ਹੈ, ਜਿੰਨਾ ਚਿਰ ਤੂੰ ਮੇਰੇ ਵਿੱਚ ਆ ਕੇ ਨਹੀਂ ਸਮਾ ਜਾਏਗਾ। ਅਸੀਂ ਆਪਣੇ ਵਿੱਚੋਂ ਯਾਤਰਾ ਤੇ ਜਾਂਦੇ ਹਾਂ, ਜਿੰਨਾ ਚਿਰ ਅਸੀਂ ਯਾਤਰਾ
ਜੇ ਆਪਾਂ ਚੰਗੀ ਜਗ੍ਹਾ ਤੇ ਜਾ ਕੇ ਮੰਦਾ ਕੰਮ ਕਰਾਂਗੇ ਸਾਨੂੰ ਉਸਦਾ ਉਸ ਜਗ੍ਹਾ ਤੇ ਮਾੜਾ ਫਲ ਵੀ ਮਿਲੇਗਾ। ਜੇ ਅਸੀਂ ਗੁਰਦੁਆਰੇ ਜਾ ਕੇ ਮੰਦਰ ਜਾ ਕੇ ਪਾਠ ਕਰਾਂਗੇ ਗੁਰਬਾਣੀ ਸੁਣਾਂਗੇ ਉਸਦਾ ਚੰਗਾ ਫਲ ਵੀ ਸਾਨੂੰ ਮਿਲੇਗਾ, ਪਰ ਜੇ ਅਸੀਂ ਉਸ ਜਗ੍ਹਾ ਤੇ ਜਾ ਕੇ ਕੋਈ ਬੁਰਾ ਕਰਮ ਕਰਾਂਗੇ ਤਾਂ ਉਸਦਾ ਪਾਪ ਵੀ ਸਾਨੂੰ ਮਿਲੇਗਾ। ਇੱਕ ਜਾਨਵਰ ਮੰਦਰ ਦੇ ਬਨੇਰੇ ਤੇ ਬੈਠ ਕੇ ਗੁਰਦੁਆਰੇ ਦੇ ਬਨੇਰੇ ਤੇ ਬੈਠ ਕੇ ਗੁਰਬਾਣੀ ਸੁਣ ਲਵੇ, ਮੰਦਰ ਦੇ ਕਿਨਾਰੇ ਤੇ ਬੈਠ ਕੇ ਬਨੇਰੇ ਦੇ ਉੱਤੇ ਬੈਠ ਕੇ ਵੇਦ ਮੰਤਰ ਸੁਣ ਲਵੇ, ਉਸਨੂੰ ਉਸਦਾ ਕੋਈ ਲਾਭ ਨਹੀਂ ਹੈ। ਉਹੀ ਉਹ ਜਾਨਵਰ ਉਸ ਜਗ੍ਹਾ ਤੇ ਗੰਦਗੀ ਕਰਦੇ ਨੇ, ਬਿੱਠਾ ਕਰ ਜਾਂਦੇ, ਉਸਨੂੰ ਤਾਂ ਕੋਈ ਪਾਪ ਨਹੀਂ ਹੈ। ਆਪਾਂ ਲੋਕ ਉਸ ਜਗ੍ਹਾ ਤੇ ਕੋਈ ਬੁਰਾ ਕਰਮ ਕਰਾਂਗੇ ਸਾਨੂੰ ਉਸਦਾ ਪਾਪ ਵੀ ਹੈ। ਯਾਨੀ ਕਰਮ ਕਰਨ ਦਾ ਅਧਿਕਾਰ ਸਿਰਫ ਤੇ ਸਿਰਫ ਇਨਸਾਨ ਨੂੰ ਦਿੱਤਾ ਪਰਮਾਤਮਾ ਨੇ, ਬਾਕੀ ਦੀ ਜਿੰਨੀ ਯੋਨੀਆਂ ਹੈ ਉਹ ਹੈ ਭੋਗ ਯੋਨੀਆਂ। ਉਹਨਾਂ ਦੇ ਵਿੱਚ ਅਸੀਂ ਆਪਣੇ ਕਰਮਾਂ ਦਾ ਫਲ ਭੋਗਦੇ ਹਾਂ, ਔਰ ਕਰਮ ਕਰਨ ਵਾਸਤੇ ਪਰਮਾਤਮਾ ਵੱਲੋਂ ਇੱਕੋ ਹੀ ਦੇਹ ਦਿੱਤੀ ਗਈ ਹੈ, ਇੱਕੋ ਹੀ ਸਰੀਰ ਦਿੱਤਾ ਗਿਆ ਹੈ। ਉਹ ਵੀ ਮੈਂ ਮਿਲਣ ਤੋਂ ਹੋ ਗਏ ਹੋ ਕਰੀ ਬਣਿਆ, ਹੋਰ ਕਿਸੇ ਸਰੀਰ ਨੂੰ ਪਰਮਾਤਮਾ ਵੱਲੋਂ ਇਸ ਸੁਵਿਧਾ ਫੈਸਿਲਿਟੀ ਨਹੀਂ ਦਿੱਤੀ ਗਈ ਕਿ ਤੂੰ ਭਜਨ ਕਰ ਸਕਦਾ। ਜਾਨਵਰ ਗੰਗਾ ਦੇ ਵਿੱਚ ਪੈਦਾ ਹੁੰਦੇ ਦਾ ਨਾਂ ਹੈ ਕਾਲ। ਮੈਂ ਕਾਲ ਦੇ ਅਧੀਨ ਹਾਂ।
ਮੈਨੂੰ ਕਾਲ ਦੇਵਤਾ ਨੇ ਇਸ਼ਾਰਾ ਕੀਤਾ, ਮੈਂ ਸੱਪ ਨੂੰ ਇਸ਼ਾਰਾ ਕੀਤਾ ਔਰ ਸੱਪ ਨੇ ਬੱਚੇ ਨੂੰ ਡੱਸ ਲਿਆ, ਇਹਦੇ ਵਿੱਚ ਮੈਂ ਨਿਰਦੋਸ਼। ਕਾਲ ਦੇਵ ਆ ਗਏ, ਕਾਲ ਦੇਵ ਨੂੰ ਪੁੱਛਿਆ, ਕਾਲ ਦੇਵ ਕਹਿਣ ਲੱਗੇ ਇਸਦਾ ਜ਼ਿੰਮੇਵਾਰ ਮੈਂ ਵੀ ਨਹੀਂ ਹਾਂ, ਇਹ 'ਚ ਮੇਰਾ ਕੋਈ ਕਸੂਰ ਨਹੀਂ ਹੈ। ਸ਼ਿਕਾਰੀ ਕਹਿਣ ਲੱਗਾ, ਵੀ ਦੇਖੋ ਤੁਸੀਂ ਸਾਰੇ ਦੇਵਤਾ ਹੋ ਔਰ ਮੈਂ ਤਾਂ ਅਨਪੜ੍ਹ, ਮੈਂ ਗੁਮਾਰ, ਮੈਂ ਜੀਵ ਹੱਤਿਆ ਕਰਨ ਵਾਲਾ ਇਨਸਾਨ ਹਾਂ, ਮੇਰੇ ਕੋਲ ਕੋਈ ਬਹੁਤ ਜ਼ਿਆਦਾ ਵਿੱਦਿਆ ਨਹੀਂ ਹੈ, ਮੈਂ ਕੋਈ ਪੜ੍ਹਿਆ ਲਿਖਿਆ ਨਹੀਂ ਹਾਂ, ਤੁਸੀਂ ਸਾਰੇ ਦੇਵਤਾ ਹੋ, ਵਿਦਵਾਨ ਹੋ, ਮੈਨੂੰ ਤਾਂ ਸਿਰਫ ਇਹ ਦੱਸਿਆ ਜਾਵੇ ਕਿ ਇਹ ਬੱਚੇ ਦੀ ਮੌਤ ਹੋਈ ਤਾਂ ਕਿਉਂ ਹੋਈ, ਮੈਂ ਨਹੀਂ ਜਾਣਦਾ ਵੀ ਕਿਸਨੇ ਮਾਰਿਆ, ਕਿਉਂ ਮਾਰਿਆ, ਕਾਹਦੇ ਵਾਸਤੇ ਮਾਰਿਆ, ਇਸ ਬੱਚੇ ਦੀ ਮੌਤ ਦਾ ਕਾਰਨ ਦੱਸੋ। ਕਾਲ ਦੇਵਤਾ ਕਹਿਣ ਲੱਗੇ, ਸੁਣ ਸ਼ਿਕਾਰੀ, ਇਸ ਨੂੰ ਮਾਰਨ ਵਾਲੀ ਨਾ ਤਾਂ ਮੌਤ ਹੈ, ਨਾ ਸੱਪ ਹੈ ਔਰ ਨਾ ਹੀ ਕਾਲ ਹੈ, ਤਾਂ ਬਈ ਹੈ ਕੌਣ ਮਾਰਨ ਵਾਲਾ? ਕਾਲ ਦੇਵ ਕਹਿਣ ਲੱਗੇ, ਮਾਰਨ ਵਾਲਾ ਹੈ ਇਸਦਾ ਕਰਮ, ਕਰਮ ਪ੍ਰਭਾਵ ਵਿਸ਼ਵ ਰਚ ਰਾਖਾ, ਇਹ ਕਰਮ ਦੀ ਵਜ੍ਹਾ ਦੇ ਨਾਲ ਮਰਿਆ, ਕਰਮ ਦੀ ਵਜ੍ਹਾ ਦੇ ਨਾਲ, ਹਾਂ, ਜੀਵ ਆਤਮਾ ਦਾ ਵਾਹਨ ਕੀਤਾ, ਜੀਵ ਆਤਮਾ ਨੂੰ ਬੁਲਾਇਆ, ਜਦੋਂ ਸਾਹਮਣੇ ਪਰਛਾਈ ਆਈ ਤਾਂ ਪਰਛਾਈ ਨੂੰ ਦੇਖਦਿਆਂ ਸਾਰ ਹੀ ਸ਼ਿਕਾਰੀ ਨੇ ਪੁੱਛਿਆ ਕਿ ਜੀਵ ਆਤਮਾ ਦੱਸ, ਜੋ ਕੁਛ ਇਹ ਕਾਲ ਦੇਵਤਾ ਕਹਿ ਰਹੇ ਕਿਆ ਠੀਕ ਹੈ? ਜੀਵ ਆਤਮਾ ਕਹਿਣ ਲੱਗੀ, ਮਹਾਰਾਜ ਹਾਂ, ਮੇਰਾ ਹੀ ਕੁਛ ਪੂਰਵ ਜਨਮ ਦਾ ਇਸ ਤਰ੍ਹਾਂ ਦਾ ਕਰਮ ਹੈ, ਜਿਸ ਕਰਮ ਦੀ ਵਜ੍ਹਾ ਦੇ ਨਾਲ ਮੈਨੂੰ ਛੋਟੀ ਜਿਹੀ ਆਯੂ ਮਿਲੀ ਔਰ ਅੱਜ ਇਹ ਬਹਾਨਾ ਬਣ ਗਿਆ ਔਰ ਮੈਂ ਦੁਨੀਆਂ ਦੇ ਵਿੱਚੋਂ ਚਲਿਆ ਗਿਆ। ਯਾਨੀ ਸਾਨੂੰ ਜੋ ਕੁਛ ਮਿਲਦਾ ਹੈ ਨਾ, ਉਹ ਸਾਰਾ ਕੁਛ ਆਪਣੇ ਪੂਰਵ ਜਨਮ ਦੇ ਕਰਮ ਦੇ ਅਨੁਸਾਰ ਮਿਲ ਰਿਹਾ। ਗਰੁੜ ਪੁਰਾਣ ਦੇ ਅੰਦਰ ਆ ਰਿਹਾ, 6ਵੇਂ ਅਧਿਆਇ ਦੇ ਅੰਦਰ, ਅਵਸ਼ਯ ਮੇਵ ਭੋਗਤਵਯਮ ਕ੍ਰਿਤਾ ਕਰਮ ਸ਼ੁਭਾ ਸ਼ੁਭਮ, ਚੰਗਾ ਔਰ ਮਾੜਾ ਜੋ ਵੀ ਕਰਮ ਹੈ ਇਹ ਸਾਨੂੰ ਭੋਗਣਾ ਪੈਂਦਾ। ਔਰ ਗੁਰਬਾਣੀ ਕਹਿ ਰਹੀ ਕਿ ਪੂਰਵ ਲਿਖੇ ਕਾ ਲਿਖਿਆ ਪਾਇਆ, ਜੋ ਕੁਛ ਅਸੀਂ ਪੂਰਵ ਦੇ ਵਿੱਚ ਕਰਦੇ ਆਏ ਹਾਂ, ਜੋ ਕੁਛ ਅਸੀਂ ਪਹਿਲਾਂ ਕੀਤਾ ਹੈ ਉਹ ਸਾਨੂੰ ਇਸ ਜਗ੍ਹਾ 'ਤੇ ਮਿਲ ਰਿਹਾ, ਔਰ ਜੋ ਕੁਛ ਅਸੀਂ ਇਸ ਜਗ੍ਹਾ 'ਤੇ ਕਰ ਰਹੇ ਹਾਂ ਉਹ ਸਾਨੂੰ ਅੱਗੇ ਪ੍ਰਾਪਤ ਹੋਏਗਾ। ਔਰ ਅਸੀਂ ਕਿਸ ਤਰ੍ਹਾਂ ਦਾ ਕਰਮ ਕਰਨਾ ਹੈ? ਕਹਿ ਨੇੜੇ ਕਹਿ ਦੂਰ, ਪਰਮਾਤਮਾ ਦੇ ਨੇੜੇ ਜਾਣ ਵਾਲਾ ਕਰਮ ਕਰਨਾ ਉਹ ਵੀ ਸਾਡੇ ਹੱਥ ਦੇ ਵਿੱਚ ਹੈ, ਔਰ ਪਰਮਾਤਮਾ ਤੋਂ ਦੂਰ ਜਾਣ ਵਾਲਾ ਕਰਮ ਕਰਨਾ ਉਹ ਵੀ ਸਾਡੇ ਆਪਣੇ ਹੱਥ ਦੇ ਵਿੱਚ ਹੈ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਰਿਸ਼ੀ ਮੁਨੀ ਮਹਾਤਮਾ ਦੇਵਤਾ ਸਭ ਨਵਾਂ ਨੇ ਬੜੇ ਬੜੇ ਯਤਨ ਕੀਤੇ ਔਰ ਦੁਨੀਆਂ ਦੀ ਸਭ ਰਿੱਧੀਆਂ ਸਿੱਧੀਆਂ ਉਹਨਾਂ ਨੇ ਪ੍ਰਾਪਤ ਕਰ ਲਈਆਂ, ਪਰ ਮ੍ਰਿਤਯੂ ਤੋਂ ਬਚਣ ਦਾ ਕੋਈ ਸਾਧਨ ਅੱਜ ਤੱਕ ਕਿਸੇ ਦੇ ਹੱਥ ਨਹੀਂ ਲੱਗਿਆ ਗਿਆ। ਇਸ ਮੌਤ ਤੋਂ ਬਚਣ ਦਾ ਕੋਈ ਤਰੀਕਾ, ਕੋਈ ਸਾਧਨ, ਕੋਈ ਜ਼ਰੀਆ ਅੱਜ ਤੱਕ ਕੋਈ ਨਹੀਂ ਅਪਣਾ ਸਕਿਆ, ਕੋਈ ਇਸ ਨੂੰ ਖੋਜ ਨਹੀਂ ਸਕਿਆ ਗਿਆ। ਬੜੇ ਬੜੇ ਸਾਇੰਟਿਸਟ ਹੋ ਗਏ, ਬੜੇ ਬੜੇ ਰਿਸ਼ੀ ਮੁਨੀ ਹੋ ਗਏ, ਹਿਰਣਕਸ਼ਿਪੂ ਹਿਰਣਾਕਸ਼ ਜੈਸਿਆਂ ਨੇ ਤਪ ਕੀਤਾ, ਪ੍ਰਮਾਤਮਾ ਸਾਹਮਣੇ ਖੜ੍ਹੇ ਹੋ ਗਏ ਕਿ ਭਾਈ ਬੋਲੋ, ਮੰਗੋ, ਕੀ ਚਾਹੀਦਾ? ਔਰ ਉਹ ਕਹਿਣ ਲੱਗੇ, ਮਹਾਰਾਜ ਅਜਰ ਤੇ ਅਮਰ ਹੋ ਜਾਈਏ। ਪ੍ਰਮਾਤਮਾ ਕਹਿਣ ਲੱਗੇ, ਭਾਈ ਤੂੰ ਤਪੱਸਿਆ ਦਾ ਹਜ਼ਾਰਾਂ ਸਾਲ ਕਰ ਲਈ, ਤੂੰ ਅਮਰ ਨਹੀਂ ਹੋ ਸਕਦਾ ਗਾ, ਕਿਉਂਕਿ ਇਸ ਦੁਨੀਆਂ ਦਾ ਨਾਂ ਹੈ ਮ੍ਰਿਤਯੂ, ਲੋਕ ਆਏ ਹੋਏ ਨੇ, ਦੁਨੀਆਂ ਦੇ ਵਿੱਚੋਂ ਜਾਣਾ ਹੈ। ਤੋ ਆਏ ਹੈ ਸੋ ਜਾਏਗੇ, ਰਾਜਾ ਰੰਗ ਫਕੀਰ, ਇੱਕ ਸਿੰਘਾਸਨ ਚੜ੍ਹੀ ਚੱਲੇ ਔਰ ਇੱਕ ਬੰਧੇ ਜੰਜੀਰ। ਇੱਕ ਆਦਮੀ ਸਿੰਘਾਸਨ 'ਤੇ ਬੈਠ ਕੇ ਜਾਂਦੇ ਹੈ ਔਰ ਇੱਕ ਆਦਮੀ ਇਸ ਤਰ੍ਹਾਂ ਦੇ ਆਉਂਦੇ ਕਿ ਜੰਜੀਰਾਂ ਦੇ ਨਾਲ ਜਕੜੇ ਹੋਏ ਜਾਂਦੇ ਹੈ। ਸਿੰਘਾਸਨ 'ਤੇ ਬੈਠ ਕੇ ਕੌਣ ਜਾਂਦਾ ਹੈ ਔਰ ਜੰਜੀਰ ਦੇ ਨਾਲ ਜਕੜਿਆ ਹੋਇਆ ਕੌਣ ਇਨਸਾਨ ਜਾਂਦਾ ਹੈ? ਅੱਜ ਤੋਂ ਤਕਰੀਬਨ 63 ਸਾਲ ਪਹਿਲਾਂ ਅਰੋੜਾ ਪਰਿਵਾਰ ਦੇ ਅੰਦਰ ਮਾਨੂਕੇ ਵਿਖੇ ਇੱਕ ਪੁੰਨ ਆਤਮਾ ਰੂਹ ਸਵਰਗੀ ਸ਼੍ਰੀ ਮਾਛੀਆ ਰਾਮ ਜੀ ਦੇਵੀ ਜੀ ਦੇ ਘਰ ਦੇ ਅੰਦਰ
ਸਰੀਰ ਧਾਰਨ ਕਰਕੇ ਆਈ। ਪਿਛਲੇ ਜਨਮ ਦੇ ਚੰਗੇ, ਪਿਛਲੇ ਜਨਮ ਦੇ ਅੱਛੇ ਪਵਿੱਤਰ ਕਰਮ, ਬੜੇ ਅੱਛੇ ਮਾਤਾ ਪਿਤਾ ਮਿਲੇ, ਬੜਾ ਅੱਛਾ ਪਰਿਵਾਰ ਮਿਲਿਆ, ਔਰ ਉਸ ਰੂਹ ਦਾ ਨਾਮ ਸੰਸਾਰ ਦੇ ਵਿੱਚ ਪਹਿਚਾਣ ਵਾਸਤੇ ਰੱਖਿਆ ਗਿਆ, ਭਗਵਾਨ ਦਾਸ ਜੀ। ਜਿਸ ਤਰ੍ਹਾਂ ਦਾ ਨਾਮ ਹੈ ਉਸੇ ਤਰ੍ਹਾਂ ਦੇ ਹੀ ਗੁਣ ਹੈ ਉਹਨਾਂ ਦੇ ਅੰਦਰ। ਦੇਖੋ ਕਿਸੇ ਕਿਸੇ ਨੂੰ ਨਸੀਬ ਹੁੰਦੇ ਉਹ ਕਿ ਜਿਸ ਤਰ੍ਹਾਂ ਦਾ ਨਾਮ ਹੋਵੇ ਆਦਮੀ ਦਾ, ਉਸ ਤਰ੍ਹਾਂ ਦੇ ਜਿਹੜੇ ਗੁਣ ਹੈ ਉਹ ਵਿਰਲੇ ਆਦਮੀਆਂ ਦੇ ਵਿੱਚ ਦੇਖਣ ਵਾਸਤੇ ਮਿਲਦੇ ਹੈ। ਨਾਮ ਭਗਵਾਨ ਦਾਸ ਹੁੰਦਾ, ਲੇਕਿਨ ਕਰਮ ਕਈਆਂ ਦੇ ਬਹੁਤ ਹੀ ਚੰਗੇ ਵੀ ਹੁੰਦੇ ਗਏ। ਨਾਮ ਸ਼ਾਂਤੀ ਦੇ ਵੀ ਹੁੰਦਾ, ਲੇਕਿਨ ਸਭ ਤੋਂ ਜ਼ਿਆਦਾ ਕਲੇਸ਼ ਹੁੰਦਾ ਹੈ। ਲੇਕਿਨ ਇਹਨਾਂ ਦਾ ਨਾਮ ਸੀ ਜਿਸ ਤਰ੍ਹਾਂ ਦਾ ਸ਼੍ਰੀ ਭਗਵਾਨ ਦਾਸ ਜੀ, ਔਰ ਦੇਵਤਾਵਾਂ ਵਾਲਾ ਹੀ ਸੁਭਾਵ, ਦੇਵਤਾਵਾਂ ਵਾਲੇ ਕਰਮ ਔਰ ਦੇਵਤਾਵਾਂ ਵਾਲੀ ਹੀ ਸੋਚਣੀ, ਕਿਉਂਕਿ ਦੋ ਤਿੰਨ ਤਰ੍ਹਾਂ ਦੀ ਸੋਚ ਦੇ ਲੋਕ ਹੁੰਦੇ ਆ ਦੁਨੀਆਂ ਦੇ ਅੰਦਰ। ਇੱਕ ਹੁੰਦੇ ਹੈ ਦੇਵਤਾਵਾਂ ਵਾਲੀ ਸੋਚਣੀ ਵਾਲੇ, ਔਰ ਇੱਕ ਹੁੰਦੇ ਹੈ ਰਾਕਸ਼ਸਾਂ ਦੀ ਸੋਚਣੀ ਵਾਲੇ। ਅਸੁਰੋਂ ਭਾਵ ਸੰਪੰਨਾ ਦੈਵੀ ਸੰਪਤ ਵੀ ਵਰਜਿਤਾ। ਅਸੁਰ, ਅਸੁਰ ਦਾ ਮਤਲਬ ਕੌਣ ਹੈ? ਅਸੁਰ ਕਿਸ ਨੂੰ ਕਿਹਾ ਜਾਂਦਾ ਹੈ? ਰਾਕਸ਼ਸ ਨੂੰ ਕਿਹਾ ਜਾਂਦਾ ਹੈ। ਔਰ ਰਾਕਸ਼ਸ ਦਾ ਸੁਭਾਵ ਕਿਸ ਤਰ੍ਹਾਂ ਦਾ ਹੈ ਕਿ ਜੋ ਕੁਛ ਦੁਨੀਆਂ ਦਾ ਹੈ ਉਹ ਸਾਰਾ ਮੇਰਾ ਹੋ ਜਾਵੇ, ਮੈਨੂੰ ਆਪਣੇ ਸੁੱਖ ਵਾਸਤੇ ਚਾਹੇ ਕਿਸੇ ਨੂੰ ਮਾਰਨਾ ਪਵੇ, ਮੈਨੂੰ ਆਪਣੇ ਸੁੱਖ ਵਾਸਤੇ ਚਾਹੇ ਕਿਸੇ ਨੂੰ ਡੁਬਾਉਣਾ ਪਵੇ, ਮੈਨੂੰ ਆਪਣੇ ਸੁੱਖ ਵਾਸਤੇ ਚਾਹੇ ਕਿਸੇ ਨੂੰ ਜਿੰਨਾ ਮਰਜ਼ੀ ਦੁੱਖ ਦੇਣਾ ਪਵੇ, ਲੇਕਿਨ ਮੈਨੂੰ ਸੁੱਖ ਮਿਲਣਾ ਚਾਹੀਦਾ ਹੈ। ਰਾਵਣ ਦੀ ਵੀ ਪੂਜਾ ਨਹੀਂ ਅੱਜ ਹੋ ਰਹੀ ਦੁਨੀਆਂ ਦੇ ਅੰਦਰ। ਰਾਵਣ ਦੇ ਕੋਲ ਵਿੱਦਿਆ ਘੱਟ ਨਹੀਂ ਸੀ, ਰਾਵਣ ਦੇ ਕੋਲ ਤਾਕਤ ਘੱਟ ਨਹੀਂ ਸੀ, ਰਾਵਣ ਦੇ ਕੋਲ ਲਿਆਕਤ ਘੱਟ ਨਹੀਂ ਸੀ, ਕੋਈ ਚੀਜ਼ ਘੱਟ ਨਹੀਂ ਸੀ ਰਾਵਣ ਦੇ ਕੋਲ। ਪਰ ਰਾਵਣ ਨੂੰ ਲੈ ਕੇ ਕਿਹੜੀ ਚੀਜ਼ ਬੈਠੀ? ਉਸ ਦਾ ਹੰਕਾਰ ਕਿ ਮੇਰੇ ਵਰਗਾ ਕੋਈ ਦੁਨੀਆਂ ਦੇ ਵਿੱਚ ਨਹੀਂ ਹੈ। ਉਸਨੇ ਆਪਣੀ ਵਿੱਦਿਆ ਦਾ, ਉਸਨੇ ਆਪਣੀ ਪਦਵੀ ਦਾ, ਉਸਨੇ ਆਪਣੇ ਸੱਤਾ ਦਾ, ਉਸਨੇ ਆਪਣੇ ਹਰ ਚੀਜ਼ ਦਾ ਦੁਨੀਆਂ ਨੂੰ ਦੁੱਖ ਦੇਣ ਵਾਸਤੇ ਇਸਤੇਮਾਲ ਕੀਤਾ। ਤਾਂ ਅੱਜ ਲੋਕ ਆਪਣੇ ਕਿਸੇ ਬੱਚੇ ਦਾ ਨਾਮ ਰਾਵਣ ਨਹੀਂ ਰੱਖਦੇਗੇ। ਔਰ ਰਾਮ ਜੀ ਨੇ, ਬਾਬਾ ਨਾਨਕ ਦੇਵ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਜਿਹੜਾ ਜੀਵਨ ਹੈ, ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਭਗਵਾਨ ਰਾਮ ਜੀ, ਭਗਵਾਨ ਕ੍ਰਿਸ਼ਨ ਜੀ, ਮਹਾਤਮਾ ਬੁੱਧ ਜੀ, ਮਹਾਵੀਰ ਜੀ, ਅੱਜ ਇਹਨਾਂ ਨੂੰ ਲੋਕ ਪੂਜਦੇ ਹੈ। ਕਿਉਂ ਪੂਜਦੇ ਹੈ? ਕਿਉਂਕਿ ਇਹਨਾਂ ਨੇ ਆਪਣੀ ਵਿੱਦਿਆ ਦਾ, ਆਪਣੀ ਤਪੱਸਿਆ ਦਾ, ਆਪਣੀ ਤਾਕਤ ਦਾ, ਆਪਣੇ ਰੁਤਬੇ ਦਾ ਇਸਤੇਮਾਲ ਕੀਤਾ। ਤਾਂ ਕਾਹਦੇ ਵਾਸਤੇ ਕੀਤਾ? ਸੰਸਾਰ ਨੂੰ ਸੁੱਖ ਦੇਣ ਵਾਸਤੇ। ਇਹ ਸਿੰਘਾਸਨ ਤੇ ਬੈਠੇ ਹੋਏ ਗਏ ਹੈ, ਇੱਕ ਸਿੰਘਾਸਨ ਚੜੀ ਚੱਲੇ, ਇੱਕ ਬੰਧੇ ਜੰਜੀਰ। ਰਾਵਣ ਨੂੰ ਅਸੀਂ ਕਿਸੇ ਨੇ ਦੇਖਿਆ ਨਹੀਂ, ਪਰ ਰਾਵਣ ਬੁਰਾਈ ਦੀ ਜੰਜੀਰ ਦੇ ਨਾਲ ਜਕੜਿਆ ਹੋਇਆ ਗਿਆ ਹੈ। ਉਸ ਦਾ ਆਪਾਂ ਨਾਮ ਲੈਣਾ ਵੀ ਪਸੰਦ ਨਹੀਂ ਕਰਦੇ, ਉਸ ਦੀ ਮੌਤ ਤੇ ਆਪਾਂ ਖੁਸ਼ੀ ਮਨਾਉਂਦੇ ਹਾਂ, ਮਹਾਂਪੁਰਸ਼ਾਂ ਦੇ ਜਨਮ ਦਿਨ ਤੇ ਆਪਾਂ ਖੁਸ਼ੀ ਮਨਾਉਂਦੇ ਹਾਂ, ਔਰ ਰਾਵਣ ਦੇ ਮਰਨ ਦਿਨ ਤੇ ਖੁਸ਼ੀ ਮਨਾਈ ਜਾਂਦੀ ਹੈ। ਜਿਸ ਆਦਮੀ ਦੇ ਜਨਮ ਦਿਨ ਤੇ ਖੁਸ਼ੀ ਮਨਾਈ ਜਾਵੇ, ਜਿਸ ਆਦਮੀ ਦੇ ਜਾਣ ਤੇ ਸੰਸਾਰ ਸਮਾਜ ਰੋਂਦਾ ਹੈ, ਤਾਂ ਉਹ ਸਮਝੋ ਕਿ ਸਿੰਘਾਸਨ ਤੇ ਬੈਠਾ ਹੋਇਆ ਗਿਆ ਹੈ। ਭਗਵਾਨ ਦਾਸ ਜੀ ਅੱਜ ਸਿੰਘਾਸਨ ਤੇ ਬੈਠੇ ਹੋਏ ਗਏ ਹੈ, ਉਹ ਜੰਜੀਰ ਦੇ ਨਾਲ ਜਕੜੇ ਹੋਏ ਨਹੀਂ ਗਏ। ਉਹਨਾਂ ਨੇ ਆਪਣੇ ਮਾਤਾ ਪਿਤਾ ਦੇ ਨਾਮ ਨੂੰ ਉੱਚਾ ਕੀਤਾ ਹੈ। ਤਿੰਨ ਤਰ੍ਹਾਂ ਦੀ ਸੰਤਾਨ ਪੁੱਤਰ ਸੰਸਾਰ ਦੇ ਵਿੱਚ ਹੋਇਆ ਕਰਦੇ ਹੈ। ਇੱਕ ਹੁੰਦੇ ਹੈ ਪੁੱਤਰ, ਜਿਹੜੇ ਆਪਣੇ ਮਾਤਾ ਪਿਤਾ ਦੇ ਨਾਂ ਨੂੰ ਬਰਕਰਾਰ ਰੱਖਦੇ ਹੈ, ਵਧਾ ਵੀ ਨਹੀਂ ਸਕਦੇ, ਘਟਾਉਂਦੇ ਵੀ ਨਹੀਂ, ਘਟਣ ਵੀ ਨਹੀਂ ਦਿੰਦੇ ਗੇ।
ਔਰ ਇੱਕ ਇਸ ਤਰ੍ਹਾਂ ਦੇ ਹੁੰਦੇ ਹੈ ਜਿਹੜੇ ਆਪਣੇ ਮਾਤਾ ਪਿਤਾ ਦੇ ਨਾਂ ਦੇ ਉੱਤੇ ਕਲੰਕ ਬਣ ਜਾਂਦੇ ਹੈ, ਦੁਨੀਆਂ ਨੂੰ ਇੰਨੇ ਕੁ ਦੁੱਖ ਦਿੰਦੇ ਹੈ, ਦੁਨੀਆਂ 'ਚੋਂ ਇੰਨੀਆਂ ਕੁ ਬੁਰਾਈਆਂ ਖੱਟਦੇ ਹੈ ਕਿ ਲੋਕ ਉਹਨਾਂ ਦੇ ਮਾਤਾ ਪਿਤਾ ਨੂੰ ਬੁਰਾ ਕਹਿੰਦੇ ਕਿ ਇਸ ਤੋਂ ਚੰਗਾ ਸੀ ਮਾਂ ਇਸ ਨੂੰ ਨਾ ਹੀ ਜੰਮਦੀ। ਇਸ ਤਰ੍ਹਾਂ ਦੇ ਲੋਕ ਵੀ ਹੈ ਦੁਨੀਆਂ ਦੇ ਅੰਦਰ। ਔਰ ਇੱਕ ਉਹ ਸਪੁੱਤਰ ਦੀ ਗਿਣਤੀ ਦੇ ਵਿੱਚ ਆਉਂਦੇ ਹੈ ਜਿਹੜੇ ਆਪਣੇ ਮਾਤਾ ਪਿਤਾ ਦੇ ਨਾਂ ਨੂੰ ਹੋਰ ਜ਼ਿਆਦਾ ਵਧਾਉਂਦੇ ਹੈ, ਜਿਹੜੇ ਆਪਣੇ ਮਾਤਾ ਪਿਤਾ ਦੇ ਨਾਮ ਨੂੰ ਰੋਸ਼ਨ ਕਰਦੇ ਹੈ। ਤਾਂ ਭਗਵਾਨ ਦਾਸ ਜੀ ਦੀ ਜਿਹੜੀ ਗਿਣਤੀ ਹੈ ਨਾ, ਉਹ ਸਪੁੱਤਰਾਂ ਦੇ ਵਿੱਚੋਂ ਵੀ ਜਿਹੜੇ ਸਪੁੱਤਰ ਹੈ ਉਹਨਾਂ ਦੇ ਵਿੱਚ ਆਉਂਦੀ ਹੈ। ਅੱਜ ਦਾ ਇਕੱਠ ਬੈਠਣ ਵਾਸਤੇ ਜਗ੍ਹਾ ਨਹੀਂ, ਲੋਕ ਬਾਹਰ ਖੜ੍ਹੇ ਹੈ, ਬਾਹਰਲੇ ਪਾਸੇ ਲਾਈਨ ਲੱਗੀ ਹੋਈ ਹੈ ਆਉਣ ਵਾਲਿਆਂ ਦੀ। ਇਹ ਉਹਨਾਂ ਦੇ ਚੰਗੇ ਕਰਮ, ਇਹ ਉਹਨਾਂ ਦਾ ਦੇਵਤਾਵਾਂ ਵਾਲਾ ਸੁਭਾਅ, ਇਹ ਉਹਨਾਂ ਦਾ ਮਿਲ ਵਰਤਨ, ਇਹ ਉਹਨਾਂ ਨੂੰ ਮਾਤਾ ਪਿਤਾ ਤੋਂ ਮਿਲੀ ਹੋਈ ਵਿਰਾਸਤ ਦੇ ਵਿੱਚ ਇੱਕ ਅੱਛਾਈ, ਇਹ ਸਭ ਚੀਜ਼ਾਂ ਭਗਵਾਨ ਦਾਸ ਜੀ ਦੇ ਅੰਦਰ ਸੀ। ਇਹ ਉਹਦੇ ਸਦਕਾ ਤਾਂ ਇੰਨਾ ਇਕੱਠਾ ਬੈਠਣ ਵਾਸਤੇ ਜਗ੍ਹਾ ਨਹੀਂ ਮਿਲ ਰਹੀ ਲੋਕਾਂ ਨੂੰ, ਔਰ ਸੱਜਣ ਆਦਮੀ ਬਾਹਰ ਖੜ੍ਹੇ ਸ਼ਰਧਾਂਜਲੀ ਦੇਣ ਵਾਸਤੇ ਬਹੁਤ ਸਾਰੇ ਲੋਕ ਇਸ ਜਗ੍ਹਾ 'ਤੇ ਆਏ ਹੋਏ। ਉਹਨਾਂ ਦਾ ਜੀਵਨ ਸੁਧਰਿਆ ਹੋਇਆ। ਜਾਣ ਵਾਲੇ ਦੀ ਫੋਟੋ ਦੇ ਥੱਲੇ ਦੋ ਤਰੀਕਾਂ ਲਿਖੀਆਂ ਹੁੰਦੀਆਂ, ਇੱਕ ਆਉਣ ਦੀ ਅਤੇ ਇੱਕ ਜਾਣ ਦੀ। ਉਹਨਾਂ ਦੇ ਵਿੱਚ ਛੋਟੀ ਜਿਹੀ ਜਗ੍ਹਾ ਹੁੰਦੀ ਖਾਲੀ ਇੱਕ, ਔਰ ਉਹ ਛੋਟੀ ਜਿਹੀ ਜਿਹੜੀ ਜਗ੍ਹਾ ਹੁੰਦੀ ਹੈ ਉਹਦੇ ਵਿੱਚ ਸਾਡਾ ਸਾਰਾ ਨਿਚੋੜ ਆ ਜਾਂਦਾ ਹੈ। ਜਿਹੜੀ ਛੋਟੀ ਜਿਹੀ ਜਗ੍ਹਾ ਹੈ ਉਹ ਛੋਟੀ ਜਿਹੀ ਜਗ੍ਹਾ ਨੂੰ ਕੁਛ ਲੋਕ ਆਪਣੇ ਚੰਗੇ ਕਰਮਾਂ ਦੀ ਵਜ੍ਹਾ ਦੇ ਨਾਲ ਸੋਨੇ ਦੀ ਤਰ੍ਹਾਂ ਚਮਕਾ ਕੇ ਜਾਂਦੇ ਹੈ ਭਗਵਾਨ ਦਾਸ ਜੀ ਦੀ ਤਰ੍ਹਾਂ, ਔਰ ਕੁਛ ਲੋਕ ਆਪਣੇ ਮੰਦੇ ਕਰਮਾਂ ਦੇ ਕਾਰਨ ਉਹ ਛੋਟੀ ਜਿਹੀ ਪੱਟੀ ਨੂੰ ਬਿਲਕੁਲ ਕਾਲੀ ਕਰਕੇ ਜਾਂਦੇ। ਆਏ ਹੈ ਸੋ ਜਾਏਗੇ ਰਾਜਾ ਰੰਗ ਫਕੀਰ, ਇੱਕ ਸਿੰਘਾਸਨ ਚੜ੍ਹੀ ਚੱਲੇ। ਅੱਜ ਭਗਵਾਨ ਦਾਸ ਜੀ ਚਾਹੇ ਉਹ ਸਰੀਰਕ ਰੂਪ ਦੇ ਅੰਦਰ ਸਾਡੇ ਵਿੱਚ ਨਹੀਂ, ਪਰ ਉਹਨਾਂ ਦੀ ਯਾਦਾਂ, ਉਹਨਾਂ ਦੇ ਮਿੱਠੇ ਬੋਲ, ਉਹਨਾਂ ਦਾ ਵਿਵਹਾਰ, ਉਹਨਾਂ ਦੇ ਸ਼ਬਦ, ਉਹਨਾਂ ਦੇ ਅੱਛੇ ਸੰਸਕਾਰ, ਉਹਨਾਂ ਦੀ ਬੇਟੀਆਂ ਦੇ ਅੰਦਰ, ਉਹਨਾਂ ਦੇ ਭਾਈਆਂ ਦੇ ਅੰਦਰ, ਉਹਨਾਂ ਦੇ ਦਮਾਦਾਂ ਦੇ ਅੰਦਰ, ਉਹਨਾਂ ਦੀ ਭਰਜਾਈਆਂ ਦੇ ਅੰਦਰ, ਉਹਨਾਂ ਦੇ ਦਿੱਤੇ ਹੋਏ ਸਾਰੇ ਸੰਸਕਾਰ ਹੈ ਜਿਸ ਨੂੰ ਅਸੀਂ ਭੁਲਾ ਨਹੀਂ ਸਕਦੇ। ਉਹਨਾਂ ਦੀ ਕਿੰਨੀਆਂ ਅੱਛਾਈਆਂ ਹੈ, ਇਸ ਨੂੰ ਜੇ ਆਪਾਂ ਗਿਣਾਉਣ ਲੱਗੀਏ ਸ਼ਾਇਦ ਹੋ ਸਕਦਾ 5 ਵੱਜ ਜਾਣ ਸ਼ਾਮ ਦੇ। ਉਹਨਾਂ ਦਾ ਕਿਸ ਤਰ੍ਹਾਂ ਦਾ ਸੁਭਾਵ ਸੀ, ਉਹਨਾਂ ਦੀ ਨੇਚਰ ਕਿਸ ਤਰ੍ਹਾਂ ਦੀ ਸੀ, ਜੋ ਆਦਮੀ ਇੱਕ ਵਾਰ ਉਹਨਾਂ ਨੂੰ ਮਿਲ ਲੈਂਦਾ ਸੀ ਉਸਨੂੰ ਇਹ ਨਹੀਂ ਸੀ ਲੱਗਦਾ ਦੂਸਰੀ ਵਾਰ ਕਿ ਮੇਰੇ ਵਾਸਤੇ ਕੋਈ ਪਰਾਇਆ ਹੈ। ਉਹਨਾਂ ਨੇ ਆਪਣੇ ਅਤੇ ਪਰਾਏ ਦੇ ਭੇਦ ਨੂੰ ਖਤਮ ਕੀਤਾ, ਮਾਤਾ ਪਿਤਾ ਦੇ ਨਾਮ ਨੂੰ ਰੋਸ਼ਨ ਕੀਤਾ, ਔਰ ਸਭ ਤੋਂ ਬੜੀ ਜੋ ਉਹਨਾਂ ਦੀ ਦੇਣ ਸੀ ਇਸ ਪਰਿਵਾਰ ਨੂੰ ਉਹ ਸੀ ਮਿਹਨਤ ਦੀ ਦੇਣ। ਉਹਨਾਂ ਦੇ ਭਾਈ ਸਾਹਿਬ ਬੋਲਿਆ ਨਹੀਂ ਸੀ ਜਾ ਰਿਹਾ, ਮੈਨੂੰ ਦੱਸ ਕੇ ਗਏ ਕਿ ਚੌਥੀ ਕਲਾਸ ਤੋਂ ਉਹਨਾਂ ਨੇ ਆਪਣੇ ਕਾਰੋਬਾਰ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ। ਕਿੰਨੀ ਜ਼ਿੰਮੇਵਾਰੀ ਔਰ ਕਿੰਨੀ ਲਗਨ ਦੇ ਨਾਲ ਉਹਨਾਂ ਨੇ ਇਸ ਜਗ੍ਹਾ ਤੱਕ ਇਸ ਯਾਤਰਾ ਨੂੰ ਪੂਰਾ ਕੀਤਾ ਹੋਏਗਾ। ਉਹਨਾਂ ਦੇ ਜਿਹੜੇ ਮਿੱਤਰ ਹੈ ਨਜ਼ਦੀਕੀ ਜਾਂ ਪਰਿਵਾਰ, ਉਹ ਜਾਣਦੇ ਕਿ ਜਿਸ ਬੱਚੇ ਦੇ ਚੌਥੀ ਕਲਾਸ ਤੋਂ ਵੱਧ 10 ਸਾਲ ਦੀ ਆਯੂ ਹੋਏਗੀ, 10 ਸਾਲ ਤੋਂ ਜਿਸ ਨੂੰ ਮਿਹਨਤ ਕਰਨ ਦਾ ਇੱਕ, ਜਿਸ ਨੂੰ ਮਿਹਨਤ ਦੀ ਲਗਨ ਔਰ ਜਿਸ ਨੂੰ ਇੱਕ ਅੱਛਾਈ ਦਾ ਰਾਸਤਾ ਮਿਲ ਗਿਆ ਇਸ ਬੁਲੰਦੀਆਂ ਤੱਕ ਪਹੁੰਚਣ ਵਾਸਤੇ, ਉਹਨਾਂ ਨੇ ਜੀ ਭਰ ਕੇ ਮਿਹਨਤ ਕੀਤੀ, ਔਰ ਅੱਜ ਜੋ ਸਤਿਕਾਰ ਜੋ ਪਿਆਰ ਉਹਨਾਂ ਨੂੰ ਮਿਲ ਰਿਹਾ ਹੋਰ ਨਹੀਂ ਕਿਸੇ ਨੂੰ ਮਿਲ ਸਕਦਾ। ਵਿਰਲੇ ਆਦਮੀ ਹੁੰਦੇ ਕੁਛ ਇਸ ਤਰ੍ਹਾਂ ਦੇ, ਔਰ ਉਹਨਾਂ ਦਾ ਸੰਬੰਧ ਬਹੁਤ, ਮੈਂ ਸਮਾਂ ਨਹੀਂ ਲਵਾਂਗਾ, 2-3 ਮਿੰਟ ਬਾਕੀ ਹੈ। ਮੇਰੇ ਤੋਂ ਬਾਅਦ ਮਾਨੂ ਕੇ ਗਿੱਲ ਤੋਂ ਆਏ ਹੋਏ ਸਰਦਾਰ ਬਲਦੇਵ ਸਿੰਘ ਜੀ, ਉਹ ਆਪਣੀ ਸ਼ਰਧਾਂਜਲੀ 5 ਮਿੰਟ ਵਾਸਤੇ ਦੇਣਗੇ, 2-4 ਮਿੰਟ ਤੋਂ ਬਾਅਦ ਉਹਨਾਂ ਦਾ ਸਮਾਂ ਆਏਗਾ। ਤਾਂ ਭਗਵਾਨ ਦਾਸ ਜੀ ਮਾਤਾ ਪਿਤਾ ਤੋਂ ਅੱਛੇ ਵਿਚਾਰ ਸੰਸਕਾਰ ਲਏ, ਸ਼੍ਰੀ ਚਰਨ ਦਾਸ ਜੀ, ਮਦਨ ਲਾਲ ਜੀ, ਭੈਣ ਊਸ਼ਾ ਜੀ, ਪ੍ਰੇਮ ਕਾਂਤਾ ਜੀ, ਇਹਨਾਂ ਨੂੰ ਇੱਕ ਭਾਈ ਦਾ ਪਿਆਰ ਦਿੱਤਾ, ਔਰ ਭਾਈ ਦੇ ਨਾਲ ਨਾਲ ਇੱਕ ਬੜੇ ਭਾਈ ਦਾ ਹੀ ਨਹੀਂ
ਪਿਤਾ ਦਾ ਵੀ ਕਰਨ ਨੇ ਇਹਨਾਂ ਨੂੰ ਪਿਆਰ ਦਿੱਤਾ। ਔਰ ਇਹਨਾਂ ਸਭ ਨਾਵਾਂ ਨੇ ਇੱਕ ਬੜੇ ਭਾਈ ਨੂੰ ਪਿਤਾ ਦੇ ਬਰਾਬਰ ਸਨਮਾਨ ਦਿੱਤਾ, ਮਾਨ ਦਿੱਤਾ। ਔਰ ਚਰਨਦਾਸ ਜੀ ਦਾ, ਪ੍ਰੇਮ ਕਾਂਤਾ ਜੀ, ਮਦਨ ਲਾਲ ਜੀ ਦਾ, ਮੀਨਾ ਜੀ, ਊਸ਼ਾ ਜੀ ਦਾ, ਸੁਦਰਸ਼ਨ ਕੁਮਾਰ ਜੀ, ਪ੍ਰੇਮ ਕਾਂਤਾ ਜੀ ਦਾ, ਬਲਦੇਵ ਰਾਜ ਜੀ, ਡਾਕਟਰ ਬਲਦੇਵ ਜੀ, ਉਹਨਾਂ ਦੇ ਨਾਲ ਅੱਛੇ ਘਰਾਂ ਦੇ ਵਿੱਚ ਉਹਨਾਂ ਨੇ ਆਪਣੇ ਭੈਣਾਂ ਭਾਈਆਂ ਦੇ ਸੰਬੰਧ ਬਣਾਏ। ਔਰ ਇਸ ਤੋਂ ਬਾਅਦ ਚੱਲਦੇ ਚੱਲਦੇ ਆਪਣਾ ਜਿਹੜਾ ਸੰਬੰਧ ਉਹਨਾਂ ਦਾ ਸ਼੍ਰੀਮਤੀ ਸਰੋਜ ਰਾਣੀ ਜੀ ਦੇ ਨਾਲ ਬਣਿਆ। ਔਰ ਦੋਨੋਂ ਹੀ ਇੱਕੋ ਹੀ ਦਿਨ ਜੋ ਦੁੱਖਦਾਈ ਘਟਨਾ ਦਾ ਸ਼ਿਕਾਰ ਹੋਏ, ਕਿਉਂਕਿ ਸਮਾਂ, ਸਥਾਨ, ਕਾਰਨ ਇਹ ਸਭ ਚੀਜ਼ਾਂ ਨਿਸ਼ਚਿਤ ਹੈ। ਕਈ ਲੋਕ ਕਹਿੰਦੇ ਕਿ ਨਹੀਂ, ਪਰ ਸਮਾਂ, ਸਥਾਨ, ਕਾਰਨ ਇਹ ਤਿੰਨੋਂ ਚੀਜ਼ਾਂ ਨਿਸ਼ਚਿਤ ਹੈ। ਨਾਲ ਬੇਟੀ ਵੀ ਬੈਠੀ ਹੋਈ ਸੀ, ਨਾਲ ਸੁਮੈਲੀ ਬੇਟੀ ਵੀ ਬੈਠੀ ਹੋਈ ਸੀ, ਉਸ ਨੂੰ ਕੁਛ ਨਹੀਂ ਹੋਇਆ, ਲੇਕਿਨ ਉਹਨਾਂ ਦਾ ਕੁਛ ਬਚਿਆ ਨਹੀਂ। ਸਮਾਂ, ਸਥਾਨ ਔਰ ਕਾਰਨ ਇਹ ਤਿੰਨੋਂ ਚੀਜ਼ਾਂ ਜਿਸ ਜਗ੍ਹਾ 'ਤੇ ਇਕੱਠੀਆਂ ਹੋ ਜਾਂਦੀਆਂ, ਉਸ ਜਗ੍ਹਾ ਤੋਂ ਸਾਨੂੰ ਕੋਈ ਬਚਾਉਣ ਵਾਲਾ ਨਹੀਂ ਹੁੰਦਾ ਗਾ। ਤੋ ਇਸੇ ਤਰ੍ਹਾਂ ਦੇ ਨਾਲ ਬੇਟੀਆਂ, ਮੇਨਕਾ ਜੀ ਦਾ ਵਨੀਤ ਜੀ ਦੇ ਨਾਲ ਸੰਬੰਧ ਬਣਾਇਆ ਜਗਰਾਉਂ ਦੇ ਅੰਦਰ, ਸੁਮਨ ਜੀ ਦਾ ਵਿਕਾਸ ਜੀ ਦੇ ਨਾਲ ਲੁਧਿਆਣਾ ਦੇ ਅੰਦਰ, ਔਰ ਅਜੇ ਜੀ ਦਾ, ਅਕਿਰਨ ਜੀ ਦਾ, ਅਜੇ ਜੀ ਦੇ ਨਾਲ ਉਹਨਾਂ ਨੇ ਸੰਬੰਧ ਬਣਾਇਆ। ਬੜੇ ਅੱਛੇ ਪਰਿਵਾਰਾਂ ਦੇ ਵਿੱਚ ਆਪਣੀ ਬੇਟੀਆਂ ਦੇ ਸੰਬੰਧ ਬਣਾ ਕੇ, ਅੱਛੇ ਪਰਿਵਾਰਾਂ ਦੇ ਵਿੱਚ ਅੱਛੇ ਸੰਸਕਾਰ ਦੇ ਕੇ, ਸੰਸਕਾਰੀ ਪਰਿਵਾਰਾਂ ਦੇ ਵਿੱਚ ਆਪਾਂ ਨੂੰ ਬੇਟੀਆਂ ਨੂੰ ਭੇਜਿਆ ਉਹਨਾਂ ਨੇ। ਔਰ ਬੇਟਿਆਂ ਦੀ ਤਰ੍ਹਾਂ ਹੀ ਦਮਾਦ ਨੂੰ ਸਮਝਿਆ। ਬੇਟਾ ਨਾ ਹੋਣ ਦਾ ਕੋਈ ਗਮ ਨਹੀਂ ਸੀ, ਕੋਈ ਦੁੱਖ ਨਹੀਂ ਸੀ, ਕਹਿੰਦੇ ਬੇਟੀਆਂ ਹੀ ਮੇਰੇ ਵਾਸਤੇ ਸਭ ਕੁਛ ਹੈ, ਬੇਟੇ ਔਰ ਬੇਟੀ ਦੇ ਵਿੱਚ ਕੋਈ ਅੰਤਰ ਨਹੀਂ ਹੈ। ਇਸ ਤਰ੍ਹਾਂ ਦੇ ਇਨਸਾਨ ਦਾ ਚਲੇ ਜਾਣਾ, ਜਿੰਨਾ ਕੁ ਅਸੀਂ ਅੱਗ ਦੇ ਨੇੜੇ ਬੈਠਦੇ ਉਨਾ ਜ਼ਿਆਦਾ ਸਾਨੂੰ ਸੇਕ ਲੱਗਦਾ ਹੈ। ਬ੍ਰਿਜ ਤਿਲਕ ਦੀ ਹੱਟੀ ਦੇ ਨਾਮ ਤੋਂ ਮਸ਼ਹੂਰ, ਮੋਗੇ ਦੇ ਕਿਸੇ ਕੋਨੇ ਦੇ ਵਿੱਚ ਉਹਨਾਂ ਦਾ ਨਾਮ ਪੁੱਛੋ, ਸਭ ਲੋਕ ਬੜੇ ਸਤਿਕਾਰ ਦੇ ਨਾਲ, ਬੜੇ ਇੱਜ਼ਤ ਦੇ ਨਾਲ ਨਾਮ ਲੈਂਦੇ ਹੈ। ਬਹਾਰੇ ਬਾਗ ਦੁਨੀਆ ਚੰਦ ਰੋਜ਼, ਦੇਖ ਲਓ ਤੁਮ ਵੀ ਤਮਾਸ਼ਾ ਯੇ ਚੰਦ ਰੋਜ਼, ਕਿਆ ਮਿਲੇਗਾ ਦਿਲ ਕਿਸੀ ਕਾ ਤੋੜ ਕੇ, ਲੇ ਦੁਆ ਕੁਛ ਟੂਟੇ ਦਿਲ ਕੋ ਜੋੜ ਕੇ, ਹੋ ਦੁਨੀਆ ਮੇ ਤੇਰਾ ਵੀ ਚਰਚਾ ਕੁਛ ਚੰਦ ਰੋਜ਼, ਹੋ ਦੁਨੀਆ ਮੇ ਤੇਰਾ ਵੀ ਚਰਚਾ ਕੁਛ ਚੰਦ ਰੋਜ਼। ਚੰਦ ਰੋਜ਼ ਜਿਸ ਨੂੰ ਲੋਕ ਚੰਗਾ ਕਹਿ ਕੇ ਯਾਦ ਕਰਨ, ਤਾਂ ਉਸਦਾ ਆਉਣਾ ਔਰ ਉਸਦਾ ਜਾਣਾ ਸਫਲ ਹੈ। ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜਾਂਦੇ ਜਾਂਦੇ ਇਹ ਭਾਣਾ ਵਾਪਰਿਆ ਜੋ ਬੜਾ ਦੁੱਖਦਾਈ ਹੈ। ਤੋ ਜਿਨ੍ਹਾਂ ਦੇ ਇੱਕ ਬੱਚੀਆਂ ਦੇ ਉੱਤੋਂ ਪਿਤਾ ਦਾ ਸਾਇਆ ਚਲਿਆ ਜਾਣਾ, ਮਾਂ ਦਾ ਸਾਇਆ ਚਲੇ ਜਾਣਾ, ਉਹਨਾਂ ਨੂੰ ਸਿਰਫ ਉਹ ਬੱਚੀਆਂ ਜਾਣ ਸਕਦੀਆਂ ਹੈ। ਉਹਨਾਂ ਦੀ ਹਾਲਤ ਜੋ ਹੈ ਉਹ ਕੋਈ ਬਿਆਨ ਨਹੀਂ ਕੀਤੀ ਜਾ ਸਕਦੀ। ਔਰ ਭਾਈਆਂ ਦੇ ਨਾਲੋਂ ਇੱਕ ਭਾਈ ਦਾ ਵਿਛੜ ਜਾਣਾ, ਬੜੇ ਭਾਈ ਦਾ ਬਾਪ ਦੇ ਸਮਾਨ ਜੋ ਭਾਈ ਹੈ। ਰਾਮ ਕੀ ਦੁਹਾਈ, ਰਾਮ ਕਹਿਤ ਭੁਜਾ ਉਠਾਈ, ਭਰਾਤ ਕੇ ਮਰਤ ਭਰਾਤ ਭਰਾਤ ਨਾ ਮਿਲਦ ਹੈ। ਦੂਸਰਾ ਭਾਈ ਉਹ ਸਾਨੂੰ ਦੁਬਾਰਾ ਨਹੀਂ ਮਿਲ ਸਕਦਾ ਗਾ। ਤੇ ਇੱਕ ਬੜੇ ਅੱਛੇ ਭਾਈ ਦਾ, ਬੜੇ ਅੱਛੇ ਸ਼ਹਿਰੀ ਦਾ, ਬੜੇ ਅੱਛੇ ਮਿੱਤਰ ਦਾ, ਬੜੇ ਅੱਛੇ ਪਿਤਾ ਦਾ, ਬੜੇ ਅੱਛੇ ਸਸੁਰ ਦਾ ਦੁਨੀਆਂ ਦੇ ਵਿੱਚੋਂ ਜਾਣਾ ਸਭ ਨਾਵਾਂ ਦੇ ਲਈ ਦੁੱਖਦਾਈ ਹੈ। ਪਰਮ ਪਿਤਾ ਪਰਮਾਤਮਾ ਸਭ ਨਾਵਾਂ ਨੂੰ ਦੁੱਖ ਸਹਿਣ ਕਰਨ ਦੀ ਸ਼ਕਤੀ ਦੇਣ, ਔਰ ਜੀਵ ਆਤਮਾ ਦਾ ਪ੍ਰਭੂ ਚਰਨਾਂ ਦੇ ਵਿੱਚ ਨਿਵਾਸ ਹੋਵੇ। ਔਰ ਹੁਣ ਸ਼੍ਰੀ ਸਰਦਾਰ ਬਲਦੇਵ ਸਿੰਘ ਜੀ ਉਹ ਆਪਣੇ ਮਾਨੁਕੇ ਤੋਂ ਆਏ ਹੋਏ, 5 ਮਿੰਟ ਲਈ ਆਪਣੇ ਸ਼ਰਧਾ ਸੁਮਨ ਅਰਪਣ ਕਰਨਗੇ। ਬਲਦੇਵ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਸ੍ਰੀ ਗੁਰੂ ਪ੍ਰਵਾਨ ਜੀ ਸਮੂਹ ਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਥੋਂ ਪਹਿਲਾਂ ਪਾਂਡੇ ਜੀ ਨੇ ਜੀਵਨ ਅਤੇ ਮੌਤ ਦੇ ਫਲਸਫੇ ਬਾਰੇ ਆਪ ਜੀ ਨੂੰ ਬਹੁਤ ਹੀ
ਗਿਆਨ ਭਰਪੂਰ ਸ਼ਬਦਾਂ ਦੇ ਨਾਲ ਜੋ ਵਿਖਿਆਨ ਰਾਹੀਂ ਸਰਵਣ ਕਰਾਇਆ, ਅਤਿ ਸ਼ਲਾਘਾਯੋਗ। ਜਿੱਥੋਂ ਤੱਕ ਮੌਤ ਅਤੇ ਜੀਵਨ ਦਾ ਸੰਬੰਧ ਹੈ, ਫਰੀਦ ਜੀ ਕਹਿੰਦੇ ਆ, ਫਰੀਦਾ ਦਰਿਆਏ ਕੰਨੇ ਬੈਠਾ ਬਗਲਾ ਕੇਰ ਕਰੇ, ਕੇਰ ਕਰਿੰਦੇ ਹਿੰਜ ਕੋ ਅਚਿੰਤੇ ਬਾਜ ਪਏ, ਬਾਜ ਪਏ ਤੇ ਸਰੱਪ ਕੇ, ਕੇਲਾਂ ਵਿਸਰੀਆਂ ਜੋ ਮਨ ਚੇਤਨ ਚੇਤੇ ਸੀ, ਸੋ ਗੱਲ ਜੰਮ ਕੇ। ਉਸ ਤੋਂ ਇੱਕ ਮਿੰਟ ਜਾਂ ਕੁਛ ਸਕਿੰਟ ਜਾਂ ਇੱਕ ਸਕਿੰਟ ਪਹਿਲਾਂ ਵੀ ਜਾਣ ਵਾਲਿਆਂ ਦੇ ਅਤੇ ਜੋ ਪਿੱਛੇ ਵਿਲਕਦੇ ਰਹਿ ਗਏ, ਕਿਸੇ ਦੇ ਚਿੱਤ ਚੇਤੇ ਨਹੀਂ ਸੀ ਵੀ ਇਹ ਭਾਣਾ ਵਾਪਰ ਜੂ। ਸਕਿੰਟਾਂ ਤੋਂ ਵੀ ਘੱਟ ਸਮਾਂ ਲੱਗਿਆ, ਅਚਾਨਕ ਉਹ ਭਾਣਾ ਬੀਤ ਗਿਆ। ਜਾਣ ਵਾਲੇ ਦੇ ਅਰਥਾਏ ਆਪਾਂ ਉਹਦੇ ਜੋ ਕੰਮ ਕਰਕੇ ਗਿਆ, ਜਿਹਦੇ ਨਾਲ ਵਿੱਚ ਰਹਿ ਕੇ ਕੁਛ ਕੀਤਾ ਸਮਾਜ ਵਾਸਤੇ, ਪਰਿਵਾਰ ਵਾਸਤੇ, ਦੁਨੀਆਂ 'ਚ ਚੰਗੀਆਂ ਸੇਧਾਂ ਦੇਣ ਵਾਸਤੇ ਜੋ ਕੁਛ ਕੀਤਾ, ਉਹਦੇ ਬਾਰੇ ਅਕਸਰ ਹੀ ਆਪਾਂ ਉਹਦੀ ਇਸ ਰਸਮ ਪਗੜੀ 'ਤੇ ਗੱਲਾਂ ਬਾਤਾਂ ਕਰਦੇ ਹਾਂ। ਕਬੀਰਾ ਜਮ ਆਏ ਹਮ ਇੱਕ ਜਗਤ ਮੇਂ, ਜਗ ਹੱਸਾ ਹਮ ਰੋਏ, ਐਸੀ ਕਰਨੀ ਕਰ ਚਲੇ, ਹਮ ਹੱਸੇ ਜਗ ਰੋਏ। ਇਨਸਾਨ ਬੱਚਾ ਜਦੋਂ ਪੈਦਾ ਹੁੰਦਾ ਹੈ, ਡਾਕਟਰੀ ਵਿੱਦਿਆ ਵੀ ਇਹ ਗੱਲ ਕਹਿੰਦੀ, ਉਹਦਾ ਰੋਣਾ ਜ਼ਰੂਰੀ ਹੈ, ਉਹ ਉਹਦੇ ਆਤਮਕਵਾਦ ਦੀ ਗੱਲ ਹੈ। ਪੰਡਿਤ ਜੀ ਨੇ ਆਪਣੀ ਸੁਣਾਈ, ਮੈਂ ਉਸ ਪਾਸੇ ਨਹੀਂ ਤੁਰੂੰਗਾ। ਜਦੋਂ ਉਹ ਜਾਂਦਾ ਹੈ ਤਾਂ ਜੱਗ ਰੋਂਦਾ ਹੈ, ਉਹ ਹੱਸਦਾ ਹੈ। ਹੱਸਦਾ ਉਹ ਇਸ ਗੱਲ ਨਾਲ ਕਿਉਂਕਿ ਉਹਦਾ ਜਿਹੜਾ ਮੌਤ ਹੈ, ਕਿਉਂਕਿ ਜਿਉਂ ਜਿਉਂ ਸਾਡਾ ਸਮਾਂ ਨੇੜੇ ਆਉਂਦਾ ਹੈ, ਸਾਨੂੰ ਕੁਛ ਪਛਤਾਪ ਹੋ ਜਾਂਦੇ ਜੇ ਜ਼ਿੰਦਗੀ 'ਚ ਨਹੀਂ ਕੁਛ ਚੰਗਾ ਕੀਤਾ। ਜੇ ਜ਼ਿੰਦਗੀ 'ਚ ਚੰਗਾ ਕੁਛ ਕੀਤਾ ਹੈ, ਹਰ ਇੱਕ ਦੇ ਨਾਲ ਮਿਲ ਵਰਤਨ ਰੱਖਿਆ ਹੈ, ਨਾ ਕੋਈ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣਾਈ, ਜਿਹੜੇ ਇਹ ਸਿਧਾਂਤ 'ਤੇ ਚੱਲਦੇ ਹੈ ਉਹਨਾਂ ਨੂੰ ਜ਼ਿੰਦਗੀ ਜਿਉਂਦਿਆਂ ਸਕੂਨ ਮਿਲਦਾ, ਜਿਉਂ ਜਿਉਂ ਉਮਰ ਲੰਮੀ ਹੁੰਦੀ ਤਿਉਂ ਤਿਉਂ ਸਕੂਨ ਮਿਲਦਾ, ਕਿਉਂਕਿ ਚੰਗਾ ਕਰਦੇ ਰਹੇ, ਚੰਗਾ ਕਰਦੇ ਜਾਂਦੇ ਹੈ ਅਤੇ ਲੋਕਾਂ ਦੇ ਚਿਹਰਿਆਂ ਤੋਂ ਉਹ ਆਪਦੀ ਉਸ ਕੀਤੀ ਹੋਈ ਚੰਗਿਆਈ ਦਾ ਜਿਹੜਾ ਫਲ ਆ ਉਹ ਵੇਂਦੇ ਆ। ਜਿਹੜੇ ਮਾੜਾ ਕੰਮ ਕਰਦੇ ਆ ਉਹਨਾਂ ਨੂੰ ਫਿਰ ਡਰ ਲੱਗਦਾ, ਕਿਉਂਕਿ ਜਾਣਾ ਸਭ ਨੇ ਆ। ਚੰਗਿਆਂ ਦੇ ਜਾਣ 'ਤੇ ਅਸੀਂ ਭੋਗਾਂ 'ਤੇ ਵੀ ਆਉਂਦੇ ਹਾਂ, ਸੰਸਕਾਰ 'ਤੇ ਵੀ ਆਉਂਦੇ ਹਾਂ। ਮਾੜੇ ਬੰਦੇ 'ਤੇ ਜਾਣ ਦਾ ਕੋਈ ਬਹੁਤਾ ਗਿਲਾ ਨਹੀਂ ਹੁੰਦਾ, ਸਿਰਫ ਜਿਹੜਾ ਮੋਹ ਜਿਹਾ ਹੁੰਦਾ ਉਹ ਓਨਾ ਕੀ ਹੁੰਦਾ। ਜਦੋਂ ਚੰਗੇ ਜਾਂਦੇ ਆ ਉਦੋਂ ਸਾਰਾ ਸਮਾਜ ਰੋਂਦਾ। ਚੰਗਾ ਉਸ ਪ੍ਰਭੂ ਪਰਮਾਤਮਾ ਦੀ ਕਿਰਪਾ ਦੇ ਨਾਲ, ਚੰਗੀ ਸੰਗਤ ਦੇ ਨਾਲ। ਪੰਡਿਤ ਜੀ ਨੇ ਜ਼ਿਕਰ ਕੀਤਾ, ਮੈਂ ਆਪਦੀ ਗੱਲ ਨੂੰ ਛੋਟੀ ਛੋਟੀ ਕਰਕੇ ਤਾਂ ਸੁਣਾਉਣਾ, ਸਮਾਂ ਬਹੁਤ ਹੋ ਗਿਆ, ਮੈਂ ਤੁਹਾਡੇ ਵਿਚਕਾਰ ਬਹੁਤਾ ਚਿਰ ਨਹੀਂ ਰਹਿਣਾ ਚਾਹੁੰਦਾ, ਕਿਉਂਕਿ ਦਿੱਤੇ ਹੋਏ ਸਮੇਂ ਤੋਂ ਟਾਈਮ ਟੱਪ ਚੁੱਕਿਆ। 10 ਸਾਲ ਦੀ ਉਮਰ ਦੇ ਵਿੱਚ ਜਦੋਂ ਖੇਡਣ ਦਾ ਸਮਾਂ ਹੈ, ਉਦੋਂ ਉਸ ਬੱਚੇ ਨੇ ਉਸ ਕੰਮ ਦੇ ਨਾਲ ਲਗਨ ਲਾ ਲਈ ਜਿਹੜਾ ਕਿ ਬਾਬੇ ਨਾਨਕ ਦਾ ਉਪਦੇਸ਼ ਉਹਨੇ ਧਾਰਨ ਬਚਪਨ ਤੋਂ ਹੀ ਕਰ ਲਿਆ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ। 3 ਸਿਧਾਂਤ ਹੈ ਮੂਲ ਜ਼ਿੰਦਗੀ ਜਿਉਣ ਦੇ, ਜਿਨ੍ਹਾਂ ਦੇ ਉਹ ਸਾਡੇ ਸੱਜਣ ਰੰਗਲੇ ਸੱਜਣ ਨੇ ਪਹਿਰਾ ਦਿੱਤਾ। 10 ਸਾਲ ਦੀ ਉਮਰ ਤੋਂ ਕਿਰਤ ਕਰਨੀ ਸ਼ੁਰੂ ਕੀਤੀ,
ਫਿਰ ਸਤਸੰਗ ਨਾਲ ਜੁੜ ਗਏ, ਨਾਮ ਵੀ ਜਪਿਆ। ਤੀਜੀ ਗੱਲ ਜਿਹੜੀ ਵੰਡ ਕੇ ਛਕਣ ਦੀ, ਉਹ ਤਿੰਨਾਂ ਭਰਾਵਾਂ ਦੇ ਵਿੱਚ ਭਿੰਨ ਭੇਸ ਨਹੀਂ ਰੱਖਿਆ। ਜਦੋਂ ਉਹ ਪਿੰਡੋਂ ਆਏ, ਉਹਨਾਂ ਦੀ ਭਤੀਜੀ ਬੇਟੀ ਜੋ ਕਿ ਨਾਲ ਸੀ ਚਰਨਦਾਸ ਦੀ ਲੜਕੀ, ਉਹ ਬਿਲਕੁਲ ਛੋਟੀ ਉਮਰ ਦੀ ਸੀ, ਅਤੇ ਉਹਨੂੰ ਮੋਗੇ ਨਾਲ ਹੀ ਲਏ ਵੀ ਚਲੋ ਉੱਥੇ ਕਿਸੇ ਚੰਗੇ ਸਕੂਲ 'ਚ ਪੜ੍ਹ ਜੂ। ਪਿੰਡਾਂ 'ਚ ਥੋੜ੍ਹਾ ਜਿਹਾ ਉਦੋਂ ਵਿੱਦਿਆ ਦਾ ਇਹੋ ਜਿਹਾ ਹਾਲ ਹੀ ਸੀਗਾ ਵੀ ਆਪਾਂ ਨੂੰ ਕੀ ਫਰਕ ਪੈਂਦਾ। ਬੇਸ਼ੱਕ ਉਹ ਲੱਗਦਾ ਸੀ ਵੀ ਤਿੰਨ ਬੇਟੀਆਂ ਤਾਂ ਪਹਿਲਾਂ ਆਪਦੇ ਹੈ, ਬੰਦਾ ਉਹ ਤੋਂ ਵੀ ਅੱਕ ਜਾਂਦਾ, ਪਰ ਚੌਥੀ ਬੇਟੀ ਨੂੰ ਨਾਲ ਲਿਆ ਕੇ ਬਰਾਬਰ ਦੀ ਵਿੱਦਿਆ ਦਿੱਤੀ। ਅਤੇ ਉਹ ਬੇਟੀ ਵੀ ਚਰਨਦਾਸ ਦੀ ਬਜਾਏ ਭਗਵਾਨ ਦਾਸ ਅਤੇ ਸਰੋਜ ਰਾਣੀ ਨੂੰ ਮਾਤਾ ਪਿਤਾ ਕਹਿ ਕੇ ਬੁਲਾਉਂਦੀ ਰਹੀ। ਆਪਦੇ ਪਿਤਾ ਨੂੰ ਉਹਨੇ ਚਾਚਾ ਹੀ ਕਿਹਾ। ਦੇਖੋ ਜੇ ਉਹਨਾਂ ਨੇ ਪਿਆਰ ਦਿੱਤਾ ਤਾਂ ਬੱਚੇ ਨੇ ਉਹਦਾ ਮੁੱਲ ਉਸ ਤਰ੍ਹਾਂ ਹੀ ਮੋੜਿਆ। ਬੱਚੇ ਨੂੰ ਵੀ ਪਰਮਾਤਮਾ ਨੇ ਉਹੋ ਜਿਹੀ ਬੁੱਧੀ ਦਿੱਤੀ। ਇੱਥੋਂ ਤੱਕ ਗੱਲ ਜਾਪਦੀ ਵੀ ਮੈਂ ਜੋ ਮੇਰੇ ਵਿੱਦਿਆ ਦੇ ਪੇਪਰ ਹੈ, ਯੂਨੀਵਰਸਿਟੀ ਦੇ ਸਰਟੀਫਿਕੇਟ ਹੈ, ਮੈਂ ਉਹਨਾਂ ਦੇ ਨਾਂ ਵੀ ਚੇਂਜ ਕਰਾ ਲੈਣਾ, ਮਾਤਾ ਪਿਤਾ ਤੁਹਾਡਾ ਹੀ ਰੱਖਣਾ। ਅਤੇ ਉਹ ਥੋੜ੍ਹੀਆਂ ਜਿਹੀਆਂ ਸਾਡੇ ਉਲਝਣਾ ਹੈ ਇਹਦੇ ਕਾਨੂੰਨਾਂ ਦੇ ਵਿੱਚ ਵੀ ਕਿੱਥੇ ਆਪਾਂ ਇਸ ਪਾਸੇ ਤੁਰਾਂਗੇ। ਅਤੇ ਕੋਈ ਨਹੀਂ, ਤੇਰੇ ਮਨ ਦੀ ਜੋ ਇੱਛਾ ਬੇਟੀ ਉਹ ਮੈਂ ਪੂਰੀ ਕਰੂੰ, ਵੀ ਮੇਰਾ ਜਦੋਂ ਵਿਆਹੁਤਾ ਜੀਵਨ ਹੋਣਾ ਹੈ ਅਤੇ ਤੁਸੀਂ ਮਾਤਾ ਪਿਤਾ ਬਣ ਕੇ ਉਹ ਸਾਰਾ ਫੇਰਿਆਂ ਦਾ ਜੋ ਟਾਈਮ ਲਵਾਉਣਾ। ਪਰ ਪਰਮਾਤਮਾ ਨੂੰ ਜਿੱਥੇ ਬਾਕੀ ਗੱਲਾਂ ਤਾਂ ਮਨਜ਼ੂਰ ਸੀ, ਪਰ ਉਹ ਜਿਹੜਾ ਆਖਰੀ ਉਹ ਬੇਟੀ ਦਾ ਮੰਗ ਸੀ, ਜਲਦੀ ਇੱਛਾ ਸੀ, ਉਹ ਪਰਮਾਤਮਾ ਨੇ ਪੂਰੀ ਨਹੀਂ ਹੋਣ ਦਿੱਤੀ। ਇਸ ਵਿਸ਼ੇ 'ਤੇ ਪੰਡਿਤ ਜੀ ਨੇ ਆਪਾਂ ਨੂੰ ਬਹੁਤ ਕੁਛ ਦੱਸਿਆ ਵੀ ਜੋ ਸਭ ਕੁਛ ਪ੍ਰਭੂ ਦੇ ਹੱਥ ਹੈ, ਉਹ ਬੱਚੀ ਉਸ ਗੱਲ ਤੋਂ ਵਾਂਝੀ ਰਹਿ ਗਈ। ਇਹ ਕਿੱਡਾ ਵੱਡਾ ਪਿਆਰ ਹੈ, ਅੱਜ ਭਗਵਾਨ ਦਾਸ ਜੀ ਨਹੀਂ ਰਹੇ, ਦੁੱਖ ਇਸ ਗੱਲ ਦਾ ਜ਼ਿਆਦਾ ਹੈ, ਸਮੇਂ ਤੋਂ ਪਹਿਲਾਂ ਚਲੇ ਗਏ, ਕਿਉਂਕਿ ਚੰਗੇ ਬੰਦਿਆਂ ਦਾ ਇੱਥੇ ਰਹਿਣਾ ਬਹੁਤ ਜ਼ਰੂਰੀ ਹੈ। ਚੰਗੇ ਬੰਦੇ ਹੋਣ ਦੀ ਬਾਬਤ ਜੇ ਸਮਾਜ ਥੋੜ੍ਹਾ ਬਹੁਤਾ ਚੰਗਾ ਹੈ ਅੱਜ ਦੇ ਹਾਲਾਤਾਂ ਮੁਤਾਬਕ, ਤਾਂ ਉਹ ਚੰਗੇ ਬੰਦਿਆਂ ਦੀ ਮੁਤਾਬਕ। ਬੇਸ਼ੱਕ ਗਿਣਤੀ ਚੰਗਿਆਂ ਦੀ ਜ਼ਿਆਦਾ ਹੈ, ਮਾੜਿਆਂ ਦੀ ਗਿਣਤੀ ਘੱਟ ਹੈ, ਚੰਗਿਆਂ ਦੀ ਅਜੇ ਬਹੁਤ ਜ਼ਿਆਦਾ ਹੈ, ਪਰ ਮਾੜੇ ਦਾ ਖਰੂਦ ਚੰਗੇ ਬੰਦਿਆਂ ਦੀ ਬਹੁਤੀ ਉੱਚੀ ਆਵਾਜ਼ ਨੂੰ ਵੀ ਦਬਾਉਣ ਦੇ ਕਾਬਲ ਬਣ ਚੁੱਕਿਆ। ਮੈਂ ਇਹੋ ਜਿਹੀ ਗੱਲ ਤਾਂ ਕਰਨੀ ਪੈਂਦੀ, ਚੰਗਾ ਬੰਦਾ ਜਦੋਂ ਜਾਂਦਾ ਉਦੋਂ ਬੰਦੇ ਦੇ ਦਿਲ 'ਚੋਂ ਗੱਲ ਨਿਕਲਦੀ ਹੈ ਵੀ ਚੰਗਾ ਇੱਕ ਘੱਟ ਗਿਆ, ਉਹਨੇ ਕਿੰਨੇ ਮਾੜਿਆਂ ਦਾ ਮੁਕਾਬਲਾ ਕਰਨਾ ਸੀ, ਕਿੰਨੀ ਸਮਾਜ ਨੂੰ ਉਹਨੇ ਸੇਧ ਦੇਣੀ ਸੀ। ਕਿਉਂਕਿ ਡਾਕਟਰ ਦਲੀਪ ਕੌਰ ਟਵਾਣਾ ਨੇ ਆਪਣੀ ਰਚਨਾ ਦੇ ਵਿੱਚ ਇੱਕ ਥਾਂ ਲਿਖਿਆ, ਜਾਣ ਵਾਲੇ ਦੇ ਨਾਲ ਜਿੰਨਾ ਕਿਸੇ ਦਾ ਸੰਬੰਧ ਹੈ ਉਹਨਾਂ ਉਹਨਾਂ ਉਹਨੂੰ ਹਰ ਇੱਕ ਨੂੰ ਉਹਦੇ ਸਿਵੇ ਦੇ ਵਿੱਚ ਮੱਚਣਾ ਪੈਂਦਾ। ਸੇਕ ਨੇੜੇ ਵਾਲੇ ਨੂੰ ਜ਼ਿਆਦਾ, ਦੂਰ ਵਾਲੇ ਨੂੰ ਘੱਟ, ਆਉਂਦਾ ਸੇਕ ਸਾਰਿਆਂ ਨੂੰ। ਮਾਣੂ ਕੇ ਪਿੰਡ ਦੇ ਵਿੱਚੋਂ ਸਰੀਰਕ ਤੌਰ 'ਤੇ ਜਦੋਂ ਇੱਥੇ ਉਹ ਆ ਗਏ ਅਤੇ ਸਾਡੇ ਨਾਲ ਮੇਲਾ ਜੋਲਾ ਬਹੁਤ ਵੱਡੇ ਗਿਣਤੀ ਦੇ ਵਿੱਚ ਮੇਰੇ ਦੋਸਤ ਮਿੱਤਰ ਸੱਜਣ ਸਾਰੇ ਆਏ ਹੈ, ਸਾਰਿਆਂ ਦਾ ਜੀ ਕਰਦਾ ਸ਼ਰਧਾਂਜਲੀ ਦੇਣ ਨੂੰ। ਜੋ ਮੈਂ ਗੱਲ ਕਰਦਾ ਇਹ ਸਾਰਿਆਂ ਦੀ ਆਵਾਜ਼ ਹੈ, ਮੇਰੀ ਆਪ ਦੀ ਆਵਾਜ਼ ਨਹੀਂ, ਇਹ ਸਾਰੇ ਸੱਜਣਾਂ ਦੇ ਸਹਿਯੋਗ ਦੀ ਆਵਾਜ਼ ਹੈ। ਜੇ ਉਹ ਚੰਗਾ ਵਿਚਰ ਕੇ ਐਡੀ ਵੱਡੀ ਗਿਣਤੀ ਦੇ ਵਿੱਚ ਸੰਗਤ ਆਈ, ਉਹਨਾਂ ਦੇ ਹੌਸਲੇ ਦੇ ਨਾਲ ਮੈਂ ਦੋ ਚਾਰ ਸ਼ਬਦ ਉਹਨਾਂ ਦੇ ਬਾਬਤ, ਜੋ ਕਿ ਜਿੰਨੇ ਉਹ ਚੰਗੇ ਸੀ ਉਹਨੇ ਤਾਂ ਨਹੀਂ ਕਹਿ ਸਕੂੰਗਾ, ਪਰ ਮੈਂ ਕੋਸ਼ਿਸ਼ ਕੀਤੀ ਆ ਉੱਥੇ ਜਾਣੇ ਵੀ ਉਸ ਸੱਜਣ ਨੂੰ ਮੈਂ ਸਹੀ ਸ਼ਰਧਾਂਜਲੀ ਦੇ ਸਕਾਂ। ਉਦੋਂ ਇੰਨੀ ਉਦਾਸੀ ਹੋ ਗਈ ਵੀ ਯਾਰ ਚੰਗੇ ਬੰਦੇ ਦੋ ਤਿੰਨ ਪਰਿਵਾਰ ਉੱਥੋਂ ਵਧੀਆ ਵਧੀਆ ਚਲੇ ਆਏ, ਵੀ ਇਹੋ ਜਿਹੇ ਬੰਦੇ ਜੇ ਐਂ ਜਾਣ ਲੱਗ ਗਏ, ਹਾਲਾਤਾਂ ਨੇ ਉਦੋਂ ਕੁਛ ਕਰਵਟ ਲਈ, ਤਾਂ ਇੱਥੇ ਮਗਰ ਕੀ ਰਹਿ ਜੂਗਾ।
ਇਹ ਚੰਗੇ ਬੰਦੇ ਦੇ ਆਉਣ 'ਤੇ ਲੋਕ ਇਸ ਤਰ੍ਹਾਂ ਕਰਦੇ ਆ, ਮਾੜਾ ਪਿੰਡ 'ਚੋਂ ਨਿਕਲ ਜੇ ਲੋਕ ਖੁਸ਼ੀ ਮਨਾਉਂਦੇ ਵੀ ਚਲੋ ਇਹ ਤਾਂ ਸਾਨੂੰ ਕੋਈ ਇੱਛਾ ਚੰਗਾ ਜੀ ਜੋ ਇਹ ਪਿੱਛੇ ਪੈਣਾ ਛੱਡ ਕੇ ਆਏ। ਬੇਸ਼ੱਕ ਲੰਮਾ ਸਮਾਂ ਉਹਨਾਂ ਨੂੰ ਆਇਆਂ ਨੂੰ ਇੱਥੇ ਹੋ ਗਿਆ, ਪਰ ਉਹਨਾਂ ਨੇ ਪਿੰਡ ਨਾਲੋਂ ਮੋਹ ਨਹੀਂ ਤੋੜਿਆ। ਕਿਸੇ ਦਾ ਕੋਈ ਖੁਸ਼ੀ ਦਾ ਗਮੀ ਦਾ ਜੋ ਵੀ ਸਮਾਗਮ ਹੈ, ਆਪਦੇ ਕੰਮ ਨੂੰ ਤਿਲਾਂਜਲੀ ਦੇ ਕੇ ਪਿੰਡ ਪਹੁੰਚਦੇ। ਕਿੰਨੀ ਠੰਡ ਕਿੰਨੀ ਗਰਮੀ ਹੋਵੇ ਅਤੇ ਚਾਹ ਚੜ ਜਾਣਾ ਵੀ ਭਗਵਾਨ ਦਾਸ ਜੀ ਆਪਦਾ ਕੰਮ ਛੱਡ ਕੇ ਆਏ ਆ, ਨਹੀਂ ਗੁਆਂਢੋਂ ਨਹੀਂ ਕੋਈ ਜਾਂਦਾ, ਅਗਲਾ ਕਹਿੰਦਾ ਅੱਗੋਂ ਪਿੱਛੋਂ ਜਾ ਆਵਾਂਗੇ। ਇਹ ਗੁਣ ਉਹਨਾਂ ਦੇ ਗਿਣਾਏ ਨਹੀਂ ਜਾ ਸਕਦੇ, ਅਣਗਿਣਤ ਉਹਨਾਂ ਦੇ ਜੋ ਗੁਣ ਹੈ, ਜਿਹਦੀ ਬਦੌਲਤ ਅੱਜ ਸਾਰਾ ਨਗਰ ਲਗਭਗ ਇੱਥੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਪਹੁੰਚਿਆ। ਇਹੋ ਜਿਹੇ ਚੰਗੇ ਸੱਜਣਾਂ ਦੀ ਲੋੜ ਹੈ ਜਿੱਥੇ ਉਹਨਾਂ ਨੇ ਮਾਪਿਆਂ ਦੇ ਮੂਹਰੇ ਦੋਵੇਂ ਹੱਥ ਜੋੜ ਕੇ ਉਹਨਾਂ ਦੀ ਆਗਿਆ ਦਾ ਪਾਲਣ ਕੀਤਾ, ਉੱਥੇ ਛੋਟੇ ਭਾਈਆਂ 'ਤੇ ਦੋਵੇਂ ਹੱਥ ਫੜਾ ਕੇ ਉਹਨਾਂ ਦੇ ਸਿਰ 'ਤੇ ਹੱਥ ਵੀ ਰੱਖਿਆ। ਉਹਨਾਂ ਦੇ ਵਿਰਸੇ ਦੇ ਵਿੱਚ ਜੋ ਕੁਛ ਵੀ ਆਇਆ ਉਹ ਸਾਰਾ ਵਧੀਆ ਆਇਆ। ਉਹ ਆਪਦੇ ਸਾਰੇ ਪਰਿਵਾਰ 'ਚੋਂ ਪਰਿਵਾਰ ਦੇ ਉਹ ਵੱਡੇ ਮੈਂਬਰ ਸਨ, ਯਾਨੀ ਮਾਤਾ ਪਿਤਾ ਦੇ ਸਭ ਤੋਂ ਵੱਡੇ ਬੱਚੇ, ਉਹਨਾਂ ਦੇ ਜੋ ਪਿਤਾ ਜੀ ਸੀ ਉਹ ਵੀ ਆਪਦੇ ਸਾਰੇ ਪਰਿਵਾਰ 'ਚੋਂ ਵੱਡੀ ਔਲਾਦ ਸਨ। ਉਹਨਾਂ ਦੀ ਜੋ ਮਾਤਾ ਜੀ ਸਨ ਉਹ ਵੀ ਸਾਰੇ ਪਰਿਵਾਰ 'ਚੋਂ ਵੱਡੀ ਔਲਾਦ ਸਨ। ਜੋ ਉਹਨਾਂ ਦੇ ਘਰੋਂ ਬੀਬੀ ਸਰੋਜ ਰਾਣੀ, ਉਹ ਵੀ ਸਾਰੇ ਪਰਿਵਾਰ 'ਚੋਂ ਉਹਨਾਂ ਦੀ ਵੱਡੀ ਔਲਾਦ ਸੀ। ਉਹਦੀ ਬਦੌਲਤ ਉਹਨਾਂ ਨੂੰ ਸਾਰਿਆਂ ਦੇ ਕੰਮ ਆਉਣ ਦਾ ਸੁਭਾਗ ਪ੍ਰਾਪਤ ਹੋਇਆ, ਕਿਉਂਕਿ ਘਰ ਦਾ ਜਿਹੜਾ ਵੱਡਾ ਬੱਚਾ ਹੋਵੇ, ਜਿਵੇਂ ਮਾਪੇ ਵੱਡੇ ਹੋਣ ਉਹ ਆਪਦੇ ਛੋਟਿਆਂ ਦੇ ਕੰਮ ਆਏ, ਉਵੇਂ ਇਸ ਤਰ੍ਹਾਂ ਸਭ ਦੇ ਕੰਮ ਆਏ। ਹੁਣ ਮੈਂ ਆਪਦਾ ਬਹੁਤਾ ਸਮਾਂ ਨਹੀਂ ਲਊਂ, ਤੁਸੀਂ ਜਿੰਨੇ ਵੀ ਪਰਿਵਾਰ ਦੇ ਨਾਲ ਹਮਦਰਦੀ ਦਾ ਯਾਦ ਕਰਨਾ ਇਹੋ ਉਸ ਜਾਣ ਵਾਲੇ ਸਾਡੇ ਰੰਗਲੇ ਸੱਜਣ ਨੂੰ ਸ਼ਰਧਾ ਦੇਣ ਪਹੁੰਚਿਓ। ਸਭ ਦਾ ਇੱਥੇ ਪਹੁੰਚਣ 'ਤੇ ਪਰਿਵਾਰ ਵੱਲੋਂ ਨਿਮਰਤਾ ਸਹਿਤ ਦੋਵੇਂ ਹੱਥ ਜੋੜ ਕੇ ਸਭ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਇੰਨਾ ਕੁਛ ਕਹਿੰਦਾ ਹੋਇਆ ਮੈਂ ਕੁਛ ਪਰਿਵਾਰ ਵੱਲੋਂ ਸੰਸਥਾਵਾਂ ਨੂੰ ਦਾਨ ਦਿੱਤਾ ਗਿਆ ਉਹ ਮੈਂ ਆਪ ਜੀ ਨੂੰ ਦੱਸ ਰਿਹਾ। ਸਰਕਾਰੀ ਹਾਈ ਸਕੂਲ ਪਿੰਡ ਮਾਣੂਕੇ, ਸ਼ਮਸ਼ਾਨ ਘਾਟ ਪਿੰਡ ਮਾਣੂਕੇ, ਸ਼ਿਵਪੁਰੀ ਸ਼ਮਸ਼ਾਨ ਘਾਟ, ਗਾਂਧੀ ਰੋਡ, ਤਿੰਨਾਂ ਸੰਸਥਾਵਾਂ ਨੂੰ ਜੋ ਇਹ ਸਹਾਇਤਾ ਰਾਸ਼ੀ ਦਿੱਤੀ ਗਈ ਹੈ ਇਹਦਾ ਫਲ ਉਸ ਜਾਣ ਵਾਲੇ ਸੱਜਣ ਨੂੰ ਪ੍ਰਾਪਤ ਹੋਵੇ। ਜੋ ਵੀ ਸੱਜਣ ਇੱਥੇ ਇਹਨਾਂ ਸੰਸਥਾਵਾਂ ਨਾਲ ਸੰਬੰਧਿਤ ਹੈ ਉਹ ਇਹ ਤਾਂ ਰਾਸ਼ੀ ਮਦਨ ਜੀ ਤੋਂ ਲੈ ਲੈਣਗੇ। ਇਹਨਾਂ ਕੁਛ ਕਹਿੰਦਾ ਹੋਇਆ ਮੈਂ ਖਿਮਾ ਦਾ ਜਾ ਚੁੱਕਿਆ। ਅਖੀਰ ਦੇ ਵਿੱਚ ਨਿਮਰਤਾ ਸਹਿਤ ਪਰਿਵਾਰ ਵੱਲੋਂ ਇੱਕ ਹੋਰ ਬੇਨਤੀ ਹੈ। ਪਰਿਵਾਰ ਵੱਲੋਂ ਲੰਗਰ ਪਾਣੀ ਬਾਹਰ ਲਾਇਆ ਗਿਆ ਹੈ ਆਪ ਜੀ ਦੇ ਛਕਣ ਵਾਸਤੇ। ਜਿੰਨੇ ਵੀ ਤੁਸੀਂ ਆਏ ਹੋ ਸਾਰਿਆਂ ਨੇ ਲੋੜ ਅਨੁਸਾਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਇਹਨਾਂ ਕੁਛ ਕਹਿੰਦਾ ਖਿਮਾ ਦਾ ਜਾ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.